ਜੀ ਛੱਟਣੀ ਉਹਨੇ ਚੁੱਕ ਕੇ ਲਿਆਉਣੀ। ਸਾਰਾ ਦਿਨ ਉਹਨੇ ਸੁੰਡ ਭਰਨੀ ਪਾਣੀ ਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਧੋਇਆ ਕਰਨੇ। ਹੁਣ ਰਾਜਾ ਰਤਨ ਰਾਏ ਇੱਕ ਹਾਥੀ ਲਿਆ ਪ੍ਰਸਾਦੀ ਹਾਥੀ, ਇੱਕ ਚੰਦਨ ਦੀ ਚੌਂਕੀ, ਇੱਕ ਬਾਸ ਦੀ ਡੋਰ, ਇੱਕ ਕੀਮਤੀ ਚੰਦੋਆ ਸਾਹਿਬ ਜਿਹੜਾ ਹੀਰੇ ਮੋਤੀਆਂ ਨਾਲ ਮੜਿਆ ਗਿਆ, ਤੇ ਪੰਜਵੀਂ ਚੀਜ਼ ਲੈ ਕੇ ਆਇਆ ਉਹ ਪੰਚ ਕਲਾ ਸ਼ਾਸਤਰ। ਅੱਜ ਉਹ ਕਲਕੱਤੇ ਦੇ ਮਿਊਜ਼ੀਅਮ ਦੇ ਵਿੱਚ ਪਿਆ। ਪੰਚ ਕਲਾ ਤੋਂ ਭਾਵ ਆ ਉਹਦਾ ਇੱਕ ਬਟਨ ਨੱਪਦੇ ਉਹ ਵਰਸ਼ਾ ਬਣਦਾ, ਦੂਜੀ ਵਾਰੀ ਨੱਪਦੇ ਉਹਦੀ ਤੇਗ ਬਣਦੀ, ਤੀਜੀ ਵਾਰੀ ਨੱਪਦੇ ਉਹਦਾ ਕਮਾਨ ਬਣ ਜਾਂਦਾ। ਬੜੀ ਅਦਭੁਤ ਚੀਜ਼ ਹੈ, ਕਦੀ ਵਕਤ ਮਿਲੇ ਤੇ ਜ਼ਰੂਰ ਆਪਣੇ ਵਿਰਸੇ ਨੂੰ ਵੇਖਣ ਦਾ ਯਤਨ ਕਰਿਓ। ਹੁਣ ਇਹ ਚੀਜ਼ਾਂ 16 ਸਾਲ ਦੀ ਉਮਰ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਇਹ ਚੀਜ਼ਾਂ ਸ਼ੋਭਾ ਪਾ ਰਹੀਆਂ। ਲਾਗੇ ਦੀ ਜਿਹੜੀ ਰਿਆਸਤ ਆ ਆਨੰਦਪੁਰ ਸਾਹਿਬ ਦੀ, ਉਸ ਰਿਆਸਤ ਦਾ ਨਾਂ ਆ ਕਹਿਲੂਰ। ਕਹਿਲੂਰ ਦੀ ਰਿਆਸਤ ਦਾ ਰਾਜਾ ਸੀ ਤਾਰਾ ਚੰਦ। ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾ ਕੇ ਲਿਆਏ। ਤਾਰਾ ਚੰਦ ਦਾ ਪੁੱਤ ਮਹਾਰਾਜ ਦਾ ਪ੍ਰੇਮੀ ਬਣਿਆ ਰਾਜਾ ਦੀਪ ਚੰਦ। ਦੀਪ ਚੰਦ ਦੀ ਮੌਤ ਹੋਈ, ਉਹਦਾ ਪੁੱਤ ਗੱਦੀ ਤੇ ਬੈਠਾ ਰਾਜਾ ਭੀਮ ਚੰਦ। ਉਹ ਮਹਾਰਾਜ ਜੀ ਦੇ ਵੈਸੇ ਦਰਸ਼ਨਾਂ ਨੂੰ ਆਇਆ, ਦਰਸ਼ਨਾਂ ਦਾ ਕਾਰਨ ਸੀ ਉਹਦੇ ਪੁੱਤ ਦਾ ਵਿਆਹ ਸੀ ਅਜਮੇਰ ਚੰਦ ਦਾ। ਆਪਣੇ ਵੱਲੋਂ ਸਿਰਫ ਇਸ ਕਰਕੇ ਆਇਆ ਵੀ ਮੈਂ ਸ਼ਾਨੋ ਸ਼ੌਕਤ ਦਿਖਾਵਾਂ। ਗੁਰੂ ਗੋਬਿੰਦ ਸਿੰਘ 16 ਸਾਲਾਂ ਦਾ ਅੱਲੜ ਮੁੰਡਾ ਹੈ, ਇੱਥੇ ਪ੍ਰਭਾਵ ਪਏ। ਜਦੋਂ ਦਰਬਾਰ 'ਚ ਆਇਆ ਉਹ ਹੈਰਾਨ ਹੋ ਗਿਆ ਵੀ ਅਸੀਂ ਪੁਸ਼ਤਾਂ ਦੇ ਰਾਜੇ ਮਹਾਰਾਜੇ, ਇਹ ਕੱਲ ਦਾ ਜਵਾਨ ਬੱਚਾ ਹੋਵੇ ਪਰ ਇਹਦੇ ਸਿਰ ਤੇ ਕਰੋੜਾਂ ਰੁਪਈਆਂ ਦਾ ਚੰਦੋਆ ਲੱਗਾ ਹੋਵੇ, ਇਹਦੇ ਘਰ ਦੇ ਵਿੱਚ ਘੋੜੇ ਹਾਥੀ, ਆਹ ਚੀਜ਼ਾਂ ਸ਼ੋਭਾ ਪਾ ਰਹੀਆਂ। ਉਹਨੇ ਕਿਹਾ ਕੁਝ ਨਹੀਂ ਪਰ ਅੰਦਰੇ ਅੰਦਰ ਉਹ ਸੜ ਬਲ ਗਿਆ। ਖੈਰ ਉਹਨੇ ਮੱਥਾ ਟੇਕਿਆ, ਮਹਾਰਾਜ ਨੂੰ ਨਿਉਂਦਾ ਦਿੱਤਾ ਤੇ ਚਲਾ ਗਿਆ। ਕੁਝ ਦਿਨ ਲੰਘੇ, ਉਹਨੇ ਇੱਕ ਆਪਣਾ ਦੂਤ ਭੇਜਿਆ, ਉਹਦਾ ਨਾਂ ਆ ਪੰਮਾ ਪ੍ਰੋਤ। ਕਹਿਣ ਲੱਗਾ ਵੀ ਇੱਦਾਂ ਕਰੋ, ਉਹਨੇ ਪਹਿਲਾਂ ਸਾਰੇ ਪਹਾੜੀ ਰਾਜੇ, 22 ਧਾਰਾ ਵਗਦੀਆਂ ਪਹਾੜੀਆਂ ਦੇ ਵਿੱਚ, ਇੱਕ ਪਹਾੜੀ ਤੋਂ ਦੂਜੀ ਪਹਾੜੀ ਦੇ ਵਿੱਚ ਵਗਦੇ ਹੋਏ ਪਾਣੀ ਨੂੰ ਧਾਰ ਕਹਿੰਦੇ ਆ। ਇੱਕ ਧਾਰ ਤੋਂ ਦੂਜੀ ਧਾਰ ਦਾ ਜਿੰਨਾ ਇਲਾਕਾ ਆ ਉਹਦਾ ਇੱਕ ਰਾਜਾ ਹੈ। ਪੂਰੇ ਹਿਮਾਚਲ ਦੇ 22 ਧਾਰਾਂ ਤੇ 22 ਰਾਜੇ ਹੈ। ਸਾਰਿਆਂ ਨੂੰ ਸੱਦ ਕੇ ਭੀਮ ਚੰਦ ਨੇ ਗੱਲ ਦੱਸੀ ਵੀ ਜਿਸ ਕੰਮ ਦੇ, ਜਿਸ ਤਰੱਕੀ ਨਾਲ ਗੁਰੂ ਗੋਬਿੰਦ ਸਿੰਘ ਤੁਰਿਆ, ਮੈਨੂੰ ਨਹੀਂ ਲੱਗਦਾ ਵੀ ਇਸ ਇਲਾਕੇ 'ਚ ਸਾਡਾ ਰਾਜ ਕੱਲ੍ਹ ਨੂੰ ਕਾਇਮ ਹੋਏਗਾ। ਮੈਂ 16 ਸਾਲਾਂ ਦੀ ਉਮਰ ਹੋਵੇ, ਇੰਨੀਆਂ ਚੀਜ਼ਾਂ ਉਹਦੇ ਕੋਲ ਹੈ। ਸਾਰੇ ਰਾਜੇ ਕਹਿੰਦੇ ਵੀ ਕਰਨਾ ਕੀ ਹੈ, ਸੱਦਿਆ ਕਿਉਂ ਹੈ? ਕਹਿਣ ਲੱਗੇ ਇੱਕ ਉਹਨੂੰ ਵਿਆਹ 'ਤੇ ਸੱਦੀਏ, ਦੂਜਾ ਉਹਦੇ ਕੋਲੋਂ ਇਸ ਬਹਾਨੇ ਸਮਾਨ ਲਈਏ ਵੀ ਸਾਡੇ ਮੁੰਡੇ ਦਾ ਵਿਆਹ ਹੈ, ਵਿਆਹ ਬੀਤ ਜਾਏਗਾ ਚੀਜ਼ਾਂ ਮੋੜ ਦਿਆਂਗੇ, ਜਦੋਂ ਮੋੜਨ ਦੀ ਵਾਰੀ ਆਏਗੀ ਉਦੋਂ ਮੁੱਕਰ ਜਾਣਾ, ਆਪਾਂ ਦੇਣੀਆਂ ਨਹੀਂ, ਉਹ ਲੜੇਗਾ ਆਪਾਂ ਮਾਰ ਲਾਂਗੇ। ਸਾਰੀ ਸਲਾਹ ਬਣ ਗਈ। ਪੰਮੇ ਪ੍ਰੋਤ ਨੂੰ ਭੇਜਿਆ ਵੀ ਮਹਾਰਾਜ ਆਹ ਨਿਉਂਦਾ ਤੁਹਾਨੂੰ, ਆਹ ਉਹਨੇ ਵਸਤੂਆਂ ਭੇਜੀਆਂ, ਤੁਸੀਂ ਰਾਜੇ ਅਜਮੇਰ ਚੰਦ ਦੇ ਵਿਆਹ 'ਤੇ ਆਉਣਾ ਹੈ। ਪਰ ਮਹਾਰਾਜ ਉਹਦੇ ਤੋਂ ਪਹਿਲਾਂ ਚੰਦੋਆ ਸਾਹਿਬ, ਹਾਥੀ, ਕੀਮਤੀ ਘੋੜੇ, ਕੁਝ ਹੋਰ ਸਮਾਨ ਮੰਗਿਆ, ਪਾਤਸ਼ਾਹ ਇਹ ਸਾਨੂੰ ਦੇ ਦਿਓ, ਵਿਆਹ ਦੀ ਸ਼ੋਭਾ ਵੱਧ ਜਾਏਗੀ। 16 ਵਰਿਆਂ ਦੀ ਉਮਰ 'ਚ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਮੁਸਕਰਾ ਕੇ ਕਹਿੰਦੇ ਆ, ਪੰਮਾ ਪ੍ਰੋਹਿਤ ਇਹ ਚੀਜ਼ਾਂ ਮੇਰੀਆਂ ਨਿੱਜੀ ਨਹੀਂ ਹੈ, ਇਹ ਦਾਤਾਂ ਸਾਧ ਸੰਗਤ ਦੀਆਂ ਤੇ ਗੁਰੂ ਦੀਆਂ ਹੈ। ਜਿਹੜੀ ਗੁਰੂ ਦੀ ਸੰਗਤ ਭੇਟਾ ਲਿਆਉਂਦੀ ਹੈ, ਭੇਟਾ ਕਦੇ ਭੇਟਾ ਵਿੱਚ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਮਹਾਰਾਜ ਅੰਦਰ ਜਾਣਦੇ ਸੀ ਉਹਨਾਂ ਦਾ। ਇਸ ਗੱਲ ਤੋਂ ਇੱਕ ਕਾਰਨ ਬਣਿਆ ਵੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਨਾ ਕੀਤੀ ਹੈ। ਫਿਰ ਯਾਦ ਰਹੇ 14 ਜੰਗਾਂ ਦੇ ਵਿੱਚੋਂ 9 ਜੰਗਾਂ ਕੱਲੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜਦੇ ਹੈ, 9 ਜੰਗਾਂ। ਹੁਣ ਇਹਦਾ ਹੋਰ ਇੱਕ ਕਾਰਨ ਵੇਖੋ, ਇੱਕ ਕਾਰਨ ਇਹ ਬਣ ਗਿਆ ਈਰਖਾ ਦਾ, ਦੂਜਾ ਸਵੇਰੇ ਤੇ ਸ਼ਾਮ
रोज नगारा वजना ते नगारे दा कारण इह हुंदा नगारा वजदा उत्थे है जिहदी अपनी सल्तनत होवे जिहदा अपना राज होवे आजाद होवे। भीम चंद कहिंदा है अज रणजीत नगारा पहाड़ियां विच गूंजदा है ओह दिन दूर नहीं ये साढ़े ते राज करेगा। इहदी शक्ति नूं दबाउणा चाहिए। कुछ गल्लां होईयां महाराज ने कुछ समा राजा मेदनी प्रकाश नाहन दा राजा उहदी बेनती मन के महाराज उस एरिए नूं चले गए। सतगुरु नाहन गए उत्थे वगदी होई यमुना नदी साहब नूं बड़ा इलाका पसंद आया ते महाराज ने उस इलाके दा नां रखिया पौंटा साहिब जिहड़ा आपां अज वी तकदे आ। पौंटा साहिब बहुत सोहणा वसिया चारां सालां दे विच घुग वसिया। हुण इधर राजे दे पुत दा विआह आ गया जदों विआहुण जाणा ना उहनां फिर स्कीम बनाई भी गुरु गोबिंद सिंह साडे तों पासा वट गया आपां बरात लै के लंघिया ही पौंटे विच दी जांदे जांदे नाले ते पौंटा उजाड़ देंगे जे लोड़ पई ते गुरु गोबिंद सिंह नाल फिर दो हथ करांगे। उहनां आखिया जी असीं लंघणा महाराज पत्रका भेजी भी पौंटा साडा आ असीं वसाया असीं इहदे मालक आ साडी मर्जी असीं लंघण दईए ते भावें ना लंघण दईए। ध्यान इक देना एक लफ्ज़ है क्रांति क्रांतिकारी बोल कोई जनून कह लिए असीं जदों भी कोई संसार दे विच प्रचारक जां कोई नवी गल करदा है ना उहदा विरोध बहुत हुंदा है। मौजूदा जिहड़ा समा चलदा है तुसीं समझदे हो इस गल नूं मत्थे टेकदी आई दुनिया बाबिआं नूं साधां नूं मत्थे टिकणे बंद होए ते विरोध होना शुरू हो गया। अखंड पाठां दीआं लड़ियां दा विरोध होया भी गल ते सी बाणी नूं समझिआ जाए ते विरोध होना शुरू हो गया। सतगुरु जाणदे ऐ भी इह जिहड़े रियासतां दे राजे ऐ इहनां च कोई इनसानी गल नहीं हैगी। लंघण दी किड्डी कोई गल सी लंघ भी जांदे पातशाह कहिंदे आ भी लंघण दी गल नहीं है तुसीं उजाड़ना पौंटा तुसीं बिना गल्लों लड़ना चाहुंदे हो पर 11 बंदे बरात दे ते 12वां लाड़ा 13वां बंदा नहीं हो मैं लंघण देना इत्थों दी। जे गल धक्के वाली आई ते असीं जंग लई तैयार हां। हुण 12 जणे किश्ती विच बैठ यमुना तों लंघ पौंटे विच दी हो के श्रीनगर जिहड़ा हिमाचल दा आ उत्थे पहुंचे राजे फतेह शाह दी पुत्री वल विआहिआ जाणा अजमेर चंद ने उधर उहने चिर नूं विआह हो जाणा इधर राजे पहाड़ां च उलझ गए। राजे फतेह शाह ने फिर सद्दा भेजिआ भी गुरु गोबिंद सिंह तुसीं मेरे पुत्री दे विआह ते आओ। महाराज ने अपने सिखां नूं इक तंबोल भेजिआ तंबोल भाव बच्ची दा शगन उहदे च 11 सूट महाराज ने बच्ची दे कुछ गहने कुछ धन भेजिआ ते जदों उत्थे विखाला पिआ कोई राजा दो सूट लैके आया बच्ची दे कोई कुछ कोई कुछ सब तों वड्डा तंबोल धन गुरु गोबिंद सिंह साहब दा है। हुण राजे भीम चंद ने वेख्या उह तां की कहिंदा उह मुंडे वाला आ क्योंकि चलदा संसार च उह कहिंदा फतेह शाह तेरी बच्ची दा डोला असीं तां लजाणा है तंबोल रखना नहीं महाराज दा तू तंबोल खोना है आपां लुटना है। फतेह शाह दी भावना बड़ी सी महाराज नाल पर उहनूं बच्ची वल वेख के झुकना पिया उह कहण लगा भी मैं तंबोल नहीं लैणा। सिख जदों वापस लैके आउण लगे राजिआं पिछे सिपाही दड़ाए भी लुटना है आपां खैर उह लुटिआ ना गिआ सिख वापस लै आए। सारी गल सांझी होई महाराज नाल सतगुरु कहिंदे उह दिन दूर नहीं तैयारी करो जंग दे आसार बणदे आ। बच्ची दा डोला उत्थे रहण दित्ता राजे कहिंदे बाद विच सारा कुछ पहली जंग गुरु गोबिंद सिंह नाल होए। खैर जी पहला जंग सन 1686 ईस्वी 20 सालां दे आ गुरु गोबिंद सिंह साहब जिहड़ा भंगाणी दा युद्ध होया।
ਹੁਣ ਇਹ ਇੱਕ ਕਾਰਨ ਬਣਿਆ ਵੀ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਆਜ਼ਾਦੀ ਨੂੰ ਦਬਾਇਆ ਜਾਏ। ਇਹ ਇੱਕ ਕੌਮ ਅੱਜ ਆਜ਼ਾਦੀ ਦੀ ਗੱਲ ਕਰਦੀ ਹੈ, ਇਹਨਾਂ ਦੇ ਪੁਰਖੇ ਇਹਨਾਂ ਦੇ ਵਡੇਰੇ ਜਿੱਦਾਂ ਅਸੀਂ ਕਹੇ ਉਦਾਂ ਹੀ ਚੱਲਦੇ ਆਏ। ਇਤਿਹਾਸ ਦੇ ਬੋਲ ਤੁਸੀਂ ਸੁਣਦੇ ਹੋ, ਜਿੱਥੇ ਬੋਲ ਪੜ੍ਹੇ ਜਾਂਦੇ ਆ, ਜਿੱਦਣ ਮਹਾਰਾਜ ਕਹਿੰਦੇ ਆ ਚੜੋ ਘੋੜਿਆਂ ਤੇ ਲੋਕ ਹੱਥ ਜੋੜਦੇ ਵੀ ਘੋੜਿਆਂ ਤੇ ਪੁਰਖੇ ਨਹੀਂ ਚੜ੍ਹੇ, ਵਡੇਰਿਆਂ ਕਦੀ ਘੋੜੇ ਨਹੀਂ ਰੱਖੇ, ਅਸੀਂ ਤਾਂ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਆ। ਜਦੋਂ ਪਾਤਸ਼ਾਹ ਕਿਹਾ ਵੀ ਪਕੜੋ ਸ੍ਰੀ ਸਾਹਿਬ, ਉਹਨਾਂ ਲੋਕਾਂ ਕਿਹਾ ਨਾ ਕਾਮ ਖਮਾਰਾ ਤੋਲਨ ਤੱਕੜੀ, ਨੰਗੀ ਕਰਦ ਕਬੂ ਨੇ ਪਕੜੀ, ਚਿੜੀ ਉੜੀ ਤੋਂ ਹਮ ਡਰ ਜਾਏ ਦੁਸ਼ਮਨ ਸੇ, ਕੈਸੇ ਲੜ ਪਾਏ। ਇਹ ਅੰਦਰ ਦੇ ਜਜ਼ਬਾਤ ਸੀ ਲੋਕਾਂ ਦੇ, ਸੌਖਾ ਕਹਿ ਲਈਏ ਸਾਡੇ ਵਡੇਰਿਆਂ ਦੇ, ਪੁਸ਼ਤਾਂ ਤੋਂ ਹੀ ਚੱਲੀਆਂ ਆਉਂਦੀਆਂ ਨਾ, ਸਿੱਖੀ ਵੀ ਉਹਨਾਂ ਨੂੰ ਬਖਸ਼ੀ ਚੱਲਦੀ ਆਈ। ਮਹਾਰਾਜ ਨੇ ਐਸਾ ਜਨੂਨ ਪੈਦਾ ਕੀਤਾ, ਐਸਾ ਕੌਮ ਨੂੰ ਗੱਲ ਨਾ ਲਾਇਆ। ਹਲਵਾਈ ਜਿਹੜਾ ਉੱਥੇ ਰਹਿਣ ਵਾਲਾ ਪਹੁੰਟੇ ਦੀ ਧਰਤੀ ਦਾ, ਜਿਹਦੀ ਸਾਰੀ ਜ਼ਿੰਦਗੀ ਹਲਵਾਈ ਪੁਣਾ ਕਰਦਿਆਂ ਲੰਘ ਗਈ, ਉਹ ਕਹਿਣ ਲੱਗਾ ਮਹਾਰਾਜ ਤੇਗ ਨਹੀਂ ਚਲਾਉਣੀ ਆਉਂਦੀ, ਮੈਂ ਝਾਰ ਨਹੀਂ ਲੈ ਕੇ ਮੈਦਾਨੇ ਜੰਗ ਚ ਲੜਾਂਗਾ। ਗੱਲ ਹਥਿਆਰ ਦੀ ਨਹੀਂ, ਗੱਲ ਤੇ ਜਜ਼ਬਾਤ ਦੀ। ਮਹੰਤ ਕਿਰਪਾਲ ਦਾਸ ਉਹ ਕਹਿੰਦਾ ਮਹਾਰਾਜ ਮੈਂ ਨਹੀਂ ਬੰਦੂਕ ਚਲਾਈ ਕਦੀ, ਮੈਨੂੰ ਨਹੀਂ ਫੜਨਾ ਆਉਂਦਾ ਗੁਰਜ, ਪਰ ਮੇਰੇ ਕੋ ਕੁੱਤਕਾ ਜ਼ਰੂਰ ਆ, ਮੈਂ ਲੜਾਂਗਾ। ਐਸੇ ਐਸੇ ਮਹਾਰਾਜ ਜਵਾਨ ਤਿਆਰ ਕੀਤੇ, ਆਪਣੇ ਆਪ ਚ ਮੰਨੇ ਹੋਏ ਪਹਾੜੀ ਸੂਰਮੇ ਜਿਹਦੇ ਸਾਹਮਣੇ ਆਏ ਮਹੰਤ ਕਿਰਪਾਲ ਦਾਸ ਦੇ ਨਾਲ। ਸਾਹਮਣੇ ਜਦੋਂ ਆਹਮੋ ਸਾਹਮਣੇ ਵਾਰ ਹੁੰਦਾ ਨਾ, ਹਯਾਤ ਖਾਨ ਬੜਾ ਮੰਨਿਆ ਯੋਧਾ ਆ। ਮਹਾਰਾਜ ਬੇ ਸਿਫਤ ਲਿਖਦੇ ਆ ਕਿ ਕਿਰਪਾਲ ਕੋਪੀਅੰ ਕੁਤਕੋ ਸੰਭਾਰੀ, ਹੱਠੀ ਖਾਨ ਹਯਾਤ ਕੇ ਸੀਸ ਜਾਰੀ, ਉੱਠੀ ਇਚ ਛਿੱਛੰ ਕੜਾ ਮੇਘ ਜੋਰੰਗ, ਮਨੋ ਮਾਖਨੰ ਮਟਕੀ ਕਾਨ ਫੋਰੰ। ਤਿੰਨ ਵਾਰ ਕੀਤੇ ਹਯਾਤ ਖਾਨ ਨੇ, ਉਹ ਪਹਿਲਾਂ ਹੱਸ ਪਿਆ। ਮਹੰਤ ਕਿਰਪਾਲ ਦਾਸ ਮੋਟੇ ਬਹੁਤ ਸੀ, ਘੋੜੇ ਤੇ ਚੜ੍ਹੇ ਲੰਮੀਆਂ ਜੜਾਵਾਂ ਤੇੜ, ਹੁਣ ਜਿਹੜੇ ਮਖੰਤਾਂ ਦਾ ਪਹਿਰਾਵਾ ਸੀ ਉਹ ਹੀ ਲੰਗੋਟ ਬੰਨਿਆ। ਹਯਾਤ ਖਾਂ ਹੱਸ ਕੇ ਕਹਿੰਦਾ ਸੂਰਮੇ ਸੂਰਮਿਆਂ ਨਾਲ ਲੜਦੇ ਆ, ਜਾ ਕੇ ਸਾਦਾ ਲੰਗਰ ਪਾਣੀ ਛਕਿਆ ਕਰ। ਉਹ ਕਹਿਣ ਲੱਗਾ ਮੈਂ ਸਿੱਖਿਆ ਗੁਰੂ ਗੋਬਿੰਦ ਸਿੰਘ ਦਾ, ਤੂੰ ਵਾਰ ਕਰ। ਤਿੰਨ ਵਾਰ ਹਯਾਤ ਖਾਂ ਕਰਦਾ, ਇੱਕ ਵਨਾ ਚੱਲਿਆ ਤੇ ਬੁੱਢੇ ਮਹੰਤ ਨੇ ਹੱਥ ਵਿੱਚ ਫੜਿਆ ਡੰਡਾ, ਇੰਨੀ ਜ਼ੋਰ ਨਾਲ ਮਾਰਿਆ ਸਿਰ 'ਚ, ਸਿਰ ਫੇਂਕ ਕੇ ਰੱਖ ਦਿੱਤਾ ਹਯਾਤ ਖਾਂ ਦਾ। ਇੱਕ ਮਰ ਦੂਜਾ ਮਰ, ਮੁੱਕਦੀ ਗੱਲ ਜੀ। ਹੁਣ ਜਿਹੜੀ ਗੱਲ ਤੇ ਲਿਆਉਣਾ ਚਾਹੁੰਦਾ ਸੀ ਇਹ ਕਾਰਨ ਆ ਪਿਛੋਕੜ। ਹੁਣ ਵੇਖਿਓ ਜਿਹਨਾਂ ਗੁਰੂ ਨੂੰ ਸਮਝਿਆ, ਸਡੌਰੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤ ਦੋ ਭਰਾ ਇੱਕ ਬਜ਼ੁਰਗ ਬਾਪੂ ਨੂੰ 700 ਮਰੀਦਾਂ ਨੂੰ ਲੈ ਕੇ ਭੰਗਾਣੀ ਦੇ ਯੁੱਧ ਵਿੱਚ ਆਇਆ। ਉਹਦੇ ਕੁਝ ਮੁਰੀਦ ਸ਼ਹੀਦ ਹੋਏ, ਉਹਦੇ ਦੋ ਪੁੱਤ ਸ਼ਹੀਦ ਹੋਏ, ਜ਼ਖਮੀ ਹੋਏ। ਪਰ ਮੁੱਕਦੀ ਗੱਲ ਜੀ, ਸਿੱਖਾਂ ਨੇ ਇਹ ਜੰਗ ਜਿੱਤਿਆ। ਇੱਥੇ ਭੰਗਾਣੀ 'ਚ ਜੰਗ ਜਿੱਤਣ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਪਹੁੰਟੇ ਦੀ ਧਰਤੀ ਤੇ। ਜਦੋਂ ਮਾਲਕ ਸਤਿਗੁਰੂ ਦੀਆਂ ਰਹਿਮਤਾਂ ਵਰਤੀਆਂ, ਕੁਝ ਦਿਨ ਲੰਘੇ, ਮਹਾਰਾਜ ਆਪਣੇ ਨਿੱਜੀ ਤੰਬੂ 'ਚ ਬੈਠੇ ਕੇਸਾਂ ਨੂੰ ਕੰਘਾ ਕਰਦੇ ਆ। ਪੀਰ ਜੀ ਆਏ, ਉਹਨਾਂ ਦਰਵਾਜ਼ੇ ਤੇ ਦਸਤਕ ਦਿੱਤੀ, ਮੱਥਾ ਟੇਕਿਆ, ਕਹਿਣ ਲੱਗੇ ਮਹਾਰਾਜ ਬੜੇ ਦਿਨ ਹੋ ਗਏ ਆ ਗਿਆ ਸਾਨੂੰ। ਸਤਿਗੁਰੂ ਕੋਲ ਆਵਾਜ਼ ਮਾਰੀ, ਖੱਦਰ ਦਾ ਸਿਰਪਾਓ ਬਖਸ਼ਿਆ, ਰਹਿਮਤਾਂ ਝੋਲੀ ਪਾਈਆਂ। ਕਹਿਣ ਲੱਗੇ ਪੀਰ ਜੀ ਮੈਂ ਤੁਹਾਡੀ ਦਿੱਤੀ ਕੁਰਬਾਨੀ ਦਾ ਮੁੱਲ ਤੇ ਨਹੀਂ ਦੇ ਸਕਦਾ, ਬਹੁਤ ਪ੍ਰੇਮ ਬਖਸ਼ਿਆ, ਅੱਜ ਮੌਜ ਵਿੱਚ ਬੈਠੇ ਹਾਂ, ਕੁਝ ਮੰਗੋ। ਪੀਰ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਕੁਛ ਨਹੀਂ ਚਾਹੀਦਾ, ਸਿਰਫ ਤੇਰੀਆਂ ਰਹਿਮਤਾਂ ਹਿਰਦੇ ਵਿੱਚ ਵਸੀਆਂ ਰਹਿਣ। ਮਹਾਰਾਜ ਕਹਿੰਦੇ ਕੁਛ ਵੀ? ਪੀਰ ਜੀ ਕਹਿੰਦੇ ਵੀ ਜੇ ਤਰੁੱਠੇ ਹੀ ਹੋ ਨਾ, ਆ ਜਿਹੜਾ ਮਹਾਰਾਜ ਕੰਘਾ ਕਰ ਰਹੇ ਹੋ ਕੇਸਾਂ 'ਚ, ਕੇਸਾਂ ਸਮੇਤ ਮੇਰੀ ਝੋਲੀ ਪਾ ਦਿਓ। ਮੰਗਿਆ ਵੀ, ਪਰ ਵੇਖਿਓ ਦਾਤ ਕਿਹੋ ਜੀ ਹੈ।
महाराज ने दुमाले थले बनने वाली छोटी केस की उन्हों अद्धा पाड़िया वह बख्शी केसा समेत कंघा दिता। पीर जी दोनों पुत्रा नू मरीदा नू नाल लेके घर आए। पढ़ना होवे पूरा इतिहास भाई साहब भाई वीर सिंह की लिखत है नसीरां बेगम। जदों सडौरे गए ना पहाड़ी दे उत्ते घर सी पीर जी का ते कोठे दे उत्ते नसीरां खड़ोती पीर जी की बेगम पत्नी वो थले आई उन्हें चरण बोसी की मुसलमान धर्म च है पति दे सिर दे साईं पैरी हाथ लाउणा। उन्हें चरणां नूं हाथ लाया जिओ आया आखिया कहन लगी आ गए। वो कहन लगे हाँ दो पुत वेखे दो नजर नहीं आए मां सी हौका भरिया कहन लगी पुत कित्थे है। पीर जी कहिंदे अंदर चलो बह के दसदे। उन्हें फिर बोल दोहराए सिर दे साईं दो आए दो नहीं आए कित्थे है। पीर जी कहिंदे नसीरा वेख मैं पल्ले विच की वलेटे है महाराज की दिता है। कहन लगी मैनू पता है सतगुरु कोल गए सी कुछ ना कोई तो दिता ही होएगा। मैं पूछया पीर जी पुत कित्थे है। उन्हें अपना पला खोलिया कहन लगे नसीरा धन गुरु गोबिंद सिंह साहब बैठे सी प्रेम दी मंडी ला के। ध्यान दियो पीर जी सिख धर्म दा नहीं जुड़े हुए जिन्हां जाणिया अज वह मुसलमान धर्म विच है। सैयद भीखण शाह दे भूआ दे पुत है। ये दोनों पीर मामे भूआ दे पुत भरा है। हुण जदों कढ दे अपने पल्ले विचों कहन लगे नसीरा धन गुरु गोबिंद सिंह साहब प्रेम दी मंडी ला के बैठे सी मैं पुत उन्हां दी झोली पाया ते अनशानी उन्हां कोल लै आया। नसीरा रोई अखां चों हंझू डिगे हाय मेरे पुत कुर्बान हो गए। पीर जी हाथ जोड़े धन गुरु गोबिंद सिंह साहब दे चरणा दा ध्यान धर के कहिंदे आ कलगियां वालिया जिहो जिहा सिदक अपने इस शरदालू बंदे नूं दिता है इदां दा सिदक इहनूं वी दे। संध्या वेला फजर दी नमाज अदा होई नसीरा दियां अखां बंद आ कुछ समय बाद अखां खुलियां। पीर जी कोल बह के कहिंदे ओ नसीरा की महसूस करदे ओ की वेख्या है। कहन लगी शिकवा मैनू निहोरा तुहाडे प्रति। कहन लगे कादा शिकवा। कहन लगी शिकवा बदल गया पहला शिकवा सी दो पुत कुर्बान क्यों कीते है पर पीर जी हुण ये शिकवा आ जिहड़े दो बचाए ये बचा के क्यों लियांदे है। जदों मैं नमाज अदा कर रही सी ते जिहड़े पुत कुर्बान होए वो धन गुरु गोबिंद सिंह साहब की गोद विच बैठे है। इस समा लंघिया जी मैं इस गल नूं पूरा करा पहला अज तक उन्हां परिवारां ने उस रहमत नूं विसारिया नहीं। मैं हजूरी च बैठा हाँ दीदार करके आया जी यूएसए दे विच अमेरिका दे विच शहर आ लॉस एंजलस। यूट्यूब ते बकायदा पीर जी दे पुरखियां दी जिहड़े बच्चे गां उन्हां दी वीडियो पई बकायदा। लॉस एंजलस परिवार रहिंदा है महाराज जी दे चार हुक्मनामे सतगुरु दा एक चोला एक हाथ पूंजन वाला रुमाल एक केसकी ते कंघा परिवार कोल अज वी है। सन 1999 आया कल दियां गल्लां 300 साल खालसा साजना दिवस सारी कौम ने उत्साह नाल मनाया। तुहाडे चों जिन्हां दीदार कीते हो सकदा पता होवे असीं बहुत छोटे सां आनंदपुर साहब गए दीवान हाल दे विच दरबार सजिया गुरु गोबिंद सिंह साहब दियां सिफतां कविशर ढाडी कवि विचारवान गा रहे महाराज दियां सिफतां। संगत दे विच एक शरदालू बैठा है अखां दे विचों नैणां विचों नीर त्रिप त्रिप डिगदा आ ते सैकटरी साहब जिहड़े बुलारे आ तेज कतरों तकदे आ उठ के कोल आया।
ਕਹਿਣ ਲੱਗਾ ਜੀ ਮੈਨੂੰ 2 ਮਿੰਟ ਦੇ ਸਕਦੇ ਹੋ ਬੋਲਣ ਵਾਸਤੇ। ਉਹ ਕਹਿਣ ਲੱਗੇ ਵੀ ਨਹੀਂ, ਔਖਾ, ਤੇਰੇ ਦਸਤਾਰ ਨਹੀਂ ਸੱਜੀ ਹੋਈ, ਇਸ ਸਟੇਜ ਤੇ ਸਿਰਫ ਸਿੱਖ ਬੋਲ ਸਕਦਾ। ਕਹਿਣ ਲੱਗਾ ਜੀ ਮੈਂ ਥੱਲੇ ਖੜੋ ਕੇ ਬੋਲ ਦਿਆਂਗਾ। ਕਹਿਣ ਲੱਗੇ ਕੀ ਕਹਿਣਾ ਹੈ? ਆਖਿਆ ਸਿਰਫ ਗੁਰੂ ਗੋਬਿੰਦ ਸਿੰਘ ਲਈ 2 ਲਫ਼ਜ਼। ਚਲੋ ਉਹਨੇ ਕਈਆਂ ਨੂੰ ਕਿਹਾ, ਬੇਨਤੀ ਕੀਤੀ 2 ਮਿੰਟ ਮਿਲ ਪਏ, ਪਰ ਨਾਲ ਇਹ ਕਹਿ ਦਿੱਤਾ ਵੀ ਜੇ ਲਫ਼ਜ਼ ਕੋਈ ਉਦਾਂ ਦਾ ਕਿਹਾ ਅਸੀਂ ਸਪੀਕਰ ਫੜ ਲੈਣਾ। ਕਹਿਣ ਲੱਗਾ ਠੀਕ ਹੈ। ਉਹਨੇ ਗੁਰੂ ਫਤਿਹ ਦੀ ਸਾਂਝ ਕਰਕੇ ਆਖਿਆ, ਸਾਧ ਸੰਗਤ ਜੀ ਮੈਂ 2 ਹੀ ਮਿੰਟ ਲੈਣੇ ਹੈ, ਆਹ ਵੇਖੋ ਮੇਰੇ ਕੋਲ ਕੀ ਹੈ। ਉਹਨੇ ਇੱਕ ਨਿੱਕਾ ਜਿਹਾ ਲੱਕੜ ਦਾ ਬਕਸਾ ਖੋਲਿਆ, ਉਹਦੇ ਵਿੱਚ ਰੇਸ਼ਮੀ ਬਸਤਰ ਹੈ, ਉਹਦੇ ਵਿੱਚ ਤਲਗੀਆਂ ਵਾਲੇ ਸਤਿਗੁਰੂ ਦੀ ਨਿਸ਼ਾਨੀ, ਕੰਘਾ ਤੇ ਕੇਸਕੀ ਮੌਜੂਦ ਆ। ਕਹਿਣ ਲੱਗਾ ਮੈਂ ਆ ਪੀਰ ਬੁੱਧੂ ਸ਼ਾਹ ਦੀ ਕੁੱਲ ਦਾ ਬੱਚਾ, ਮੈਂ ਅਮੈਰੀਕਾ ਤੋਂ ਆਇਆ ਸਿਰਫ ਇਸੇ ਕਰਕੇ ਵੀ ਸਾਡੇ ਕੋਲ ਤੇ ਇੱਕੋ ਹੀ ਕਣੀ ਹੈ ਗੁਰੂ ਕਲਗੀਆਂ ਵਾਲੇ ਦੀ। ਮੈਂ ਤੇ ਸੁਣਿਆ ਸੀ ਆਹ ਜਿਹੜੇ ਕੇਸ ਹੈ ਤੇ ਗੁਰੂ ਕਲਗੀਆਂ ਵਾਲੇ ਦੇ ਹੈ, ਪਰ ਗੁਰੂ ਕਲਗੀਆਂ ਵਾਲੇ ਇਹ ਵੀ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਮੈਂ ਸੁਣਿਆ ਸੀ ਸਿੱਖ ਦੇ ਮੁਖੜੇ ਤੇ ਜਿਹੜਾ ਦਾੜਾ ਹੈ ਉਹ ਸਿੱਖ ਦਾ ਨਹੀਂ, ਉਹ ਗੁਰੂ ਗੋਬਿੰਦ ਸਿੰਘ ਦਾ ਹੈ। ਸਿੱਖ ਦੇ ਸਿਰ ਤੇ ਦਸਤਾਰ, ਸਿੱਖ ਦੇ ਸਿਰ ਤੇ ਕੇਸ ਉਹਦੇ ਨਹੀਂ, ਗੁਰੂ ਗੋਬਿੰਦ ਸਿੰਘ ਦੇ ਹੈ। ਮੈਂ ਤੇ ਆਇਆ ਸੀ ਦੀਦਾਰਾਂ ਵਾਸਤੇ, ਮਹਾਰਾਜ ਇਸ ਕੰਘੇ ਵਿੱਚ ਇਸ ਕੇਸਕੀ ਚ ਇੰਨੀ ਕਿਰਪਾ ਰਹਿਮਤ ਆ, ਤੇਰੇ ਸਿੱਖ ਕਿੰਨੀ ਰਹਿਮਤ ਵਾਲੇ ਹੋਣਗੇ। ਪਰ ਮੈਂ ਕੀ ਤੱਕਿਆ, ਬਹੁਤਿਆਂ ਦੇ ਦਸਤਾਰ ਹੈ ਤੇ ਦਾੜਾ ਨਹੀਂ, ਤੇ ਬਹੁਤਿਆਂ ਦੇ ਦਸਤਾਰ ਵੀ ਨਹੀਂ ਤੇ ਦਾੜਾ ਵੀ ਨਹੀਂ। ਸਿਰਫ ਉਹਨੇ ਇੱਕ ਬੋਲ ਕਿਹਾ ਤੇ ਬਹਿ ਗਿਆ। ਕਹਿਣ ਲੱਗਾ ਸਾਧ ਸੰਗਤ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਸਿਰਫ ਇੰਨਾ ਕਹਾਂਗਾ ਐ ਮੇਰੇ ਸਿੱਖ ਵੀਰੋ, ਮੇਰੀ ਉਹ ਸਿੱਖ ਭੈਣੋ, ਮੇਰੀ ਉਹ ਬੱਚੀਓ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਤੇ ਧੀ ਹੋ ਕੇ ਨਾਈ ਜਾਂ ਬਿਊਟੀ ਪਾਰਲਰ ਦੀ ਕੁਰਸੀ ਤੇ ਜਾ ਕੇ ਬਹਿੰਦਾ ਨਾ, ਉਹ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸ਼ ਤੇ ਪੈਰ ਰੱਖ ਕੇ ਲੰਘ ਜਾਂਦਾ। ਅੱਜ ਮਹਿਸੂਸ ਕਰਿਓ ਪਿਆਰਿਓ, ਇਹ ਲਫ਼ਜ਼ ਇੱਕ ਮੁਸਲਮਾਨ ਕਹਿ ਰਿਹਾ, ਸਿੱਖ ਨਹੀਂ। ਅੱਜ ਸਾਡੀ ਜ਼ਿੰਦਗੀ ਕਿੱਥੇ ਖੜੋ ਗਈ ਆ? ਗੁਰੂ ਨੂੰ ਛੱਡ ਕੇ ਤੇ ਕਿਹੜਾ ਦਰ ਆ ਜਿੱਥੇ ਅਸੀਂ ਧੱਕੇ ਨਹੀਂ ਖਾ ਰਹੇ? ਕੀ ਅੰਦਰੋਂ ਇਹ ਚੀਜ਼ ਚਲੀ ਗਈ ਵੀ ਸਾਡਾ ਗੁਰੂ ਕਿੱਡੀਆਂ ਰਹਿਮਤਾਂ ਵਾਲਾ? ਇੱਕ ਘਟਨਾ ਆਨੰਦਪੁਰ ਸਾਹਿਬ ਦੀ ਹੋਰ ਯਾਦ ਆਈ ਥੋੜੇ ਸਮੇਂ ਪਹਿਲਾਂ ਦੀ। ਗੁਰਮੁਖ ਪਿਆਰੇ ਜਾਣਦੇ ਆ, ਚੰਡੀਗੜ੍ਹ ਦੇ ਇੱਕ ਵਿਦਵਾਨ ਸੱਜਣ ਹੈ, ਹੁਣ ਚੜ੍ਹਾਈ ਕਰ ਗਏ, ਪ੍ਰਿੰਸੀਪਲ ਹਰਭਜਨ ਸਿੰਘ ਜੀ। ਉਹਨਾਂ ਗੁਰਮਤ ਕਾਲਜ ਮਿਸ਼ਨਰੀ ਕਾਲਜਾਂ 'ਚ ਬੜੇ ਸਟੂਡੈਂਟ ਪ੍ਰਚਾਰਕ ਤਿਆਰ ਕੀਤੇ, ਬਹੁਤ ਕੌਮ ਲਈ ਕੰਮ ਕੀਤਾ। ਉਹਨਾਂ ਦਾ ਪੁੱਤ 10 ਕੁ ਸਾਲਾਂ ਦਾ ਹੋਇਆ, ਉਹ ਆਨੰਦਪੁਰ ਸਾਹਿਬ ਲੈ ਕੇ ਆਏ। ਪੁੱਤਰ ਉਹਨਾਂ ਦਾ ਜਿਉਂਦਾ ਜਾਗਦਾ, ਬੜੀਆਂ ਸੋਹਣੀਆਂ ਕਿਤਾਬਾਂ ਲਿਖੀਆਂ ਉਹ ਲੈ ਕੇ ਆਏ ਪੁੱਤਰ ਨੂੰ, ਤੇ 5 ਪਿਆਰੇ ਸਹਿਬਾਨ ਅੰਮ੍ਰਿਤ ਦੀ ਦਾਤ ਲਈ ਤਿਆਰ ਹੈ। ਉਹਨਾਂ ਪੁੱਤ ਨੂੰ ਅੰਦਰ ਭੇਜ ਦਿੱਤਾ। ਹੁਣ 5 ਪਿਆਰੇ ਸਹਿਬਾਨ ਪਹਿਲਾਂ ਪੁੱਛਦੇ ਆ, ਭਾਈ ਸਾਰੇ ਮਨੋਂ ਆਏ ਹੋ, ਧੱਕੇ ਨਾਲ ਤਾਂ ਨਹੀਂ ਕੋਈ ਆਇਆ? ਕੱਲੇ ਕੱਲੇ ਨੂੰ ਵੇਖ ਕੇ ਉਹਨਾਂ 10 ਸਾਲਾਂ ਦੇ ਬੱਚੇ ਨੂੰ ਵੇਖਿਆ। ਕਹਿਣ ਲੱਗੇ ਪੁੱਤ ਤੇਰੇ ਨਾਲ ਕੌਣ ਆਇਆ? ਉਹਨੇ ਆਖਿਆ ਜੀ ਮੇਰੇ ਮਾਂ ਤੇ ਪਿਤਾ ਜੀ ਆ, ਪਰ ਬਾਹਰ ਬੈਠੇ ਨੇ। ਕਹਿਣ ਲੱਗੇ ਤੈਨੂੰ ਅੰਮ੍ਰਿਤ ਨਹੀਂ ਛਕਾ ਸਕਦੇ, ਜਾਂ ਸਦਕੇ ਲਿਆ ਉਹਨਾਂ ਨੂੰ। ਉਹ ਦੋਵਾਂ ਨੂੰ ਸਦਕੇ ਲਾਇਆ, ਪ੍ਰਿੰਸੀਪਲ ਸਾਹਿਬ ਅੰਦਰ ਆਏ। ਕਹਿਣ ਲੱਗੇ ਖਾਲਸਾ ਜੀ ਹੁਕਮ। ਕਹਿਣ ਲੱਗੇ ਤੇਰਾ ਪੁੱਤ ਬਹੁਤ ਛੋਟਾ ਹੈ, ਇਹਨੂੰ ਅੰਮ੍ਰਿਤ ਨਹੀਂ ਛਕਾ ਸਕਾਂਗੇ। ਕਹਿਣ ਲੱਗੇ ਜੀ ਸੱਤ ਹੈ, ਹਾਂ ਛਕਾ ਦਿਆਂਗੇ ਤਾਂ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਵਾਅਦਾ ਕਰ ਵੀ ਤੁਸੀਂ ਇਸ ਬੱਚੇ ਦੀ ਗਵਾਹੀ ਦਿਓਗੇ, ਭਾਵ ਇਹਦਾ ਧਿਆਨ ਰੱਖੋਗੇ। ਤੇ ਫਿਰ ਪ੍ਰਿੰਸੀਪਲ ਹਰਭਜਨ ਸਿੰਘ ਹੱਥ ਜੋੜ ਕੇ ਕਹਿਣ ਲੱਗੇ ਵੀ ਨਹੀਂ ਖਾਲਸਾ ਜੀ, ਤੁਸੀਂ ਗੁਰੂ ਰੂਪ ਹੋ, ਮੈਂ ਕੋਈ ਗਵਾਹੀ ਨਹੀਂ ਦੇ ਸਕਦਾ। ਹਾਂ
मैं एक बेनती कर सकता है। कहने लगे दसो। आखिया मैं आ संसारी पिता, संसारी बापू, मैं आज हां कल नहीं, कल हां परसों नहीं, मैं ते मारी जाना है। पर धन गुरु गोबिंद सिंह साहब कलगिया वाला सी है ते रहेगा। मैं ते संसारी बापू वाली मोर ला के निरंकारी बापू का पुत बनाउन आया। तुसीं गुरु गोबिंद सिंह साहब नू पुछ लो, जे वह गवाही दिंदे है ते इनू अमृत छका दिओ, जे नहीं दिंदे ते ना छकाओ। भाव की उहनां दी गल च, जदों जीवन का दाता गुरु बन गया ना, मन चो ये डर कढ दिओ भी साथों निभना नहीं। इदा नहीं हुंदा कदी, ये कदी नहीं हुंदा। साडे मापे जी धीआं नू अमृत नहीं छकाउंदे, आए जी इन्हां लई वर नहीं मुड़ के मिलना। प्यारियो बंदा कौन है वर लभण वाला? गुरु ते कोई भरोसा नहीं। हर नाल रहो तू मन मेरे दुख सब विसारना, अंगीकार हो करे तेरा कारज सब सवारना। सारे कारजां दी सवारी करन वाला जिन्हां सतगुरु नू जाणिया। वीर जी गल कर रहे सन चमकौर साहब दी, जिस वेले कृपा होई रहमत वरत गई, शहादत साहिबजादियां दी, 40 गुर सिख प्यारियां दी, ते नहरों पार आ जी पिंड बेला, बेले दी रहन वाली आ भैण हरशरन कौर, जिहड़ी सिंघां दा सस्कार करदी आ। जालम उस भैण नूं चुके जिउंदिआं ही बल दी चिखा विच सुट दिंदे आ जिथे वह कुरबान हो गई। एक पुस्तक है बहुमुले इतिहासिक लेख सरदार करम सिंह हिस्टोरीयन, उहदे विच एक 95 सफे उत्ते लेख है बीबी बलवंत कौर जी का, अज दे सिख ते पुरातन सिख। मैं तू कह के समाप्ति कर देनी, हुक्म हो गया। जदों सस्कार हो गए, बेले पिंड दे रहन वाले एक बजुर्ग ने, मैं फिर बेनती कर दिया पिछोकड़ नूं थोड़ा फिर चेते कर लीए, इन्हां इलाकियां विच महाराज गुरु कलगियां वाले दी रहमत या सिखी आ। इस पिंड दे एक बजुर्ग ने इस शहीदां दी खाक नूं राख नूं कट्ठियां कीता, अंगीठे नूं टोआ पुट के उत्थे ही दफना दिता। समा चाले चलिया जी, जदों वेला आया मिसलां दा, सरदार नवाब कपूर सिंह जी मिसलां दे अखीर वेले उन्हां नूं ये इलाका मिलिया भी इस इलाके का सेवा संभाल तुसां करना है। चमकौर उन्हां दे हिस्से आया। नवाब कपूर सिंह जी दी कुल विच एक गुरमुख होया सरदार दयाल सिंह, 22 सालां दा गभरू। उहदी इन्नी भावना, अमीर बड़े सन, रईस बड़े, भावना बड़ी। उहने रोज बेले तो आउणा इस इलाके विच, सुनिया सी भी महाराज जी दे साहिबजादे ते सिखां दा सस्कार इस इलाके च होया। उहने बड़ी थां खुदवाई, खैर जी बड़ी मेहनत बाद वह निशानदेही होई। वह राख कुछ निशानियां सिखां दे श्री साहिबां दीआं वह लभ गई। इत्थे फिर चमकौर साहब का जिहड़ा स्थान आ गुरद्वारा श्री कतलगढ़ साहिब, उहदा नींह पत्थर रखिया गया जी। अखंड पाठ साहब आरंभ होया, भोग पिया ते भोग की समाप्ति वेले ग्रंथी सिंह नूं एक बेनती की सरदार दयाल सिंह ने भी तैनूं गुरु गोबिंद सिंह का वास्ता है, मेरे लिए एक अरदास जरूर करियो। वह अरदास दे लफज की सी, धन गुरु गोबिंद सिंह जी कृपा करो, ये थां ये इलाका ये जरा जरा तुहाडा आ, सिखां नूं सेवा मिली तुहाडा अस्थान बनाउण दी, कृपा करके सेवा लै लिओ। ते एक कृपा होर करो महाराज, सरदार दयाल सिंह दे घर विच कोई औलाद ना होवे, औलाद ना होवे, इहदी अंश वंश ना वधे। महाराज दयाल सिंह इदां ही दुनिया तो चलिया जाए ते समाप्ति होई।
ਹੁਕਮ ਲਿਆ ਗੁਰਮੁਖਾਂ ਸਾਰੇ ਸਿੱਖ ਪਿਆਰ ਵਾਲੇ ਕੋਲ ਆ ਗਏ ਸਰਦਾਰ ਦਿਆਲ ਸਿਆਂ ਆਹ ਕੈਸੀ ਅਰਦਾਸ ਲੋਕੀ ਅਰਦਾਸਾਂ ਕਰਦੇ ਆ ਮੇਰੀ ਅੰਸ਼ ਵੰਸ਼ ਵਧੇ ਮੇਰੇ ਘਰ ਚ ਧੀ ਪੁੱਤਰ ਜਨਮ ਲਏ ਪਰ ਐਸੀ ਅਰਦਾਸ ਕਿਉਂ ਸਰਦਾਰ ਦਿਆਲ ਸਿੰਘ ਦੀਆਂ ਅੱਖਾਂ ਭਰੀਆਂ ਕਹਿਣ ਲੱਗੇ ਗੁਰਮੁਖੋ ਘਰ ਵਿੱਚ ਕੱਲ੍ਹ ਨੂੰ ਕੋਈ ਬੱਚਾ ਹੋ ਜਾਏ ਤੇ ਉਹਨਾਂ ਨੇ ਇਹੀ ਕਹਿਣਾ ਜਿੱਥੇ ਚਮਕੌਰ ਸਾਹਿਬ ਬਣਿਆ ਇਹ ਸਾਡੀ ਜ਼ਮੀਨ ਹੈ ਸਾਡੇ ਬਜ਼ੁਰਗਾਂ ਸੇਵਾ ਕੀਤੀ ਹੈ ਅਸਲ ਵਿੱਚ ਇਹ ਜ਼ਮੀਨ ਤੇ ਸ਼ਹੀਦਾਂ ਦੀ ਹੈ ਜਿਹੜੇ ਕੌਮ ਲਈ ਕੁਰਬਾਨ ਹੋ ਗਏ ਅਰਦਾਸ ਗੁਰੂ ਗੋਬਿੰਦ ਸਿੰਘ ਸਾਹਿਬ ਸੁਣ 92 ਸਾਲਾਂ ਦਾ ਹੋਇਆ ਜੀ ਸਰਦਾਰ ਦਿਆਲ ਸਿੰਘ ਪਰ ਉਹਦੇ ਘਰੇ ਔਲਾਦ ਕੋਈ ਨਹੀਂ ਹੋਈ ਸਿੱਖ ਐਸਾ ਆ ਜਿਹੜਾ ਗੁਰੂ ਤੋਂ ਸਭ ਕੁਝ ਕੁਰਬਾਨ ਕਰ ਦਿੰਦਾ ਹੈ ਮਹਾਰਾਜ ਸਾਡੇ ਲਈ ਸਭ ਕੁਝ ਕੁਰਬਾਨ ਕਰਦੇ ਆ ਰਹਿਮਤਾਂ ਕੌਮ ਦੀ ਝੋਲੀ ਪਾਈਆਂ ਤੇ ਬਾਪੂ ਚਰਨ ਸਿੰਘ ਸਫਰੀ ਦੇ ਬੋਲ ਨੇ ਕਿ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਵੇਂ ਮੰਜ਼ਲ ਮੁਕਾਮ ਦਾ ਵੇਖਿਆ ਨਾ ਹੰਸਾਂ ਜਿਹੇ ਪਿਆਰਿਆਂ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਵਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਗਵਾਮ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ ਮੌਤ ਉੱਤੇ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ ਇਹ ਗੁਰੂ ਕਲਗੀਆਂ ਵਾਲਾ ਬਾਪੂ ਹੀ ਹੈ ਜਿਹਦੀ ਰਸਨਾ ਕਹਿੰਦੀ ਹੈ ਪੰਥ ਵਸੇ ਮੈਂ ਉੱਜੜਾਂ ਆਗੂ ਤੇ ਅੱਜ ਵੀ ਬੜੇ ਬਣਦੇ ਕੌਮ ਦੇ ਅੱਜ ਬਹਿੰਦੇ ਸਵੇਰੇ ਉੱਠ ਜਾਂਦੇ ਸਵੇਰੇ ਬਹਿੰਦੇ ਸ਼ਾਮੀ ਉੱਠ ਜਾਂਦੇ ਇੱਕ ਆਗੂ ਕਿਤੇ ਕੌਮ ਦਾ ਆਗੂ ਹੋਵੇ ਤੇ ਬਾਪੂ ਵਰਗਾ ਜਿਹੜੀ ਗੱਲ ਗੁਰਮੁਖ ਪਿਆਰੇ ਸੁਣਾ ਰਹੇ ਸਨ ਜਦੋਂ ਬਾਬਾ ਅਜੀਤ ਸਿੰਘ ਸ਼ਹਾਦਤ ਲਈ ਚੱਲੇ ਨਾ ਮਹਾਰਾਜ ਇੱਕ ਗੱਲ ਕਹਿੰਦੇ ਬੇਟਾ ਤੁਮ ਹੀ ਹੋ ਬੇੜੇ ਪੰਥ ਕੇ ਖਵਈਆ ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚੱਲੇ ਨਈਆ ਪੁੱਤਰ ਸਿੱਖ ਕੌਮ ਦੀ ਬੇੜੀ ਤਾਂ ਅੱਗੇ ਵਧਣੀ ਹੈ ਤੁਹਾਡੇ ਸੀਸ ਦਾ ਚੱਪੂ ਲੱਗੇਗਾ ਤੇ ਤਾਂ ਮਹਾਰਾਜ ਪੁੱਤਰਾਂ ਦੀ ਕੁਰਬਾਨੀ ਕੌਮ ਦੀ ਝੋਲੀ ਪਾ ਦਿੱਤੀ ਜੀ ਆਓ ਗੁਰਮੁਖੋ ਉਸ ਮਾਲਕ ਬਾਪੂ ਦੇ ਚਰਨਾਂ ਨੂੰ ਸਿਜਦਾ ਕਰੀਏ ਉਹਦੀਆਂ ਰਹਿਮਤਾਂ ਦੀਆਂ ਕਣੀਆਂ ਨੂੰ ਹਿਰਦੇ ਵਸਾਉਣ ਦਾ ਯਤਨ ਕਰੀਏ ਫਰਜ਼ ਨਿਭਾਈਏ ਆਪਣੇ ਸਿੱਖ ਹੋਣ ਦੇ ਸਤਿਗੁਰੂ ਰਹਿਮਤ ਕਰਨ ਕੱਲ੍ਹ ਦੇ ਦੀਵਾਨ ਵਿੱਚ ਕੁਝ ਅਗਲੇ ਇਤਿਹਾਸ ਦੇ ਬੋਲ ਆਪਾਂ ਫਿਰ ਸਾਂਝੇ ਕਰਾਂਗੇ ਸ਼ੁਕਰਾਨਾ ਧੰਨਵਾਦ ਹਜ਼ੂਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਬੰਧਕ ਗੁਰਮੁਖਾਂ ਦਾ ਵੀਰ ਹਰਪ੍ਰੀਤ ਸਿੰਘ ਜੀ ਖਾਲਸਾ ਜੀ ਦਾ ਜੋ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਮਿਲਿਆ ਦਸਰੇ ਤੋਂ ਬਾਅਦ ਅਤੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਤਿੰਨਾਂ ਵੀ ਅੰਮ੍ਰਿਤਮਈ ਗੁਰਬਾਣੀ ਦੇ ਇਤਿਹਾਸ ਗੁਰਬਾਣੀ ਕੀਰਤਨ ਨਾਲ ਜੋੜਨਾ ਤਿੰਨਾਂ ਦੇ ਕੋਲੋਂ ਰੱਬੀ ਬੋਲਾਂ ਦਾ ਆਨੰਦ ਮਾਣੀਏ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਖਾਲਸਾ ਕਪੂਰਥਲੇ ਵਾਲੇ ਇਹਨਾਂ ਨੇ ਸਿੱਖ ਸੰਗਤਾਂ ਨੂੰ ਗੁਰੂ ਇਤਿਹਾਸ ਗੁਰੂ ਵਿਚਾਰਾਂ ਸਰਵਣ ਕਰਾਈਆਂ ਹਨ ਸੋ ਆਓ ਹੁਣ ਰਹਿੰਦਾ ਬਾਕੀ ਸਮਾਂ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਪਰਮੇਸ਼ੁਰ ਦੁਆਰ ਵਾਲੇ ਸਿੱਖ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਇਹਨਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਗੁਰ ਇਤਿਹਾਸ ਸਰਵਣ ਕਰਨਾ ਹੈ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਖਾਲਸਾ ਕਪੂਰਥਲੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਆਓ ਭਾਈ ਸਾਹਿਬ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ। ਆਵਾਜ਼ ਖੋਲੋ ਵੀ ਹੁਣ ਛੇਤੀ ਮਿੰਟ ਬਾਅਦ ਕਰਾਈ ਆਵਾਜ਼ ਖੋਲੋ। ਵਾਹਿਗੁਰੂ, 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 ਵਾਹਿਗੁਰੂ। Thank you.
ਦਰਵਾਜ਼ੇ ਦੀ ਆਵਾਜ਼ ਖੋਲੋ ਜੀ ਧੰਨ ਵਾਹਿਗੁਰੂ ਸਾਹਿਬ ਜੀ ਵਿਸਰ ਨਾਹੀਂ ਦਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੂ ਤੂੰ ਠਾਕੁਰ ਊਚ ਭਗਵਾਨ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਨਾਹੀਂ
मरना ठीक नया पूरा शब्द सरवण करिए सारे रल के आओ बड़े लंबे समय तो तुसी रल मिल के हाजरियां भर रहे हो सारे नाल नाल कोशिश करो सारे नाल नाल बोलो बड़ा सौखा जा शब्द है मेरे राम राय तू संतां का संत तेरे तेरे सेवक को भौ किशना ही जम नहीं आवेंगे आओ पूरा शब्द आपां सुणदे आं बड़े एकाग्रता दे नाल बड़े प्यार नाल एक एक लफ्ज नू एक एक गल नू चंगी तरह सुनने की कोशिश करे पढ़ो वाहगुरु 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 my
ध्यान किस कर्म न जाना सार न जाना कल राखी मेरी पढ़ो जिन कल राखी मेरी मेरे राम राए मेरे राम राए मेरे राम राए मेरे राम राए गुरु वाहे गुरु सारे रल के जपो कोई रसना बांधी ना रहे वाहे गुरु साहिब जी वाहे गुरु साहिब जी वाहे गुरु साहिब जी वाहे गुरु साहिब जी वाहे वाहे गुरु वाहे वाहे गुरु वाहे गुरु जपो वाहे वाहे गुरु वाहे वाहे गुरु वाहे गुरु वाहे वाहे गुरु वाहे गुरु वाहे गुरु वाहे गुरु वाहे गुरु जपो वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
ਵਾਹਿਗੁਰੂ 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 ਜਪੋ ਸਾਰੇ ਜਪੋ ਕੋਈ ਸੰਗਤ ਰਸਨਾ ਵਾਂਝੀ ਨਾ ਰਹੇ ਸਾਰੇ ਜਪੋ ਜੀ ਵਾਹਿਗੁਰੂ ਵਾਹਿਗੁਰੂ ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਤੂੰ ਦਾਤਾ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ ਨੇ ਵਾਰ ਗੋਦ ਅੰਦਰ ਜੁੜ ਬੈਠੀ ਸਮੁੱਚੀ ਸਾਧ ਸੰਗਤ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਕੱਲ ਪਹਿਲਾ ਦੀਵਾਨ ਸੀ ਅੱਜ ਦੂਸਰਾ ਦੀਵਾਨ ਹੈ ਤੇ ਉਹ ਸਾਰੇ ਆਪਾਂ ਦੂਰੋਂ ਨੇੜੋਂ ਚੱਲ ਕੇ ਵੈਸੇ ਤੇ ਆਪਾਂ ਤਕਰੀਬਨ ਮੇਰੇ ਖਿਆਲ ਚ ਦੋ ਵਾਰੀ ਹੋ ਗਏ ਆਪਾਂ ਇੱਥੇ ਹਾਜ਼ਰੀ ਭਰਦਿਆਂ ਨੂੰ ਤੀਸਰਾ ਸਾਲ ਐਤਕੀ ਪਿਛਲੇ ਜਿਹੜੇ ਸਮਾਗਮ ਹੋਏ ਉਹ ਸਾਰੇ ਰਾਤ ਦੇ ਹੋਏ ਸੀ ਐਤਕੀ ਚਲੋ ਦਿਨ ਦਾ ਪ੍ਰੋਗਰਾਮ ਇਹਨਾਂ ਨੇ ਉਲੀਕਿਆ ਵੀ ਦਿਨੇ ਕਰਨਾ ਪ੍ਰੋਗਰਾਮ ਪਰ ਦਿਨੇ ਇਉਂ ਹੁੰਦਾ ਵੀ ਇੱਕ ਤੇ ਧੁੱਪ ਜ਼ਿਆਦਾ ਲੱਗਦੀ ਜਿਵੇਂ ਹੁਣ ਤੁਸੀਂ ਬੈਠੇ ਹੋ ਕਾਫੀ ਦੇਰ ਦੇ ਬੈਠੇ ਹੋ ਕਿਉਂਕਿ ਇੱਕੋ ਚੀਜ਼ ਵਾਰੀ 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 ਇੱਕੋ ਚੀਜ਼ ਪੜਾਂਗੇ ਇੱਕ ਘੰਟਾ ਪੂਰਾ ਆਓ ਜਿਵੇਂ ਆਪਾਂ ਗੁਰਬਾਣੀ ਦਾ ਸ਼ਬਦ ਕੀਰਤਨ ਕਰਦੇ ਸੀ ਵੀ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ
ਜਦੋਂ ਕਿਤੇ ਵੀ ਆਪਾਂ ਗੁਰਬਾਣੀ ਦੇ ਵਿੱਚ ਸੰਤ ਸ਼ਬਦ ਸੁਣਦੇ ਤੇ ਸਾਡੇ ਧਿਆਨ ਵਿੱਚ ਜਦ ਹੀ ਸਾਡੇ ਵਾਲਾ ਬਾਬਾ ਆ ਜਾਂਦਾ ਹੈ, ਜਿਹਨੂੰ ਅਸੀਂ ਮੰਨਦੇ ਹਾਂ ਵੀ ਸਾਡੇ ਬਾਬਾ ਜੀ ਦੀ ਗੱਲ ਹੋ ਰਹੀ ਹੈ, ਸਾਡੇ ਸੰਤਾਂ ਦੀ ਗੱਲ ਹੋ ਰਹੀ ਹੈ। ਭਾਈ ਰੱਬ ਨੇ ਤੇ ਸਾਰੇ ਸੰਤ ਪੈਦਾ ਕੀਤੇ ਆ, ਦੁਨੀਆਂ ਦਾ ਇੱਕ ਇੱਕ ਬੰਦਾ ਸੰਤ ਵਾਂਗੂ ਪੈਦਾ ਹੋਇਆ, ਇਹ ਨਹੀਂ ਵੀ ਰੱਬ ਸਪੈਸ਼ਲ ਕੋਈ ਬੰਦੇ ਭੇਜਦਾ, ਇਹ ਨਹੀਂ ਵੀ ਰੱਬ ਪਰਮਾਤਮਾ ਕਿਸੇ ਨੂੰ ਕੋਈ ਸਪੈਸ਼ਲ ਸ਼ਕਤੀ ਦੇ ਕੇ ਭੇਜਦਾ ਸਾਰਿਆਂ ਨੂੰ। ਹੁਣ ਦੇਖੋ ਬੱਚੇ ਦਾ, ਬਹੁਤ ਵਾਰੀ ਅਰਜ ਕਰੀ ਦੀ ਵੀ ਬੱਚੇ ਦਾ ਸੁਭਾਅ ਸੰਤ ਸੁਭਾਅ ਹੀ ਹੁੰਦਾ। ਆਪਾਂ ਕਹਿੰਦੇ ਬਈ ਦੱਸੋ ਵੀ ਤੁਹਾਡੇ ਬਾਬਾ ਜੀ ਕੀ ਕੁਆਲਿਟੀ, ਕਹਿੰਦੇ ਸਾਰਿਆਂ ਨੂੰ ਪਿਆਰ ਨਾਲ ਮਿਲਦੇ ਆ। ਮੈਂ ਕਹਿੰਦਾ ਬੱਚੇ ਤੋਂ ਵੱਧ ਕੇ ਤੇ ਕੋਈ ਪਿਆਰ ਨਾਲ ਮਿਲਦਾ ਨਹੀਂ ਹੋਣਾ, ਬੱਚੇ ਨਾਲੋਂ ਵੱਧ ਕੇ ਤੇ ਕੋਈ ਤੁਹਾਡੇ ਨਾਲ ਪਿਆਰ ਨਹੀਂ ਕਰਦਾ ਹੋਣਾ। ਮੇਰੇ ਵਰਗਾ ਤਾਂ ਜਿਹੜਾ ਹੁਣ ਇੱਥੇ ਬੈਠਾ, ਮਾਫੀ ਮੰਗ ਕੇ ਕਹਿੰਦਾ ਭਾਈ, ਮੇਰੇ ਵਰਗਾ ਤਾਂ ਸ਼ਾਇਦ ਕਿਤੇ ਅੱਕ ਜਾਂਦਾ ਹੋਊਗਾ ਮਿਲਦਾ, ਕਿਸੇ ਨੂੰ ਫਤਿਹ ਬੁਲਾਉਂਦਾ ਅੱਕ ਜਾਂਦਾ ਹੋਊਗਾ, ਕਿਸੇ ਗਰੀਬ ਨੂੰ ਮਿਲਦਾ ਤੇ ਅੱਕ ਜਾਂਦਾ ਹੋਊਗਾ, ਪਰ ਬੱਚੇ ਦੇ ਅੰਦਰ ਤੇ ਕੋਈ ਈਰਖਾ ਨਹੀਂ ਨਾ ਹੁੰਦੀ ਇੱਦਾਂ ਦੀ। ਉਹਦੇ ਵਰਗਾ ਸੰਤ ਕਿੱਥੋਂ ਲੱਭੋਗੇ ਤੁਸੀਂ, ਉਹਦੇ ਵਰਗਾ ਤੁਸੀਂ ਸਾਧੂ ਸੁਭਾਅ ਵਾਲਾ, ਕਿਉਂਕਿ ਸੁਭਾਅ ਕਰਕੇ ਸਾਧੂ ਬਣਿਆ ਜਾਂਦਾ ਨਾ ਕਿ ਕੱਪੜਿਆਂ ਕਰਕੇ। ਜੇ ਕੱਪੜਿਆਂ ਕਰਕੇ ਜੋਗੀ ਬਣਦੇ ਹੁੰਦੇ, ਕੱਪੜਿਆਂ ਕਰਕੇ ਸਿੱਧ ਬਣਦੇ ਹੁੰਦੇ, ਕੱਪੜਿਆਂ ਕਰਕੇ ਕੋਈ ਧਰਮੀ ਬਣਦਾ ਹੁੰਦਾ ਤੇ ਸੱਚੇ ਪਾਤਸ਼ਾਹ ਉਹਦੇ ਜਨੇਊ ਨੂੰ ਕਦੇ ਇਨਕਾਰ ਨਾ ਕਰਦੇ, ਉਹਨੂੰ ਕਹਿੰਦੇ ਵੀ ਪਾ ਦੇ ਭਾਈ, ਜੇ ਧਰਮੀ ਬਣਦਾ ਤੇ ਮੇਰੇ ਪਾ ਦੇ। ਤੇ ਗੱਲ ਸਿਰਫ ਮੈਂ ਇੰਨੀ ਕਰਦਾ ਸੀ ਵੀ ਰੱਬ ਇਹ ਨਹੀਂ ਵੀ ਕਿਸੇ ਕੋਈ ਸਪੈਸ਼ਲ ਬੰਦੇ ਪੈਦਾ ਹੁੰਦੇ ਆ। ਜਦੋਂ ਕਬੀਰ ਸਾਹਿਬ ਦਾ ਵੇਲਾ, ਕਬੀਰ ਸਾਹਿਬ ਦਾ ਸਮਾਂ ਤੇ ਬਨਾਰਸ ਦੀ ਧਰਤੀ, ਕਿਉਂਕਿ ਇਤਿਹਾਸ ਤੁਸੀਂ ਮੇਰੇ ਤੋਂ ਪਹਿਲਾਂ ਦੋ ਪ੍ਰਚਾਰਕਾਂ ਕੋਲੋਂ ਸੁਣ ਚੁੱਕੇ ਹੋ, ਤੇ ਮੇਰਾ ਜੀ ਕਰਦਾ ਵੀ ਆਪਾਂ ਥੋੜਾ ਥੋੜਾ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਨਾਲ ਨਾਲ ਆਪਾਂ ਇਤਿਹਾਸ ਵੀ ਵਾਚਦੇ ਜਾਵਾਂਗੇ ਤੇ ਨਾਲ ਨਾਲ ਆਪਾਂ ਗੁਰਬਾਣੀ ਦਾ ਪੱਖ ਲੈ ਕੇ ਚੱਲੀਏ ਵੀ ਜਿੱਥੋਂ ਸਾਨੂੰ ਸਮਝ ਮਿਲਣੀ ਹੈ। ਦੇਖੋ ਨਾ, ਸਾਖੀਆਂ ਦਾ ਇਤਿਹਾਸ ਦਾ ਆਨੰਦ ਤੇ ਬਹੁਤ ਹੁੰਦਾ, ਐਸੀ ਗੱਲ ਨਹੀਂ। ਇਤਿਹਾਸ ਜਦੋਂ ਸੁਣਦੇ ਹਾਂ ਸਾਡਾ ਮਨ ਵੈਰਾਗੀ ਵੀ ਹੁੰਦਾ, ਸਾਡਾ ਮਨ ਵਿਆਕੁਲ ਵੀ ਹੁੰਦਾ। ਇੱਕ ਤੇ ਥੋੜ੍ਹਾ ਜਿਹਾ ਫਲੈਕਸੀਬਲ ਜੇ ਹੋ ਕੇ ਬੈਠੋ, ਥੋੜ੍ਹਾ ਜਿਹਾ ਤਕੜੇ ਹੋ ਕੇ ਬੈਠੋ, ਬਈ ਧਿਆਨ ਇੱਧਰ ਰੱਖੋ ਵੀ ਜਦੋਂ ਨੀਵੀਆਂ ਜੀਆਂ ਪੈ ਜਾਂਦੀਆਂ ਫਿਰ ਸਾਹਮਣੇ ਵਾਲੇ ਬੁਲਾਰੇ ਨੂੰ ਸੁਸਤੀ ਪੈਣ ਲੱਗ ਜਾਂਦੀ ਹੈ। ਜਦੋਂ ਕਲਾਸ 'ਚ ਨਹੀਂ ਬਹਿੰਦੇ ਨਿਆਣੇ ਤਾਂ ਟੀਚਰ ਕਹਿੰਦਾ ਵੀ ਐਂ ਬੰਦਿਆਂ ਤਰ੍ਹਾਂ ਬੈਠੋ ਵੀ ਕਲਾਸ ਲੱਗ ਰਹੀ ਹੈ ਸਾਡੀ, ਤੇ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੁਹਾਡੇ ਚਰਨਾਂ 'ਚ ਸਾਰੇ ਸੰਗਤੀ ਰੂਪ ਵਿੱਚ ਜੁੜੇ ਹਾਂ ਆਪਾਂ, ਥੋੜ੍ਹੇ ਜਿਹੇ ਤਕੜੇ ਜਿਹੇ ਹੋ ਕੇ ਬੈਠੋ। ਮੈਨੂੰ ਪਤਾ ਵੀ ਤੁਸੀਂ ਦੋ ਘੰਟਿਆਂ ਤੋਂ ਬੈਠੇ ਹੋ, 12:30 ਦਾ ਪ੍ਰੋਗਰਾਮ ਸ਼ੁਰੂ ਹੋਇਆ, ਪਰ ਫਿਰ ਵੀ ਕੋਸ਼ਿਸ਼ ਕਰੋ ਵੀ ਟਕਾ ਨਾਲ, ਜਿਹਦੇ ਪ੍ਰੋਬਲਮ ਹੈ ਉਹ ਆਪਣੇ ਗੋਡੇ ਗਿੱਡੇ ਮਾੜਾ ਮੋਟਾ ਸਿੱਧੇ ਸੁੱਧੇ ਕਰ ਲਿਓ ਤੁਸੀਂ, ਜਿਹੜੇ ਵਧੀਆ ਠੀਕ ਨੇ ਉਹ ਬੜੇ ਟਕਾ ਨਾਲ ਸੁਣਿਓ। ਆਪਾਂ ਜਿਵੇਂ ਗੱਲ ਕਰਦੇ ਸੀ ਕਬੀਰ ਸਾਹਿਬ ਬਨਾਰਸ ਦੀ ਧਰਤੀ ਤੇ ਜੰਮੇ ਤੇ ਨਾਲ ਉਹਨਾਂ ਦੇ ਭਗਤ ਰਵਿਦਾਸ ਜੀ ਸਮਕਾਲੀ ਹੈ, ਦੋਵੇਂ ਜਣੇ ਸਮਕਾਲੀ। ਸਮਕਾਲੀ ਕਹਿੰਦੇ ਨੇ ਇੱਕੋ ਸਮੇਂ, ਗੁਰੂ ਨਾਨਕ ਪਾਤਸ਼ਾਹ ਵੀ ਸਮਕਾਲੀ ਹੈ ਕਬੀਰ ਸਾਹਿਬ ਦੇ, ਭਗਤ ਰਵਿਦਾਸ ਜੀ ਵੀ ਸਮਕਾਲੀ ਨੇ, ਇੱਕੋ ਸਮੇਂ ਹੋਏ ਆ ਸਾਰੇ। ਜਦੋਂ ਕਬੀਰ ਸਾਹਿਬ ਬਨਾਰਸ ਦੀ ਧਰਤੀ ਤੇ ਰਹਿੰਦੇ ਆ ਤੇ ਉੱਥੋਂ ਦਾ ਜਿਹੜਾ ਮੇਨ ਪੁਜਾਰੀ ਆ ਉਹ ਕਹਿੰਦਾ ਵੀ ਨਾ 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 ਨਾ, ਤੂੰ ਮੰਦਰ 'ਚ ਨਹੀਂ ਵੜ ਸਕਦਾ। ਭਗਤ ਰਵਿਦਾਸ ਜੀ ਨੂੰ ਕਹਿੰਦਾ ਵੀ ਤੂੰ ਮੰਦਰ 'ਚ ਨਹੀਂ ਵੜ ਸਕਦਾ। ਕਬੀਰ ਸਾਹਿਬ ਭਗਤ ਰਵਿਦਾਸ ਜੀ ਉਹਦੇ ਘਰ ਜਾ ਕੇ ਉਹਨੂੰ ਪੁੱਛਦੇ ਆ ਵੀ ਇਹ ਦੱਸ ਵੀ ਤੂੰ ਸਾਡੇ ਨਾਲੋਂ ਸਪੈਸ਼ਲ ਕਿਵੇਂ ਹੈ, ਜਿਹੜਾ ਸਾਡੇ 'ਚ ਲਹੂ ਚੱਲਦਾ ਆ ਉਹੀ ਤੇਰੇ 'ਚ ਹੈ, ਇਹ ਨਹੀਂ ਵੀ ਤੇਰੇ 'ਚ ਦੁੱਧ ਚੱਲਦਾ ਤੇ ਮੇਰੇ 'ਚ ਲਹੂ ਚੱਲਦਾ। ਅੱਜ ਸਾਡੇ ਵਰਗੇ ਮਾਫੀ ਮੰਗ ਕੇ ਕਹਿੰਦਾ ਭਾਈ ਅਸੀਂ ਸਿਰਾਂ ਤੇ ਬਹਿ ਜਾਂਦੇ ਲੋਕਾਂ ਦੇ ਜਾ ਕੇ, ਅਸੀਂ ਬਾਬੇ ਹਾਂ, ਅਸੀਂ ਮਹਾਂਪੁਰਖ ਹਾਂ, ਸਾਡੇ ਹੱਥ ਤੋਂ ਪਾਓ, ਸਾਡੀ ਸੇਵਾ ਕਰਿਆ ਕਰੋ, ਅਸੀਂ ਰੱਬ ਤੱਕ ਤੁਹਾਡੀ ਗੱਲ ਪਹੁੰਚਾਵਾਂਗੇ। ਹਰੇਕ ਬੰਦਾ ਰੱਬ ਦਾ ਪਾਰਟ ਹੈ, ਪਰਮਾਤਮਾ ਦਾ ਹਿੱਸਾ, ਹਰੇਕ ਬੰਦਾ ਪਰਮਾਤਮਾ ਦੀ ਅੰਸ ਹੈ। ਕਹੋ ਕਬੀਰ ਇਹ ਰਾਮ ਕੀ ਅੰਸ, ਤੇ ਕਬੀਰ ਸਾਹਿਬ ਕਹਿੰਦੇ ਸੀ ਵੀ ਦੱਸੋ ਤੁਸੀਂ ਕਿਵੇਂ ਸਪੈਸ਼ਲ ਹੋ, ਤੇ ਉਹ ਕਹਿੰਦੇ ਸੀ ਹੁਣ ਸਾਡਾ ਜਨਮ ਕਹਿੰਦੇ ਬ੍ਰਾਹਮਣਾਂ ਦੇ ਕਰਦਾ ਆ, ਤੇ ਸੱਚੇ ਪਾਤਸ਼ਾਹ ਨੇ ਉਸ ਜਾਤੀ ਨਾਲ ਕੋਈ ਵਿਰੋਧ ਨਹੀਂ ਕੀਤਾ, ਜਾਤ ਦੀ ਨਹੀਂ ਕੋਈ ਵਿਰੋਧ ਤਾਂ ਕਰਦੇ। ਪਹਿਲੀ ਗੱਲ ਤੇ ਗੁਰਬਾਣੀ ਨੇ ਕੋਈ ਜਾਤ ਮੰਨੀ ਹੋਈ ਨਹੀਂ ਕਿਸੇ ਬੰਦੇ ਦੀ। ਸੱਚੇ ਪਾਤਸ਼ਾਹ ਕਹਿੰਦੇ ਆ ਵੀ ਮੈਂ ਕਿਸੇ ਜਾਤ ਦਾ ਵਿਰੋਧੀ ਨਹੀਂ, ਮੈਂ ਕਿਸੇ ਕਾਸ਼ਟ ਦਾ ਵਿਰੋਧੀ ਨਹੀਂ। ਜੇ ਕਾਸ਼ਟ ਦੇ ਜਾਤ ਦੇ ਵਿਰੋਧੀ ਹੁੰਦੇ ਤੇ ਆ 11 ਦੇ 11 ਭੱਟ ਜਿਹੜੇ ਬ੍ਰਾਹਮਣਾਂ ਦੇ ਘਰ ਦੇ ਜੰਮੇ ਆ ਉਹ, ਸੱਚੇ ਪਾਤਸ਼ਾਹ ਕਿਉਂ ਬਾਣੀ ਦਰਜ ਕਰਦੇ ਵੀ ਉਹਨਾਂ ਦੀ? ਭਗਤ ਤ੍ਰਿਲੋਚਨ ਜੀ ਦਾ ਜਨਮ ਜਿਹੜਾ ਬ੍ਰਾਹਮਣਾਂ ਦੇ ਘਰ ਦਾ ਆ,
ਜੰਮੇ ਉਹ ਬ੍ਰਾਹਮਣਾਂ ਦੇ ਘਰ ਵਿੱਚ ਹੈ ਪਰ ਸੱਚੇ ਪਾਤਸ਼ਾਹ ਨੇ ਜਾਤ ਦੀ ਨਹੀਂ ਵਿਰੋਧਤਾ ਕੀਤੀ, ਗੱਲ ਇਸ ਗੱਲ ਦੀ ਵਿਰੋਧਤਾ ਕਰਦੇ ਆ ਵੀ ਤੁਸੀਂ ਇਹਨਾਂ ਨੂੰ ਹੱਕ ਕਿਉਂ ਨਹੀਂ ਦਿੰਦੇ, ਇਹਨਾਂ ਦੇ ਇਹਨਾਂ ਨਾਲ ਤੁਸੀਂ ਧੱਕਾ ਕਿਉਂ ਕਰਦੇ ਹੋ। ਤੇ ਸੱਚੇ ਪਾਤਸ਼ਾਹ ਨੇ ਫਿਰ ਬਾਬਾ ਕਬੀਰ ਸਾਹਿਬ ਉਹਨਾਂ ਨੂੰ ਜਾ ਕੇ ਪੁੱਛਦੇ ਸੀ, ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਦ ਬ੍ਰਾਹਮਣ ਹਮ ਕਦ ਸੂਦ, ਹਮ ਕਦ ਲੋਹੂ ਤੁਮ ਕਦ ਦੂਧ। ਕਹਿੰਦੇ ਮੇਰੇ ਚ ਲਹੂ ਚੱਲਦਾ, ਤੇਰੇ ਚ ਦੁੱਧ ਨਹੀਂ ਚੱਲਦਾ। ਇਸ ਕਰਕੇ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ। ਜਿੱਦਣ ਅਸੀਂ ਜੰਮਦੇ ਹਾਂ ਸਾਡਾ ਸੁਭਾਅ ਸਾਰਿਆਂ ਦਾ ਹੀ ਸੰਤਾਂ ਵਰਗਾ ਸੀ, ਕਦੇ ਸੀ ਕਿਸੇ ਗਵਾਂਢੀ ਨਾਲ ਈਰਖਾ, ਗਵਾਂਢੀ ਗੱਡੀ ਲਿਆਵੇ, ਗਵਾਂਢੀ ਕੋਠੀ ਬਣਾਵੇ, ਕੋਈ ਆਉਂਦਾ ਸੀ ਸਾਡੇ ਮਨ ਚ ਖਿਆਲ, ਖਿਆਲ ਹੀ ਨਹੀਂ ਸੀ ਭਾਈ ਉਹਦੀ ਹੈਗੀ ਚੀਜ਼ ਉਹ ਲੈ ਆ, ਠੀਕ ਹੈ ਹੈ ਸੀ ਵੈਰ ਵਿਰੋਧ ਵਾਲੀ ਗੱਲ ਕੋਈ, ਬੋਲਿਆ ਸੀ ਕਦੇ ਕਿਸੇ ਨੂੰ ਕੌੜਾ, ਬੋਲੇ ਸੀ ਕਿਤੇ ਮਾੜੇ ਬੋਲ ਕਦੇ ਕਿਸੇ ਨੂੰ ਨਹੀਂ ਸੀ ਬੋਲੇ। ਜਿੱਦਣ ਜੰਮਦੇ ਆ ਜੇ ਤੇ ਬੰਦੇ ਦਾ ਸੁਭਾਅ ਉਹੀ ਕਾਇਮ ਰਵੇ ਤੇ ਫਿਰ ਸੱਚਮੁੱਚ ਹੀ ਸਾਧੂ ਹੈ। ਜੇ ਸੁਭਾਅ, ਕਿਉਂਕਿ ਗਵਾਚਦਾ ਕੀ ਆ ਸਾਡਾ, ਸਾਡਾ ਸੁਭਾਅ ਗਵਾਚਦਾ, ਰੱਬ ਨਹੀਂ ਗਵਾਚਦਾ, ਪਰਮਾਤਮਾ ਨਹੀਂ ਗਵਾਚਦਾ। ਜਿਵੇਂ ਆਪਾਂ ਰੋਜ਼ ਰਹਿ ਰਾਜ ਸਾਹਿਬ ਅੰਦਰ ਪੜ੍ਹਦੇ ਹਾਂ, ਹਰ ਬਿਸਰਤ ਤੇਰੇ ਗੁਣ ਗਲਿਆ, ਗਲਦੇ ਤੇ ਗੁਣ ਹੈ ਸਾਡੇ, ਨਿਕਲਦੇ ਤੇ ਸਾਡੇ ਵਿੱਚੋਂ ਸਾਡਾ ਜਿਹੜਾ ਸੁਭਾਅ ਰੱਬ ਨੇ ਬਣਾ ਕੇ ਭੇਜਿਆ ਸਾਡਾ, ਜਿਹੜਾ ਸਾਨੂੰ ਕੁਦਰਤ ਵੱਲੋਂ ਮਿਲਿਆ, ਉਹ ਜਦੋਂ ਸਾਡਾ ਸੁਭਾਅ ਗਵਾਚਦਾ ਫਿਰ ਬੰਦਾ ਸ਼ੈਤਾਨ ਬਣ ਜਾਂਦਾ, ਫਿਰ ਸਾਧੂ ਨਹੀਂ ਰਹਿੰਦਾ। ਤੇ ਇਸ ਕਰਕੇ ਜਿਹੜੇ ਉਸੇ ਸੁਭਾਅ ਨੂੰ ਨਾਲ ਲੈ ਕੇ ਚੱਲਦੇ ਆ, ਉਹਦੇ ਤੇ ਪਹਿਰਾ ਦਿੰਦੇ ਰਹਿੰਦੇ ਆ, ਜਿਵੇਂ ਜੰਮੇ ਸੀ ਕਦੇ ਈਰਖਾ ਨਹੀਂ, ਕਦੇ ਕਿਸੇ ਨਾਲ ਕੋਈ ਵੈਰ ਨਹੀਂ ਰੱਖਿਆ, ਕੋਈ ਵਿਰੋਧ ਨਹੀਂ ਰੱਖਿਆ ਕਿਸੇ ਨਾਲ, ਜਿੱਥੇ ਹੈਗੇ ਆ ਬੜੇ ਖੁਸ਼ ਹੈ। ਤੇ ਬਸ ਇਹਨੂੰ ਸਾਧੂ ਸੁਭਾਅ ਕਹਿ ਸਕਦੇ ਹਾਂ ਆਪਾਂ। ਤੇ ਇਸੇ ਗੱਲ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਕਹਿੰਦੇ ਤੂੰ ਉਹਨਾਂ ਦਾ ਉਹ ਤੇਰੇ ਵਰਗੇ ਆ, ਬਸ ਤੂੰ ਉਹਨਾਂ ਵਰਗਾ ਉਹ ਤੇਰੇ ਵਰਗੇ ਹੈ। ਤੇ ਸਾਡੇ ਵਿੱਚੋਂ ਕੋਈ ਵੀ ਸਾਧੂ ਬਣ ਸਕਦਾ ਹੈ, ਇਹ ਨਹੀਂ ਵੀ ਤੁਸੀਂ ਚੋਲਾ ਪਾਉਣਾ ਪੈਣਾ, ਤੁਹਾਨੂੰ ਪੱਗ ਚਿੱਟੇ ਰੰਗ ਦੀ ਬੰਨਣੀ ਪੈਣੀ ਹੈ, ਇਹ ਵੀ ਨਹੀਂ ਤੁਹਾਨੂੰ ਕੱਪੜੇ ਕੋਈ ਵੱਖਰੇ ਪਾਉਣੇ ਪੈਣੇ ਹੈ। ਆਪਣੇ ਸੁਭਾਅ ਨੂੰ ਕਾਇਮ ਕਰੀਏ, ਜਿੱਦਣ ਸਾਡਾ ਸੁਭਾਅ ਆਪਣਾ ਪੁਰਾਣਾ ਸੁਭਾਅ ਕਾਇਮ ਹੋ ਜਾਊਗਾ, ਸਾਧੂ ਬਣ ਜਾਂਗੇ, ਫਿਰ ਐਂ ਲੱਗੂ ਵੀ ਰੱਬ ਸਾਡਾ, ਅਸੀਂ ਰੱਬ ਦੇ ਹਾਂ, ਬਸ ਅਸੀਂ ਪਰਮਾਤਮਾ ਦਾ ਹਿੱਸਾ ਹਾਂ, ਉਹ ਸਾਡਾ, ਅਸੀਂ ਉਹਦੇ ਵਿੱਚ ਰਹਿੰਦੇ ਹਾਂ। ਫਿਰ ਜਦੋਂ ਏਦਾਂ ਦੀ ਫਿਰ ਅਵਸਥਾ ਬਣ ਜਾਂਦੀ, ਬੰਦੇ ਦੀ ਸੋਚ ਏਦਾਂ ਦੀ ਬਣ ਜਾਂਦੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਜਿਹਦੇ ਇੱਥੇ ਦਿਮਾਗ ਵਿੱਚ ਇਹ ਗੱਲ ਆ ਗਈ ਵੀ ਆਪਾਂ ਉਹਦਾ ਪਾਰਟ ਆ, ਇੱਕ ਉਹਦਾ ਹਿੱਸਾ ਆ, ਤੇ ਫਿਰ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣਾ ਮਾਇਆ ਮਦ ਮਾਤਾ। ਇਹ ਨਹੀਂ ਵੀ ਮਾਇਆ ਦੇ ਵਿੱਚ ਮਸਤ ਹੋ ਕੇ ਮਰਨ ਨਹੀਂ ਭੁੱਲ ਜਾਂਦਾ, ਮਰਨਾ ਚੀਤ ਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ। ਫਿਰ ਕੋਈ ਡਰ ਨਹੀਂ ਰਹਿੰਦਾ, ਕਾਹਦਾ ਡਰ, ਨਾ ਕਦੇ ਗਮੀ ਦਾ ਡਰ ਹੈ, ਨਾ ਕਦੇ ਖੁਸ਼ੀ ਦਾ ਬਹੁਤਾ ਚਾਅ ਆ। ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਇਸ ਕਰਕੇ ਇਹ ਗੱਲ ਧਿਆਨ ਚ ਰੱਖਿਓ, ਜਿੱਦਣ ਜੰਮਦੇ ਆ ਉਦਣ ਸਾਰੇ ਹੀ ਸੰਤ ਹੁੰਦੇ ਆ, ਕੋਈ ਸਪੈਸ਼ਲ ਨਹੀਂ ਜੰਮਦਾ, ਕੋਈ ਸਪੈਸ਼ਲ ਨਹੀਂ ਦੁਨੀਆਂ ਤੇ ਆਉਂਦਾ। ਇਹ ਤੇ ਸੁਭਾਅ ਨੂੰ ਜਿਹੜਾ ਬੰਦਾ ਕਾਇਮ ਕਰ ਲੈਂਦਾ ਆਪਣੇ ਆਪ ਨੂੰ, ਉਹ ਸਾਧੂ ਬਣ ਜਾਂਦਾ ਹੈ। ਜਿਹੜਾ ਇੱਥੇ ਰਹਿ ਕੇ ਆਪਣੇ ਆਪ ਨੂੰ ਪੰਚ ਵਿਖਾਦੀ ਪੰਜਾਂ ਵਿਕਾਰਾਂ ਤੋਂ ਰੋਕ ਕੇ ਰੱਖਦਾ ਸਦਾ, ਉਹਨਾਂ ਨੂੰ ਔਗਣ ਨਹੀਂ ਬਣਨ ਦਿੰਦਾ, ਉਹ ਸਾਧੂ ਬਣ ਜਾਂਦਾ ਹੈ। ਇਹਦੇ ਬੜੇ ਵੱਡੇ ਗੁਣ ਸੀ ਸਾਡੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਆ ਇਹਦੇ ਸਾਡਾ ਗੁਣ ਹੈ, ਆਓ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਪਰ ਜਦੋਂ ਇਹ ਹਾਵੀ ਹੋ ਜਾਂਦੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਲੁੱਟਦੇ ਰਹਿੰਦੇ, ਮਾਰੈ ਲੁੱਟੈ, ਕਹਿੰਦੇ ਮਾਰਦੇ ਨੇ ਨਾਲੇ ਨਾਲੇ ਲੁੱਟਦੇ ਹੈ। ਮਾਰੈ ਲੁੱਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ, ਕਹਿੰਦੇ ਮਾਰਦੇ ਵੀ ਹੈ ਨਾਲੇ ਲੁੱਟਦੇ ਵੀ ਹੈ। ਜਿਹੜਾ ਇਹਨਾਂ ਦੇ ਅੰਡਰ ਆ ਜਾਂਦਾ ਹੈ ਫਿਰ ਉਹਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਜਾਂਦੇ ਆ। ਕਾਮ ਦਾ ਮਾਰਿਆ ਹੋਇਆ ਬੰਦਾ ਕਿੰਨੀਆਂ ਗਲਤੀਆਂ ਕਰ ਲੈਂਦਾ, ਕ੍ਰੋਧ ਦਾ ਮਾਰਿਆ ਹੋਇਆ ਬੰਦਾ ਕਿੰਨੇ ਬੰਦੇ ਕ੍ਰੋਧ ਕਰਕੇ ਕਤਲ ਕਰ ਗਏ ਹੈ ਕਿਸੇ ਦਾ, ਲੋਭੀ ਬੰਦੇ ਕਿੰਨੇ ਰਿਸ਼ਵਤਾਂ ਲੈਣ ਲੱਗ ਪਏ, ਲੋਭੀ ਬੰਦੇ ਤੇ ਰਿਸ਼ਵਤ ਨੇ ਐਸਾ ਜ਼ਿੰਦਗੀ ਦੇ ਵਿੱਚ ਬਖੇੜਾ ਪਾਇਆ ਵੀ ਨੌਕਰੀ ਤੋਂ ਹੱਥ ਧੋਣਾ ਪੈ ਗਿਆ। ਅਕਲ ਚੱਲਦੀ ਸੀ, ਇੱਕ ਵੀਡੀਓ ਚੱਲਦੀ ਸੀ, ਇੱਕ ਪੁਲਿਸ ਵਾਲਾ ਰਿਸ਼ਵਤ ਲੈਂਦਾ ਆ,
ਤੇ ਕਿੱਡੀ ਬੇਇੱਜ਼ਤੀ ਹੁੰਦੀ ਹੈ ਉਹਦੀ ਵਿਚਾਰੇ ਦੀ। ਨੌਕਰੀ ਤੋਂ ਹੱਥ ਧੋਣਾ ਪੈ ਗਿਆ। ਲੋਭ ਚਾਹੀਦਾ ਆ, ਪਰ ਲੋਭ ਜਦੋਂ ਹਾਵੀ ਹੋ ਜਾਂਦਾ ਸਾਡੇ ਤੇ ਫਿਰ ਕਹਿੰਦੇ ਜ਼ਿੰਦਗੀ ਨੂੰ ਖਰਾਬ ਕਰ ਦਿੰਦਾ। ਮੋਹ ਚਾਹੀਦਾ ਆ, ਮੋਹ ਤੋਂ ਬਿਨਾਂ ਤੁਸੀਂ ਕੰਮ ਨਹੀਂ ਕਰ ਸਕਦੇ। ਜੇ ਬੱਚਿਆਂ ਨਾਲ ਮੋਹ ਹੈ ਸਾਡਾ, ਫਿਰ ਕੰਮ ਕਰਨ ਨੂੰ ਜੀ ਕਰਦਾ। ਜੇ ਬੱਚਿਆਂ ਨਾਲ ਮੋਹ ਨਾ ਹੋਵੇ ਬੰਦਾ ਘਰੇ ਬੈਠਾ ਰਹੂ, ਕੋਈ ਕੱਖ ਨਹੀਂ ਕਰ ਸਕਦਾ, ਵਿਹਲਾ ਰਹੂ ਸਦਾ। ਹੰਕਾਰ ਚਾਹੀਦਾ। ਹੁਣ ਦੇਖੋ ਨਾ ਵੀ ਜਿਵੇਂ ਹੁਣ ਇੱਥੇ ਆਪਾਂ ਸਮਾਪਤੀ ਹੋਵੇ, ਇੱਥੇ ਛੋਟੀ ਜਿਹੀ ਗੱਲ ਸਮਝ ਲਿਓ, ਸਮਾਪਤੀ ਹੋਵੇ, ਇੱਥੇ ਕੋਈ ਅਰਦਾਸ ਕਰਨ ਵਾਲਾ ਨਾ ਹੋਵੇ। ਤੁਹਾਡੇ ਚੋਂ ਕਿਸੇ ਨੂੰ ਕਹੀਏ ਲੈ ਭਾਈ ਅਰਦਾਸ ਕਰ, ਬੰਦਾ ਕਹਿੰਦਾ ਵੀ ਠੀਕ ਹੈ ਕਰ ਲਾਂਗੇ, ਕਿਉਂਕਿ ਉਹਨੂੰ ਆਪਣੇ ਆਪ ਤੇ ਇਹ ਨਹੀਂ ਵੀ ਉਹਦੇ ਅੰਦਰ ਹੰਕਾਰ ਹੈ ਵੀ ਮੇਰੇ ਵਰਗੀ ਨਹੀਂ ਕਰ ਸਕਦਾ। ਉਹਨੂੰ ਆਪਣੇ ਆਪ ਤੇ ਮਾਣ ਹੈ ਵੀ ਮੈਂ ਠੀਕ ਹੈ ਸੇਵਾ ਕਰਨੀ ਹੈ, ਕਰ ਸਕਦਾ ਬਈ। ਗੁਰਦੁਆਰੇ ਦੀ ਕੋਈ ਸੇਵਾ ਕਰਦਾ ਵੀਰ ਭਰਾ, ਇਹ ਨਹੀਂ ਉਹ ਕਹਿੰਦਾ ਵੀ ਮੇਰੇ ਤੋਂ ਬਿਨਾਂ ਨਹੀਂ ਕੋਈ ਕਰ ਸਕਦਾ। ਕਰ ਸਕਦੇ ਬਹੁਤ ਕਰ ਸਕਦੇ ਹੈ, ਪਰ ਮੇਰੀ ਡਿਊਟੀ ਲੱਗੀ ਹੈ ਮੈਂ ਮਾਣ ਨਾਲ ਕਰਾਂ, ਮੈਂ ਚਾਹ ਨਾਲ ਕਰਾਂ ਉਹ ਚੀਜ਼। ਇਹ ਮਾੜੀਆਂ ਚੀਜ਼ਾਂ ਨਹੀਂ ਸੀ, ਪਰ ਮਾੜੀਆਂ ਬਣਾ ਦਿੱਤੀਆਂ ਗਈਆਂ, ਪਰ ਜਦੋਂ ਹਾਵੀ ਹੋ ਜਾਂਦੀਆਂ ਫਿਰ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੀਆਂ। ਮਾਰੈ ਲੁੱਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਪੰਜਾਂ ਚੋਰਾਂ ਨੇ ਲੁੱਟਿਆ ਓਏ ਘਰ ਤੇਰਾ, ਆ ਬਖਸ਼ਾ ਨਹੀਂ ਜਾਂਦਾ। ਪੰਜਾਂ ਚੋਰਾਂ ਨੇ ਲੁੱਟਿਆ ਓਏ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਬੋਲੋ ਭੈਣ ਸਾਰੇ, ਜੇ ਕਿਤੇ ਇੰਨੀ ਕੁ ਆਵਾਜ਼ ਕੱਢੀਏ ਨਾ ਆਪਾਂ ਜਿਵੇਂ ਆਪਾਂ ਗੱਲਾਂ ਕਰਦੇ ਹਾਂ, ਫਿਰ ਵੀ ਬਹੁਤ ਬਣ ਜਾਣੀ ਤੁਹਾਡੀ ਗੱਲ। ਜੇ ਇੰਨੀ ਕੁ ਆਵਾਜ਼ ਕੱਢੀਏ ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਗਾਲਾਂ ਕੱਢਣ ਲੱਗਿਆ ਕਦੇ ਸ਼ਰਮ ਨਹੀਂ ਕਰਦੇ ਆਪਾਂ, ਕਦੇ ਆਉਂਦੀ ਸ਼ਰਮ ਬਈ ਸਾਨੂੰ, ਤੀਜੇ ਘਰ ਤੱਕ ਸਾਡੀਆਂ ਆਵਾਜ਼ਾਂ ਪਹੁੰਚ ਜਾਂਦੀਆਂ ਉਦੋਂ, ਤੇ ਇੱਥੇ ਮੈਂ ਬੈਠਾ ਮੇਰੇ ਤੱਕ ਨਹੀਂ ਤੁਹਾਡੀ ਆਵਾਜ਼। ਚਲੋ ਧਾਰਨਾ ਪੜ੍ਹਨ ਦਾ ਇੱਦਾਂ ਹੁੰਦਾ ਵੀ ਥੋੜ੍ਹਾ ਜਿਹਾ ਬੰਦੇ ਨੂੰ ਕਹਿ ਲਓ ਵੀ ਸੁਸਤੀ ਜੀ ਦੂਰ ਹੋ ਜਾਂਦੀ ਹੈ, ਤਾਂ ਕਰਕੇ ਨਾਲ ਨਾਲ ਕੋਸ਼ਿਸ਼ ਕਰੋ ਬੋਲ ਸਕਦੇ ਹੋ, ਜਿਨ੍ਹਾਂ ਕੋਲ ਜਵਾਨ ਹੈ ਬੋਲਿਓਗੇ। ਜੇ ਮਾੜੇ ਮਾੜੀਆਂ ਗੱਲਾਂ ਤੋਂ ਸ਼ਰਮ ਨਹੀਂ ਕਰਦਾ ਫਿਰ ਆਹ ਤੇ ਧਾਰਨਾ ਇਹਦੇ 'ਚ ਤੇ ਕੁਛ ਗਲਤ ਨਹੀਂ, ਫਿਰ ਕਾਹਦੇ ਲਈ ਸੰਗੇ, ਫਿਰ ਕਾਹਦੇ ਲਈ ਸ਼ਰਮਾਵੇਂ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਫੜੋ ਚੋਰਾਂ ਨੇ ਲੁੱਟਿਆ ਘਰ ਤੇਰਾ, ਓਏ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਸਾਰੇ ਬੋਲੋ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਚੋਰਾਂ ਨੇ ਲੁੱਟਿਆ ਘਰ ਤੇਰਾ।
ਜਾਗਣਾ ਪੈਂਦਾ ਆ, ਇਹਦੇ ਵਿੱਚੋਂ ਅੱਖਾਂ ਖੋਲਣੀਆਂ ਪੈਂਦੀਆਂ। ਹੋਰ ਕਿਹੜੀ ਜਾਗਣ ਦੀ ਅਸੀਂ ਗੱਲ ਕਰਦੇ ਹਾਂ, ਦੁਨੀਆ ਸਾਰੀ ਜਾਗਦੀ ਆ। ਕਬੀਰ ਸਾਹਿਬ ਕਹਿੰਦੇ ਨਾ ਸੋਈਏ ਅਸਾਰ, ਕਹਿੰਦੇ ਸੌ ਨਾ ਕਦੇ। ਤੇ ਬੰਦਾ ਹੁਣ ਸਰੀਰ ਕਰਕੇ ਜਾਗਦਾ ਰਹਿੰਦਾ ਪਰ ਅੱਖਾਂ ਤੇ ਸਾਡੀਆਂ ਸੁੱਤੀਆਂ ਹੀ ਪਈਆਂ ਹੁੰਦੀਆਂ। ਕਿਹੜੀ ਕਿਹੜੀ ਨੀਂਦ ਵਿੱਚ ਸਾਡੇ ਆਸ ਪਰਿਵਾਰ ਸੁੱਤਾ ਹੀ ਪਿਆ ਸਾਡਾ। ਨੈਨੋ ਨੀਂਦ ਪ੍ਰਦ੍ਰਿਸ਼ਟ ਵਿਕਾਰ। ਮਹਾਰਾਜ ਕਹਿੰਦੇ ਆ, ਕਹਿੰਦੇ ਅੱਖਾਂ ਸੁੱਤੀਆਂ ਪਈਆਂ, ਕਹਿੰਦੇ ਕਿਵੇਂ? ਕਹਿੰਦੇ ਪਰਾਇਆ ਰੂਪ ਤੱਕਣ ਦੀ ਆਦਤ ਹੈ ਇਹਨੂੰ। ਇਹ ਜਾਂਦਾ ਗੁਰਦੁਆਰੇ ਪਰ ਦੇਖਦਾ ਮਾੜਾ ਹੀ ਉੱਥੇ ਜਾ ਕੇ ਵੀ ਸੁੱਤੀਆਂ ਪਈਆਂ ਕਿ ਨਹੀਂ। ਤਾਂ ਹੀ ਤੇ ਸਾਡੇ ਗੁਰੂ ਘਰਾਂ ਦੇ ਬਾਹਰ ਆ ਸ਼ਹਿਰਾਂ 'ਚ ਕਿਤੇ ਜਾ ਜਾ ਕੇ ਦੇਖਿਆ ਕਰੋ, ਸ਼ਹਿਰਾਂ 'ਚ ਲਿਖਣਾ ਪੈਂਦਾ ਵਿਚਾਰਿਆਂ ਨੂੰ, ਗੁਰਦੁਆਰੇ ਵਾਲਿਆਂ ਨੂੰ, ਭਾਈ ਇੱਥੇ ਕੱਪੜੇ ਠੀਕ ਪਾ ਕੇ ਆਓ। ਕਿੱਡੀ ਸ਼ਰਮ ਦੀ ਗੱਲ ਹੈ ਵੀ ਇਹ ਕਿ ਗੁਰਦੁਆਰੇ 'ਚ ਚੋਰ ਰਹਿੰਦੇ ਆ, ਕਿ ਇਹ ਧਰਤੀ ਤੇ ਸ਼ੈਤਾਨ ਰਹਿੰਦੇ ਆ। ਤੇ ਲਿਖਣਾ ਪੈ ਗਿਆ ਗੁਰੂ ਘਰਾਂ ਦੇ ਬਾਹਰ ਵੀ ਭਾਈ ਕੱਪੜੇ ਠੀਕ ਪਾ, ਕਿਉਂਕਿ ਸੁੱਤੇ ਪਏ ਆ ਨਾ ਅਸੀਂ। ਨੈਨੋ ਨੀਂਦ ਪ੍ਰਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਕਹਿੰਦੇ ਅੱਖ ਕੰਨ ਸੁੱਤੇ ਪਏ ਆ ਲੋਕਾਂ ਦੀ ਨਿੰਦਿਆ ਸੁਣ ਸੁਣ ਕੇ, ਰੱਜਦੇ ਆ ਕਿਤੇ ਬਈ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਰ। ਮਹਾਰਾਜ ਕਹਿੰਦੇ ਮਨ ਵੀ ਸੁੱਤਾ ਪਿਆ, ਤੇ ਕਬੀਰ ਸਾਹਿਬ ਕਹਿੰਦੇ ਜਾਗ ਕਦੇ ਸੌ ਨਾ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ। ਇਹ ਨਹੀਂ ਅਸੀਂ ਸਾਡਾ ਹੁਣ ਸਾਡਾ ਮਨ ਸੁੱਤਾ ਹੁੰਦਾ, ਅਸੀਂ ਸਰੀਰ ਕਰਕੇ ਜਾਗਦੇ ਹੁੰਦੇ ਹਾਂ। ਸਾਡੇ 'ਚ ਇੱਕ ਤਬਕਾ ਐਸਾ ਆ ਜਿਹੜੇ ਸਾਰਾ ਦਿਨ ਸੁੱਤੇ ਰਹਿੰਦੇ, ਰਾਤ ਨੂੰ ਕੀਰਤਨ ਕਰਨ ਲੱਗ ਜਾਂਦੇ ਆ, ਜਿਹਨੂੰ ਅਸੀਂ ਰਹਿਣ ਸਬਈਆਂ ਕਹਿ ਦਿੰਦੇ ਹਾਂ। ਕੀਰਤਨ ਕਰੋ, ਪਰ ਜੇ ਮਨ ਸੁੱਤਾ ਪਿਆ ਸਾਡਾ ਫਿਰ ਸਰੀਰ ਜਾਗੇ ਦਾ ਕੀ ਕਰਾਂਗੇ? ਮਹਾਰਾਜ ਕਹਿੰਦੇ ਜਾਗਣਾ ਜਾਗਣ ਨਹੀਂ ਕਾ ਹਰ ਕੀਰਤਨ ਮੈਂ ਜਾਗਣਾ। ਕਹਿੰਦੇ ਜਾਗਣਾ ਬਹੁਤ ਵਧੀਆ ਗੱਲ ਹੈ, ਪਰ ਰੱਬ ਦੀ ਵਡਿਆਈ 'ਚ ਜਾਗੀਏ ਅਸੀਂ, ਪਰਮਾਤਮਾ ਦੀ ਸਿਫਤ ਸਲਾਹ 'ਚ ਸਾਡਾ ਮਨ ਜਾਗੇ। ਸਰੀਰ ਦਾ ਜਾਗਿਆ ਕੀ ਕਰੂਗਾ ਜੇ ਮਨ ਸੁੱਤਾ ਪਿਆ ਆ? ਲੋਕੀ 12-12 ਵਜੇ ਤੱਕ, 2-2 ਵਜੇ ਤੱਕ ਕੀਰਤਨ ਸੁਣਦੇ ਆ, ਕਥਾ ਸੁਣਦੇ, ਚੰਗੀ ਗੱਲ ਹੈ ਸੁਣੋ, ਪਰ ਜੇ ਮਨ ਸੁੱਤਾ, ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਜਾਗੇ ਨੂੰ ਕੀ ਕਰਨਾ ਅਸੀਂ?
ਇਸ ਕਰਕੇ ਉਹ ਜਾਗਰਤੀ ਹੋਵੇ ਸਾਡੇ ਅੰਦਰ, ਉਹ ਸਾਡੇ ਅੰਦਰ ਅਵੇਅਰਨੈਸ ਹੋਵੇ ਵੀ ਹਾਂ ਬੰਦਾ ਜਾਗਦਾ ਆ, ਸਰੀਰ ਕਰਕੇ ਨਹੀਂ ਪਰ ਉਹਦਾ ਮਨ ਜਾਗਦਾ। ਦੇਹ ਦਾ ਜਾਗਣਾ ਮਹਾਨ ਨਹੀਂ ਪਰ ਮਨ ਦਾ ਜਾਗਣਾ ਮਹਾਨ ਆ। ਤੇ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਅੰਗ ਤੇ ਸੁੱਤੇ ਪਏ ਆ, ਸਰੀਰ ਦਾ ਜਾਗਿਆ ਕੀ ਕਰੂਗਾ ਸਾਡਾ, ਸਰੀਰ ਦਾ ਜਾਗਿਆ ਕੀ ਕਰੂ। ਤੇ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਕਈ ਵਾਰੀ ਇੱਦਾਂ ਤੇ ਸਾਡੇ ਮਨਾਂ 'ਚ ਸਾਰਿਆਂ ਦੇ ਵਿੱਚ ਆਪਣੇ ਆਪਣੇ ਬਾਬੇ ਆ ਜਾਂਦੇ ਆ, ਆਪਣੇ ਆਪਣੇ ਸੰਤ ਆ ਜਾਂਦੇ ਆ। ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਚੋਲੇ ਦਾ ਨਾਮ ਸੰਤ ਨਹੀਂ ਹੁੰਦਾ, ਕੱਪੜਿਆਂ ਦਾ ਨਾਮ ਸੰਤ ਨਹੀਂ ਹੁੰਦਾ, ਦਸਤਾਰ ਦਾ ਨਾਮ ਸੰਤ ਨਹੀਂ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਜੀਓ ਮੈਲੇ ਆ ਬਾਹਰੋਂ ਨਿਰਮਲ ਨੇ। ਤੇ ਕਈ ਬੰਦੇ ਐਸੇ ਕਰਦੇ ਦਿਹਾੜੀਆਂ ਪਰ ਹੈ ਵੀ ਸਾਧੂ ਵਰਗੇ ਆ, ਗੁਰੂ ਘਰਾਂ ਦੇ ਵਿੱਚ ਡਿਊਟੀਆਂ ਕਰਦੇ ਆ, ਕਈ ਬੰਦੇ ਸਾਧੂਆਂ ਵਰਗੇ ਆ। ਸਿੰਪਲ ਜੀ ਜ਼ਿੰਦਗੀ ਹੈ, ਸਿੰਪਲ ਜੀ ਲਾਈਫ ਹੈ, ਪਰ ਆਪਣੇ ਆਪ 'ਚ ਕਦੇ ਕਿਸੇ ਨਾਲ ਬੇਈਮਾਨੀ ਨਹੀਂ, ਧੋਖਾ ਨਹੀਂ, ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ, ਉਹ ਸਾਧੂ ਵਰਗੀ ਹੀ ਹੈ ਬਈ। ਇਸ ਕਰਕੇ ਹਰੇਕ ਬੰਦਾ ਜਿੱਦਣ ਜੰਮਦਾ, ਬੰਦਾ ਜੰਮਦਾ ਜਿੱਦਣ, ਉਹ ਸਾਧੂ ਵਰਗਾ ਹੀ ਹੁੰਦਾ ਜੇ ਸਾਡੇ ਉਹ ਗੁਣ ਕਾਇਮ ਰਹਿਣ। ਹੁਣ ਦਇਆ ਤੇ ਸਾਡੇ ਅੰਦਰ ਸੀ ਨਾ, ਪਰ ਹੁਣ ਹੈ ਨਹੀਂ। ਹੁਣ ਤੇ ਮਾਂ ਸਾਹਮਣੇ ਬੈਠੀ, ਮਾਂ ਕਹਿੰਦੀ ਪੁੱਤ ਦਵਾਈ ਲਿਆ ਦੇ, ਇਹ ਤਾਂ ਜੀ ਨਹੀਂ ਕਰਦਾ ਦਵਾਈ ਲਿਆਉਣ ਨੂੰ, ਭੁੱਲ ਜਾਂਦਾ, ਜਾਂ ਤੇ ਪਰਚੀ ਜੇਬ 'ਚ ਪਾਈ ਪਾਈ ਰਹਿ ਜਾਂਦੀ ਹੈ। ਆਉਂਦੀ ਦਇਆ ਕਿਤੇ? ਪਿਓ ਕਹਿੰਦਾ ਪੁੱਤ ਪਾਣੀ ਦਾ ਗਲਾਸ ਫੜਾ ਦੇ, ਇਹ ਕਹਿੰਦਾ ਤੇਰੇ ਕਿਹੜਾ ਟੁੱਟੇ ਐ, ਐਂ ਕਹਿ ਕੇ ਸਾਰ ਦਿੰਦਾ। ਆਉਂਦੀ ਕਿਤੇ ਦਇਆ? ਸੀ ਅੰਦਰ ਦਇਆ, ਪਿਘਲ ਜਾਂਦਾ ਸੀ ਮਨ, ਬਚਪਨ 'ਚ ਮਨ ਪਿਘਲ ਜਾਂਦਾ ਸੀ, ਹੁਣ ਮਨ ਇੰਨਾ ਕੱਟੜ ਹੋ ਗਿਆ ਵੀ ਹੁਣ ਤੇ ਮਾਂ ਵੀ ਮੰਗੇ ਦਵਾਈ ਤਾਂ ਵੀ ਨਹੀਂ ਲਿਆ ਕੇ ਦਿੰਦਾ। ਪਿਓ ਪਾਣੀ ਦਾ ਗਲਾਸ ਮੰਗੇ, ਪਿਓ ਰੋਟੀ ਮੰਗੇ, ਨਹੀਂ ਜੀ ਕਰਦਾ ਫੜਾਉਣ ਨੂੰ। ਇੰਨਾ ਦਇਆ ਹੀ ਖਤਮ ਹੋ ਗਈ, ਕਿਉਂਕਿ ਗੁਣ ਗਲ ਗਏ। ਰੱਬ ਨਹੀਂ ਗਵਾਚਿਆ, ਪਰਮਾਤਮਾ ਨਹੀਂ ਗਵਾਚਿਆ, ਗਵਾਚੇ ਤੇ ਸਾਡੇ ਗੁਣ ਹੈ। ਇਸ ਕਰਕੇ ਬੰਦੇ ਨੇ ਸਾਂਝ ਕਾਹਦੀ ਕਰਨੀ ਹੈ? ਕਹਿੰਦੇ ਗੁਣਾਂ ਦੀ। ਸਾਂਝ ਕਰੀਜੈ ਗੁਣਾਂ ਕੇਰੀ, ਛੋੜ ਅਵਗੁਣ ਚੱਲੀ ਹੈ। ਤੇ ਸਾਡੇ ਸਤਿਗੁਰੂ ਦੀ ਕਿਤੇ ਬਾਣੀ ਪੜ੍ਹ ਕੇ ਦੇਖੋ, ਆਪਣੇ ਸਤਿਗੁਰੂ ਜੀ ਦੀ ਇੱਕ ਇੱਕ ਬੋਲ ਪੜ੍ਹ ਕੇ ਦੇਖੋ, ਇੱਕ ਇੱਕ ਸ਼ਬਦ ਪੜ੍ਹ ਕੇ ਦੇਖੋ, ਜਿੱਥੋਂ ਜਿੱਥੋਂ ਗੁਰੂ ਸਾਹਿਬ ਨੂੰ ਗੁਣ ਮਿਲਿਆ ਸੱਚੇ ਪਾਤਸ਼ਾਹ ਉਹ ਗੁਣ ਨੂੰ ਧਾਰਨ ਕਰਦੇ ਗਏ। ਛੋਟੀ ਜਿਹੀ ਉਦਾਹਰਣ ਦਿਆਂ, ਕੱਲ੍ਹ ਵੀ ਅੰਬਾਲੇ ਪ੍ਰੋਗਰਾਮ ਸੀ, ਉੱਥੇ ਵੀ ਬੇਨਤੀ ਕੀਤੀ ਵੀ ਭਾਈ ਵੀਰ ਸਿੰਘ ਦਾ ਜਦੋਂ ਆਪਾਂ ਕਈ ਵਾਰੀ ਪੜ੍ਹਦੇ ਹਾਂ ਨਾ, ਕਵਿਤਾਵਾਂ ਪੜ੍ਹਦੇ ਹਾਂ ਉਹਨਾਂ ਦੀਆਂ, ਤੇ ਉਹ ਕਿੰਨੇ ਧਿਆਨ ਨਾਲ ਹਰ ਚੀਜ਼ ਨੂੰ ਦੇਖਦੇ ਆ, ਮੋਰ ਨੂੰ ਦੇਖਦੇ ਆ ਤਾਂ ਕਵਿਤਾ ਲਿਖ ਦਿੰਦੇ ਆ, ਜੇ ਕਿਤੇ ਝਰਨੇ ਤੇ ਬੈਠੇ ਤਾਂ ਉੱਥੇ ਜਾ ਕੇ ਉਹਨਾਂ ਨੇ ਕਵਿਤਾ ਲਿਖਤੀ। ਇੱਕ ਦਿਨ ਭਾਈ ਵੀਰ ਸਿੰਘ ਕਹਿੰਦੇ ਮੈਂ ਗਿਆ ਝਰਨੇ ਦੇ ਕੰਢੇ ਤੇ, ਝਰਨੇ ਦੇ ਕਿਨਾਰੇ ਤੇ ਭਾਈ ਵੀਰ ਸਿੰਘ ਬੈਠੇ, ਏਦਾਂ ਲੋਕ ਆਉਂਦੇ ਆ ਝਰਨੇ ਦਾ ਆਨੰਦ ਮਾਣਦੇ ਆ, ਪੰਛੀ ਆਏ ਐ ਉਡਾਰੀਆਂ ਮਾਰਦੇ ਆਏ, ਸਾਰਾ ਦਿਨ ਉੱਥੇ ਆਨੰਦ ਮਾਣਿਆ ਉਹਨਾਂ ਨੇ। ਤੇ ਸ਼ਾਮਾਂ ਪਈਆਂ, ਸ਼ਾਮ ਹੋਈ ਤੇ ਸਾਰੇ ਉੱਡ ਗਏ, ਸੈਲਾਨੀ ਜਿਹੜੇ ਆਏ ਸੀ ਦੇਖਣ ਝਰਨੇ ਨੂੰ ਕਹਿੰਦੇ ਉਹ ਵੀ ਚਲੇ ਗਏ, ਪੰਛੀ ਵੀ ਚਲੇ ਗਏ। ਪਰ ਮੈਂ ਇੱਕ ਵੀਰ ਸਿੰਘ ਕਹਿੰਦੇ ਮੈਂ ਇੱਕ ਕਮਾਲ ਦੀ ਗੱਲ ਇਹ ਦੇਖੀ ਵੀ ਸਾਰੇ ਚਲੇ ਗਏ ਪਰ ਝਰਨਾ ਵਗਣੋਂ ਰੁਕਿਆ ਨਹੀਂ। ਕਿਉਂ ਨਹੀਂ ਰੁਕਿਆ? ਕਿਉਂਕਿ ਉਹਦੇ ਅੰਦਰ ਇੱਕ ਇੱਛਾ ਵੀ ਮੈਂ ਸਮੁੰਦਰ ਨੂੰ ਮਿਲਣਾ, ਉਹਦੇ ਅੰਦਰ ਚਾਹਨਾ ਇਹ ਹੈ ਵੀ ਮੈਂ ਆਪਣੇ ਅਸਲੇ ਨਾਲ ਮਿਲ ਜਾ, ਮੈਂ ਜਿੱਥੋਂ ਆਇਆ ਉੱਥੇ ਮਿਲਾਂ ਮੈਂ। ਉਹ ਤਾਂ ਕਰਕੇ ਵਹਿੰਦਾ, ਨਿਊ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ। ਤੇ ਹੁਣ ਕਮਾਲ ਦੀ ਗੱਲ ਇਹ ਦੇਖੋ ਵੀ ਕਿੰਨੇ ਧਿਆਨ ਨਾਲ ਉਹਨਾਂ ਨੇ ਉਹ ਚੀਜ਼ ਨੂੰ ਵਾਚ ਕੀਤਾ ਹੋਣਾ, ਕਿੰਨੇ ਧਿਆਨ ਨਾਲ ਉਹ ਝਰਨੇ ਨੂੰ ਉਹਨਾਂ ਨੇ ਦੇਖਿਆ ਹੋਣਾ। ਅਸੀਂ ਜੇ ਸਿੱਖਣਾ ਚਾਹੁੰਦੇ ਹੋਈਆਂ, ਸਾਡਾ ਨਾਮ ਸਿੱਖ ਹੈ ਪਰ ਆਪਾਂ ਸਿੱਖਦੇ ਕਿੱਥੇ ਹਾਂ ਵੀ ਕੁਛ? ਆਪਾਂ ਕਹਿੰਦੇ ਸਾਨੂੰ ਕਿੱਥੇ ਬਾਣੀ ਪੜ੍ਹਨੀ ਆਉਂਦੀ ਹੈ, ਸਾਡਾ ਜਪਜੀ ਸਾਹਿਬ ਪੜ੍ਹਨ ਨੂੰ ਜੀ ਨਹੀਂ ਕਰਦਾ। ਭਾਈ ਜਿੱਦਣ ਮੋਬਾਈਲ ਲਿਆਂਦਾ ਸੀ ਉਦਣ ਕਿਤੇ ਆਉਂਦਾ ਸੀ ਚਲਾਉਣਾ, ਅੱਜ ਆ ਗਿਆ ਕਿ ਨਹੀਂ ਚਲਾਉਣਾ ਸਾਨੂੰ? ਜਿੱਦਣ ਸਾਡੇ ਬਜ਼ੁਰਗ ਟਰੈਕਟਰ ਲੈ ਕੇ ਆਏ ਸੀ ਆਉਂਦਾ ਸੀ ਕਿਸੇ ਨੂੰ ਚਲਾਉਣਾ? ਨਹੀਂ ਸੀ ਆਉਂਦਾ, ਪਰ ਸਿੱਖ ਗਏ। ਹੁਣ ਕੰਪਿਊਟਰ ਕਿਹਨੂੰ ਚਲਾਉਣਾ ਆਉਂਦਾ ਸੀ? ਆਵਾਜ਼ਾਂ ਜਿਹੜਾ ਅੱਜ ਮੇਰੇ ਵਰਗਾ ਹੁਣ ਇੱਥੇ ਆਪਾਂ ਬੈਠ ਕੇ ਕੀਰਤਨ ਕਰ ਰਹੇ, ਮੈਨੂੰ ਕਿਹੜਾ ਆਉਂਦਾ ਸੀ ਵਜਾਉਣਾ? ਪਰ ਸਿੱਖਣ ਲੱਗੇ ਸਿੱਖ ਗਏ ਕਿ ਨਹੀਂ? ਤਬਲਾ ਵਜਾ ਸਿੱਖਣ ਲੱਗ ਜਾਓ, ਸਿੱਖ ਜਾਓਗੇ। ਪਰ ਇੱਕੋ ਇੱਕ ਬਾਣੀ ਹੈ ਇੱਥੋਂ ਖਹਿੜਾ ਛਡਾਉਣਾ ਚਾਹੁੰਦੇ ਹਾਂ ਅਸੀਂ ਵੀ ਨਾ ਜੀ ਸਾਨੂੰ ਕਿੱਥੇ ਜੀ, ਬਸ ਤੁਸੀਂ ਕਰੀ ਚੱਲੋ ਸਾਰਾ ਕੁਛ। ਸਾਡੇ 'ਚ ਬੜੀ ਵੱਡੀ ਇੱਕ ਪ੍ਰੋਬਲਮ ਘਾਟ ਹੈ ਇਹ। ਕਈ ਅਨਪੜ੍ਹ ਪਾਠੀ ਹੈ, ਅਨਪੜ੍ਹ ਬੰਦੇ ਪਾਠ ਕਰ ਲੈਂਦੇ ਆ, ਉਹਨਾਂ ਨੇ ਵੀ ਤੇ ਕਿਸੇ ਨੂੰ ਕਿਤੇ ਨਾ ਕੁਛ ਕੁਛ ਨਾ ਕੁਛ ਸਿੱਖਿਆ ਹੀ ਹੈ ਜ਼ਿੰਦਗੀ 'ਚ। ਸਾਡਾ ਨਾਮ ਸਿੱਖ ਹੈ ਪਰ ਆਪਾਂ ਸਿੱਖਦੇ ਨਹੀਂ। ਤੇ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ ਪੜ੍ਹ ਕੇ ਦੇਖੋ, ਇੱਕ ਪੱਤੇ ਤੋਂ ਵੀ ਸਿੱਖ ਲੈਂਦੇ ਆ ਉਹ।
गुरु अर्जन देव सचे पातशाह लोग वेशवा माड़ा कहें अमली माड़ा कहने सचे पातशाह भी गुण ले लेंगे सचे पातशाह कहने अमली अमल ना अंबड़ मच्छी नीर ना हो कहने जिमें अमली अमल तो बिना नहीं रह सकता कहने बंदिया तू रब तो बिना ना रह सके उदा चंगा पक्ष लिया अमली अमल बिना नहीं रह सकता नशा मुक जाए तो बंदे नूं तोड़ लग जाती है तड़फण लग जाता सचे पातशाह कहने अमली तू सिख लै एक वेशवा तू सिख लै एक आ दरखत दे लगे हुए पत्ते तू सिख लै तू बहुता नहीं घट्टो घट सीखण की चाहना तो रखिए अज साहबजादा का इतिहास बड़े चार नाल हर प्रचारक कथावाचक वीर भरा बड़े चार नाल प्रोग्राम होंगे बड़े चार नाल हर थान से गुरु साहब का शहीद गुरु साहब के साहबजाद्या का शहीदी दिहाड़ा माता गुजर कौर जी का शहीदी दिहाड़ा तो मैं माफी मांग के कहना किन्ने साल हो गया सानू मनाउंदियां नू ते मेरे वर्गे ने सिख्या की है हुण तक गुरु नानक साहब का गुरपुरब किन्ने वारी तुसीं जिंदगी च मनाया होना जे बजुर्गो तुहाडी 50 साल की उम्र है घट्टो घट अपनी सुरत विच जिन्ना जदों दी सुरत संभली है घट्टो घट 30 साल तो हो ही गए होने मनाउंदियां नू 20 साल छड्ड दिओ अपनी जिंदगी दे बचपन सी नहीं सी पता कुछ 20 साल छड्ड दिओ पर 30 साल तो हो गए बड़े चा नाल गुरु घर जांदियां नू हुण ते सुरत आ गई है हुण ते सुरत संभल गई है पर माफी मांग के कहना 30 साल असी गुरु ग्रंथ साहिब की बाणी के 30 पन्ने भी नहीं पढ़े होने साहबजाद्या शहीद होया कि टाइम हो गया असी इन्ने साल जिनी अपनी जिंदगी है असी उन्हां तो एक एक गल भी नहीं सीखी होनी सतगुरु के पत्तिया तो भी सीख लेंगे गुरु अर्जन देव सचे पातशाह कहने पत्ता देख आओ दरख्त नूं लग्या ते कहे पत्ता जो झड़दा दरख्त नालों उहदे अंदरों हरियावल जांदी है सब तो पहला वह पीला पै जांदा ते पीला पैण तो बाद फिर हनेरियां आउंदियां कहिंदे उड़ा के लै जांदियां पत्तर पुरजेन झड़ियां नह जड़ियां पेड़ संपता ते सतगुरु जी ने दे पत्ते तो भी सीखना ज्ञान लैना दस्या बंदे नूं इत्थे हुक्मनामा साहब लैना आ ते हुक्मनामा साहब जदों लिया जाऊगा आपां 5 मिनट किन्ने टका नाल बह के सुणदे आं असीं 5 मिनट पर साडे घर च गुरु ग्रंथ साहिब आउंदे आ 3 दिन रहिंदे आ किते सारी बाणी नूं असीं हुक्मनामे वांगू सुणीए वी हुक्म है साडे लई सारा एक एक की एक शब्द ही क्यों एक लफ्ज़ ही क्यों पूरी दी पूरी बाणी नूं तूं अपने लई हुक्म समझ वी इह मेरे लई हुक्म रूप आ इह हर गल नूं अपने लिए हुक्म रूप समझना यह बंदे लिए सी ते साडे सतगुरु ने दरख्तों तो भी सिखिया पत्तियां तो भी सिखिया कहिंदे पत्तर पुरजेन झड़ियां कहिंदे पत्ता झड़दा पुर जांदा पीला पै जांदा है हनेरियां आउंदियां फिर टुटे हुए पत्ते नूं उड़ा के लै जांदियां है बंदा जिदन टुटदा रब नालों जिदन उहदे रब वाले गुण गवाचदे है रब नालों टुटना की है यह नहीं वी रब नूं याद नहीं करदा रब नूं सारी दुनिया याद कर दी राम राम करता सब जग फिर है राम ना पाया जाए सारी दुनिया रब रब कर दी है मेरे वर्गे चार चार तीन तीन तो दो दो दीवान किन्ने किन्ने प्रोग्राम करते हैं किन्ने किन्ने थावां ते जाके कीर्तन करते हैं साढ़े तो वध केड़ा रब नूं चेते करता होगा तुसी सवेरे शाम गुरुद्वारे जाते हो गए मेरे वर्गा ते साढ़े वर्गे ते 24-24 घंटे गुरु घर च रहिंदे आ ते माफी मांग के कहना इनू याद करना नहीं कहते इनू नहीं कहते भी रब नाल जुड़िया होया आ कबीर साहब कहते रब नाल जुड़िया होया बंदा वह है गुर लागा तब जानी है कहते ज्ञान नाल जुड़िया होया समझदार बंदा वह है गुर लागा तब जानी है मिटे मोह तन ताप कहते जिदे अंदरों आ चीजा खत्म हो गई जिदे अंदरों हौमे चले गई जिदे अंदरों खुशी ते गमी वाली गम च गमी गम नहीं गमी दे विच बहुता गम च नहीं जांदा खुशी च बहुते भंगड़े नहीं पाउंदा कहिंदे इह है बंदा रब नाल जुड़िया होया जिहड़ा सदा एक सार रहिंदा गुरु तेग बहादुर साहब सच्चे पातशाह बचपन दे विच आओ आपां थोड़ा जिहा इतिहास वाचदे हां गुरु तेग बहादुर साहब सच्चे पातशाह माफ करिओ
ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸੀ ਬਾਬਾ ਤਿਆਗਮੱਲ ਜੀ ਤੇ ਬਾਬਾ ਗੁਰਦਿੱਤਾ ਜੀ ਦੀ ਹੋ ਰਹੀ ਸੀ ਸ਼ਾਦੀ ਤੇ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਵਾਲੇ ਦਿਨ ਬਰਾਤ ਚੜ੍ਹਨ ਲੱਗੀ ਹੈ ਤੇ ਮਾਤਾ ਜੀ ਨੇ ਬੜੇ ਸੋਹਣੇ ਕੱਪੜੇ ਪਵਾ ਕੇ ਆਪਣੇ ਲਾਲ ਨੂੰ ਬਾਹਰ ਭੇਜਿਆ ਵੀ ਜਾਓ ਤੁਸੀਂ ਬਰਾਤ ਨਾਲ ਜਾਓ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਆਗਮੱਲ ਜੀ ਨੂੰ ਜਦੋਂ ਬਾਹਰ ਭੇਜਿਆ ਤੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਸਿੱਖ ਜਿਹੜੇ ਹੈ ਆਪੋ ਆਪਣੇ ਕੰਮਾਂ ਚ ਮਗਨ ਹੈ ਆਪੋ ਆਪਣੀਆਂ ਤਿਆਰੀਆਂ ਖਿੱਚਦੇ ਹੈ ਤੇ ਬਾਬਾ ਤਿਆਗਮੱਲ ਜੀ ਤਿਆਰ ਹੋ ਕੇ ਬੜੇ ਸੋਹਣੇ ਬਸਤਰ ਪਾ ਕੇ ਬਾਹਰ ਆਏ ਜਦੋਂ ਬਾਹਰ ਆਏ ਤੇ ਨਾ ਤੇ ਕਿਸੇ ਭਰਾ ਕੋਲ ਖੜੇ ਨਾ ਕਿਸੇ ਭੈਣ ਕੋਲ ਖੜੇ ਤੇ ਇੱਕ ਗਰੀਬੜਾ ਜਿਹਾ ਜਿਹਦੇ ਕੱਪੜੇ ਬੜੇ ਪਾਟੇ ਜਿਹੇ ਆ ਕੱਪੜੇ ਬੜੇ ਪੁਰਾਣੇ ਜਿਹੇ ਆ ਤੇ ਬਾਬਾ ਤਿਆਗਮੱਲ ਜੀ ਜਦੋਂ ਉਹਦੇ ਕੋਲ ਗਏ ਤੇ ਉਹਨੂੰ ਜਾ ਕੇ ਕਹਿੰਦਾ ਕਹਿੰਦੇ ਅੱਜ ਮੇਰੇ ਭਰਾ ਦਾ ਵਿਆਹ ਕਹਿੰਦੇ ਹਾਂ ਮੈਨੂੰ ਪਤਾ ਕਹਿੰਦੇ ਤੂੰ ਨੀ ਜਾਣਾ ਬਰਾਤ ਨੀ ਜਾਣਾ ਤੂੰ ਤੇ ਉਹ ਬੱਚਾ ਆਖਣ ਲੱਗਾ ਕਹਿੰਦਾ ਜੇ ਮੇਰੇ ਕੋਲ ਤੇਰੇ ਵਰਗੇ ਕੱਪੜੇ ਹੁਣ ਜਾਵਾਂ ਤੇ ਤਾਂ ਨਾ ਤੇਰੇ ਵਰਗੇ ਤੇ ਕੱਪੜੇ ਨੀ ਮੇਰੇ ਕੋਲ ਤੇ ਬਾਬਾ ਤਿਆਗਮੱਲ ਜੀ ਆਪਣੇ ਕੱਪੜੇ ਲਾ ਕੇ ਉਸ ਗਰੀਬ ਨੂੰ ਦੇ ਦਿੰਦੇ ਆ ਕਿਉਂਕਿ ਨਾ ਤੇ ਬਹੁਤਾ ਖੁਸ਼ੀ ਦਾ ਪ੍ਰਭਾਵ ਹੈ ਨਾ ਬਹੁਤੇ ਗਮ ਦਾ ਪ੍ਰਭਾਵ ਆ ਜਿੱਦਣ ਜੰਮਦਾ ਬੰਦਾ ਉਦਣ ਅਹੀਂ ਹੁੰਦਾ ਅੱਜ ਕਿਤੇ ਨਿਆਣਿਆਂ ਨੂੰ ਤੁਸੀਂ ਵਿਆਹਾਂ ਚ ਤਿਆਰ ਕਰਦੇ ਹੋ ਬੜੇ ਸੋਹਣੇ ਮਾਂ ਕੱਪੜੇ ਖਰੀਦ ਕੇ ਲਿਆਉਂਦੀ 1000-1200 ਰੁਪਈਏ ਦੇ ਵੀ ਲਓ ਜੀ ਸਾਡੇ ਘਰ ਚ ਵਿਆਹ ਤੇ ਮੇਰਾ ਪੁੱਤ ਸੋਹਣੇ ਕੱਪੜੇ ਪਾਵੇ ਪਰ ਪਤਾ ਉਦੋਂ ਲੱਗਦਾ ਜਦੋਂ ਲਵੇੜ ਕੇ ਘਰ ਮੁੜਾਉਂਦਾ ਉਹਨੂੰ ਹੈ ਕਿਤੇ ਖੁਸ਼ੀ ਦਾ ਪ੍ਰਭਾਵ ਉਹਦੇ ਤੇ ਹੈ ਕੋਈ ਮੈਂ ਸਾਡੇ ਘਰ ਚ ਖੁਸ਼ੀ ਹੈ ਇਹਨੂੰ ਬੇਪਰਵਾਹੀ ਕਹਿੰਦੇ ਆ ਤੇ ਇਹ ਬੇਪਰਵਾਹੀ ਰੱਬ ਨੇ ਸਾਡੇ ਅੰਦਰ ਪਾਈ ਆ ਇਹ ਗੁਣ ਹੈ ਸਾਡਾ ਬੇਪਰਵਾਹ ਰਹਿਣਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਿੰਨੇ ਬੇਪਰਵਾਹ ਰਹਿੰਦੇ ਹਰ ਹਾਲਾਤ ਵਿੱਚ ਕਿਤੇ ਆਨੰਦਪੁਰ ਸਾਹਿਬ ਤੋਂ ਲੈ ਕੇ ਨੰਦੇੜ ਸਾਹਿਬ ਤੱਕ ਦਾ ਸਫ਼ਰ ਦੇਖੋ ਗੁਰੂ ਸਾਹਿਬ ਦੀ ਜ਼ਿੰਦਗੀ ਦਾ ਇੱਕ 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 ਜ਼ਿੰਦਗੀ ਦਾ ਕਿਤੇ ਟਾਈਮ ਦੇਖੋ ਇੱਕ ਇੱਕ ਜ਼ਿੰਦਗੀ ਦੇ ਪਲ ਨੂੰ ਦੇਖੋ ਜਿੰਨਾ ਇਤਿਹਾਸ ਇਤਿਹਾਸਕਾਰਾਂ ਨੇ ਲਿਖਿਆ ਸੱਚੇ ਪਾਤਸ਼ਾਹ ਕਿਤੇ ਵੀ ਘਬਰਾਏ ਨਹੀਂ ਕਿਤੇ ਡਰੇ ਨਹੀਂ ਕਿਤੇ ਉਹਨਾਂ ਦੀ ਚਾਲ ਵਿੱਚ ਫਰਕ ਨਹੀਂ ਪਿਆ ਜਿਵੇਂ ਤੁਰੇ ਸੀ ਆਨੰਦਪੁਰ ਸਾਹਿਬ ਤੋਂ ਉਵੇਂ ਨੰਦੇੜ ਸਾਹਿਬ ਤੱਕ ਇੱਕ ਸਾਰ ਰਹੇ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਓ ਨੂੰ ਤੋਰ ਦੇਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਅੱਜ ਤੇ ਕਿਤੇ ਪਿਓ 10 ਮਿੰਟ ਲੇਟ ਹੋਵੇ ਕੰਮ ਤੋਂ ਆਉਣ ਲੱਗਿਆ ਖੇਤਾਂ ਤੋਂ ਵਾਪਸ ਆਉਣ ਲੱਗਿਆ 10 ਮਿੰਟ ਲੇਟ ਹੋਵੇ ਬੱਚਾ ਸਾਈਕਲ ਚੱਕ ਕੇ ਪਿੱਛੇ ਜਾਂਦਾ ਵੀ ਕਿੱਥੇ ਰਹਿ ਗਿਆ ਮੇਰਾ ਪਿਓ ਦਰਵਾਜ਼ਿਆਂ 'ਚ ਖੜ ਜਾਂਦੇ ਸਾਡੇ ਬੱਚੇ ਵੀ ਸਾਡਾ ਬਾਪੂ ਲੇਟ ਹੋ ਗਿਆ ਆਇਆ ਨਹੀਂ ਤੇ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਓ ਨੂੰ ਤੋਰਨਾ ਇਹ ਕੋਈ ਇਹ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਇਹ ਹੱਸ ਹੱਸ ਕੇ ਤੋਰਨਾ ਖੁਸ਼ੀ ਖੁਸ਼ੀ ਤੋਰਨਾ ਵੀ ਜਾਓ ਇਹਨਾਂ ਦੇ ਡੁੱਬਦੇ ਧਰਮ ਨੂੰ ਬਚਾਓ ਤੇ ਹੁਣ ਕਮਾਲ ਦੀ ਗੱਲ ਆਪਾਂ ਇਹ ਗੱਲ ਕਰਦੇ ਸੀ ਵੀ ਬਾਬਾ ਤਿਆਗਮੱਲ ਜੀ ਆਪਣਾ ਸੂਟ ਆਪਣੇ ਬਸਤਰ ਲਾ ਕੇ ਗਰੀਬ ਨੂੰ ਦੇ ਆਏ ਆਖਣ ਲੱਗੇ ਵੀ ਮੈਂ ਨਹੀਂ ਚਲੋ ਤੂੰ ਜਾ ਬਰਾਤ ਚੜ ਮੈਨੂੰ ਤੇ ਮੇਰੀ ਮਾਂ ਹੋਰ ਪਵਾ ਦੂਗੀ ਜਦੋਂ ਵਾਪਸ ਆਏ ਤੇ ਮਾਂ ਕਹਿੰਦੀ ਵੀ ਲਓ ਜੀ ਆਹ ਦੇਖੋ ਤੁਹਾਡਾ ਲਾਲ ਮੈਂ ਤੇ ਇੰਨੇ ਚਾਅ ਨਾਲ ਸੋਹਣੇ ਕੱਪੜੇ ਪਵਾਏ ਸੀ ਇਹਦੇ ਇਹ ਲਾ ਕੇ ਆ ਗਿਆ ਇਹ ਦੇ ਕੇ ਆ ਗਿਆ ਕੱਪੜੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ ਕਹਿੰਦੇ ਇਹਦੇ ਵਿੱਚ ਇਹ ਗੁਣ ਕਾਇਮ ਹੈ ਇਹਦੇ ਵਿੱਚ ਇਹਦਾ ਗੁਣ ਕਾਇਮ ਹੈ ਜਿਹੜਾ ਰੱਬ ਨੇ ਇਹਦੇ ਅੰਦਰ ਪਾਇਆ ਜਿਹੜਾ ਅੱਜ ਆਪਣੇ ਕੱਪੜੇ ਦੇ ਸਕਦਾ ਕੱਲ ਨੂੰ ਕਿਸੇ ਲਈ ਕਿਸੇ ਤੇ ਜ਼ਬਰ ਹੋ ਰਿਹਾ ਹੋਵੇ ਜ਼ੁਲਮ ਹੋ ਰਿਹਾ ਹੋਵੇ ਇਹ ਆਪਣਾ ਸਰੀਰ ਵੀ ਦੇ ਸਕਦਾ ਆ ਤੇ ਲੀਡਰ ਦਾ ਨਾਮ ਹੀ ਅਸਲ 'ਚ ਲੀਡਰ ਹੁੰਦਾ ਹੀ ਉਹ ਜਿਹੜਾ ਤਿਆਗ ਕਰੇ ਬਈ ਜਿਹੜਾ ਤਿਆਗੀ ਹੋਵੇ ਆਓ ਛੋਟੀ ਜੀ ਆਪਾਂ ਹਰੀ ਸਿੰਘ ਨਲੂਆ ਸ਼ਾਇਦ ਆਪਾਂ ਪਿਛਲੀ ਵਾਰ ਵੀ ਸਾਂਝਾ ਕੀਤਾ ਸੀ ਵੀ ਹਰੀ ਸਿੰਘ ਨਲੂਆ ਮਰਨ ਲੱਗਾ ਤੇ ਜਮਰੌਤ ਦੇ ਕਿਲੇ ਦੇ ਵਿੱਚ ਸੀ ਹਰੀ ਸਿੰਘ ਨਲੂਆ ਆਖਰੀ ਸਾਹ ਸੀ ਉਹਦੇ ਆਖਰੀ ਸਾਹਾਂ ਤੇ ਹਰੀ ਸਿੰਘ ਨਲੂਆ ਪਿਆ ਤੇ ਹਰੀ ਸਿੰਘ ਨਲੂਏ ਨੇ ਆਖਿਆ ਸੀ ਭਾਈ ਮਹਾਂ ਸਿੰਘ ਨੂੰ ਜਥੇਦਾਰ ਸੀ ਇੱਕ ਤੇ ਮੁਕਤਸਰ ਸਾਹਿਬ ਦੇ ਜੰਗ ਸ਼ਹੀਦ ਹੋਇਆ ਭਾਈ ਮਹਾਂ ਸਿੰਘ ਤੇ ਇੱਕ ਭਾਈ ਮਹਾਂ ਸਿੰਘ ਇਹ ਸੀ ਤੇ ਭਾਈ ਮਹਾਂ ਸਿੰਘ ਨੂੰ ਜਥੇਦਾਰ ਨੂੰ ਆਖਿਆ ਕਹਿੰਦੇ ਜਥੇਦਾਰ ਜੀ ਜਮਰੌਤ ਦੇ ਕਿਲੇ ਕਰਕੇ ਪਠਾਨ ਅੱਗੇ ਨਹੀਂ ਵੱਧਦੇ ਤੇ ਦੂਜੀ ਗੱਲ ਇਹ ਹੈ ਵੀ ਇਸ ਜਮਰੌਤ ਦੇ ਕਿਲੇ ਦੇ ਵਿੱਚ ਮੈਂ ਬੈਠਾ ਇਸ ਕਰਕੇ ਇਹ ਅੱਗੇ ਨਹੀਂ ਆਉਂਦੇ
ਤੇ ਇੱਕ ਗੱਲ ਧਿਆਨ ਰੱਖਿਓ ਜਥੇਦਾਰ ਜੀ, ਕਿਤੇ ਇਹਨਾਂ ਪਠਾਣਾ ਨੂੰ ਪਤਾ ਨਾ ਲੱਗ ਜੇ ਵੀ ਹਰੀ ਸਿੰਘ ਨਲੂਆ ਮਰ ਗਿਆ। ਆਖਰੀ ਸਾਹਾਂ ਤੇ ਹਰੀ ਸਿੰਘ ਨਲੂਏ ਨੇ ਇਹ ਗੱਲ ਕਹੀ ਸੀ। ਇਹ ਹੁੰਦੇ ਕੌਮ ਦੇ ਲੀਡਰ, ਇਹ ਹੁੰਦੇ ਆ ਕੌਮ ਦੇ ਜਥੇਦਾਰ, ਜਿਹੜੇ ਮਰਦੇ ਮਰਦੇ ਵੀ ਕੌਮ ਦਾ ਸੋਚਦੇ ਆ, ਤੇ ਇੱਕ ਸਾਡੇ ਵਾਲੇ ਆ ਜਿਹੜੇ ਜਿਉਂਦੇ ਜੀ ਵੀ ਕੌਮ ਦਾ ਨਹੀਂ ਸੋਚਦੇ। ਉਹ ਮਰਦੇ ਵੀ ਸੋਚਦੇ ਸੀ ਮੈਂ ਮਰ ਗਿਆ, ਪਰ ਪਠਾਣਾ ਨੂੰ ਪਤਾ ਨਾ ਲੱਗੇ ਵੀ ਹਰੀ ਸਿੰਘ ਨਲੂਆ ਮਰ ਗਿਆ। ਇੰਨੇ ਡਰਦੇ ਸੀ ਤੇ ਪਠਾਣੀਆਂ ਡਰਾਉਂਦੀਆਂ ਸੀ ਆਪਣੇ ਬੱਚਿਆਂ ਨੂੰ, ਹਰੀਆ ਰਾਗ ਲੈ ਕਹਿੰਦੇ ਪੁੱਤ ਹਰੀਆ ਹਰੀਆ ਆ ਗਿਆ ਹਰੀ ਸਿੰਘ ਨਲੂਆ, ਚੁੱਪ ਕਰ ਜਾ। ਆਪਾਂ ਤੇ ਕਹਿੰਦੇ ਵੀ ਕੋਈ ਬਿੱਲੇ ਦਾ ਨਾਂ ਲੈ ਕੇ ਡਰਾਉਂਦਾ, ਕੋਈ ਕਿਸੇ ਚੀਜ਼ ਦਾ ਨਾਂ ਲੈ ਕੇ ਡਰਾਉਂਦਾ ਆਪਣੇ ਬੱਚਿਆਂ ਨੂੰ, ਪਰ ਪਠਾਣ ਡਰਾਉਂਦੇ ਸੀ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲੂਏ ਦਾ ਨਾਂ ਲੈ ਕੇ। ਐਡੀ ਜੁਰਤ ਵਾਲਾ ਯੋਧਾ ਸੀ, ਤੇ ਗੱਲ ਕਰਦੇ ਸੀ ਉਹ ਮਰਦੇ ਹੈ ਮਰਦੇ ਮਰਦੇ ਵੀ ਕੌਮ ਦਾ ਸੋਚਦੇ ਹੈ, ਤੇ ਸਾਡੇ ਵਾਲੇ ਜਿਹੜੇ ਅਸਾਹ ਚੱਲਦੇ ਹੈ, ਬੜੇ ਸੋਹਣੇ ਲੋਕੀ ਕੱਪੜੇ ਦਿੰਦੇ ਆ, ਕਿੰਨਾ ਯਕੀਨ ਕਰਦੇ ਆ, ਕਿੰਨਾ ਵਿਸ਼ਵਾਸ ਕਰਦੇ ਆ, ਪਰ ਜਿਉਂਦੇ ਜੀ ਵੀ ਨਹੀਂ ਸੋਚਦੇ ਕੌਮ ਦਾ ਵੀ ਕੱਲ ਨੂੰ ਇਸ ਗੱਲ ਦਾ ਨਤੀਜਾ ਕੀ ਨਿਕਲਣਾ ਆ। ਤੇ ਗੱਲ ਕਰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ, ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ ਜਿਹੜਾ ਅੱਜ ਆਪਣੇ ਕੱਪੜੇ ਲਾ ਕੇ ਦੇ ਸਕਦਾ ਆ, ਜਿੱਦਣ ਕਿਸੇ ਤੇ ਜ਼ਬਰ ਹੋਊਗਾ ਕਿਸੇ ਤੇ ਜ਼ੁਲਮ ਕਰੂ ਕੋਈ, ਇਹ ਆਪਣਾ ਸਰੀਰ ਵੀ ਦੇ ਸਕਦਾ ਆ। ਫਿਰ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਕਰਕੇ ਗੁਰੂ ਹਰਰਾਜ ਸਾਹਿਬ ਨੂੰ ਗੱਦੀ ਤੇ ਬਿਠਾਇਆ, ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਗੱਦੀ ਤੇ ਬਿਠਾਇਆ ਗੁਰੂ ਹਰਰਾਜ ਸਾਹਿਬ ਨੇ, ਫਿਰ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰੀ ਆਈ। ਆ ਭੈਣੋ ਜਿਨ੍ਹਾਂ ਦੇ ਬੱਚੇ, ਕਿਰਪਾ ਕਰਕੇ ਥੋੜਾ ਟਾਈਮ ਟਿਕਾ ਕੇ ਰੱਖੋ ਬਈ, ਇਹ ਤੇ ਸਾਨੂੰ ਵੈਸੇ ਹੀ ਸਮਝਣਾ ਚਾਹੀਦਾ ਵੀ ਸਾਡੇ ਨਿਆਣੇ ਅਸੀਂ ਟਿਕਾਈਏ ਭਾਈ, ਇੰਨੀ ਸਮਝ ਤੇ ਸਾਨੂੰ ਖੁਦ ਹੋਣੀ ਚਾਹੀਦੀ। ਕਿਤੇ ਜਾਓ ਭੈਣੋ ਪ੍ਰੋਗਰਾਮ ਹੋਵੇ ਜ਼ਰੂਰ ਆਪੋ ਆਪਣੇ ਬੱਚਿਆਂ ਨੂੰ ਟਿਕਾ ਕੇ ਰੱਖਿਆ ਕਰੋ। ਤੇ ਆਓ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਬਾਬਾ ਤਿਆਗਮੱਲ ਜੀ, ਫਿਰ ਸਬਰ ਕਿੱਡਾ ਵੱਡਾ ਰੱਖਿਆ, ਕਦੇ ਕਾਲੇ ਨਹੀਂ ਪਏ ਮੈਨੂੰ ਗੱਦੀ ਦੇ ਦਿਓ। ਸੌਂਪ ਸਕਦੇ ਸੀ, ਦੇ ਸਕਦੇ ਸੀ ਗੁਰੂ ਹਰਗੋਬਿੰਦ ਸਾਹਿਬ, ਪਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਗੁਰੂ ਹਰਰਾਜ ਸਾਹਿਬ, ਗੁਰੂ ਹਰਰਾਜ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਗੱਦੀ ਤੇ ਬਿਠਾਇਆ। ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰੀ ਆਈ, ਤੇ ਗੱਲ ਕਰਦੇ ਸੀ ਆਪਾਂ ਬਾਬਾ ਤਿਆਗਮੱਲ ਜੀ, ਫਿਰ ਇੱਕ ਜੰਗ ਹੋਇਆ, ਉਹ ਸੀ ਕਰਤਾਰਪੁਰ ਦਾ ਜੰਗ। ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ, ਆਪਾਂ ਜਾ ਕੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੇ ਆਪਾਂ ਗੱਲ ਮੁਕਦੀ ਕਰਾਂਗੇ, ਜਿੱਥੋਂ ਮੁੱਢ ਵੱਜਦਾ ਹਰ ਗੱਲ ਦਾ, ਜਿੱਥੋਂ ਮੁਗਲੀਆ ਹਕੂਮਤ ਜਿਹੜੀ ਹੈ ਉਹ ਗੁਰੂ ਘਰ ਦੀ ਜ਼ਿਆਦਾ ਵਿਰੋਧੀ ਹੋ ਜਾਂਦੀ ਹੈ। ਵਿਰੋਧੀ ਤੇ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਹੀ ਸੀ ਸ਼ੁਰੂ ਹੋ ਗਏ ਸੀ ਬਾਬਰ ਵਰਗੇ, ਕਦੇ ਬਾਬੇ ਕਹਿਆਂ ਦੀਆਂ ਕਦੇ ਬਾਬਰ ਕਹਿਆਂ ਦੀਆਂ, ਇਹ ਵਾਰੀ ਵਾਰੀ ਚੱਲਦਾ ਹੀ ਰਿਹਾ ਸਾਰਾ। ਪਰ ਜਦੋਂ ਬਾਬਾ ਤਿਆਗਮੱਲ ਜੀ ਸ਼ਾਦੀ ਹੋਈ ਨਵੀਂ ਨਵੀਂ ਮਾਤਾ ਗੁਜਰ ਕੌਰ ਨਾਲ, 13 ਸਾਲ ਦੀ ਅਰਬਲਾ ਸੀ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ, 13 ਤੇ 14 ਸਾਲ ਲਗਭਗ, ਤੇ 12 ਕੁ ਸਾਲ ਦੀ ਉਮਰ ਸੀ ਮਾਤਾ ਗੁਜਰ ਕੌਰ ਦੀ, 2 ਸਾਲ ਵੱਡੇ ਸੀ ਗੁਰੂ ਤੇਗ ਬਹਾਦਰ ਸਾਹਿਬ। ਸ਼ਾਦੀ ਹੋਈ ਤੇ ਕਰਤਾਰਪੁਰ ਦਾ ਜੰਗ ਹੋਇਆ, ਉਹ ਜਿਹੜਾ ਜੰਗ ਸੀ ਉਹ ਸ਼ਹਿਰ ਦੇ ਵਿੱਚ ਲੜਿਆ ਗਿਆ ਸੀ, ਕਿਸੇ ਮੈਦਾਨ 'ਚ ਨਹੀਂ ਸੀ ਹੋਇਆ। ਉਹ ਜਿਹੜਾ ਜੰਗ ਸੀ ਜਦੋਂ ਸ਼ਹਿਰ ਦੇ ਵਿੱਚ ਹੋਇਆ, ਤੇ ਮਾਤਾ ਗੁਜਰ ਕੌਰ ਨੇ ਆਪਣੇ ਪਤੀ ਨੂੰ ਹੱਸ ਕੇ ਤੋਰਿਆ ਸੀ ਵੀ ਜਾਓ ਤੁਸੀਂ ਜੰਗ ਦੇ ਮੈਦਾਨ 'ਚ। ਨਵੀਂ ਨਵੀਂ ਸ਼ਾਦੀ ਹੋਈ, ਨਵਾਂ ਨਵਾਂ ਵਿਆਹ ਹੋਇਆ, ਤੇ ਮਾਤਾ ਗੁਜਰ ਕੌਰ, ਇਹ ਸ਼ਹਿਰ ਸੀਗਾ ਜਿੱਥੇ ਲੜਾਈ ਹੁੰਦੀ ਸੀ, ਕਾਲੇ ਖਾਂ ਤੇ ਪੈਂਦੇ ਖਾਂ, ਇਹ ਚੜ੍ਹ ਕੇ ਆ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ। ਤੇ ਜਦੋਂ ਉਹ ਲੜਦੇ ਹੈ ਤੇ ਮਾਤਾ ਗੁਜਰ ਕੌਰ ਕੋਠੇ ਤੇ ਖੜ ਕੇ ਆਪਣੇ 13 ਸਾਲਾਂ ਦੇ ਪਤੀ ਨੂੰ ਲੜਦੇ ਨੂੰ ਦੇਖਦੀ ਹੈ। ਤੇ ਜਿਹੜਾ ਬੰਦਾ ਜੰਗ 'ਚ ਗਿਆ ਹੋਵੇ, ਕਬੀਰ ਸਾਹਿਬ ਕਹਿੰਦੇ ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸਿੰਧੌਰਾ ਡਗਮਗ ਛਾੜ ਰੇ ਮਨ ਬੋਰਾ। ਕਹਿੰਦੇ ਬੰਦੇ ਦਾ ਮਨ ਡਗਮਗਾਉਂਦਾ ਨਹੀਂ ਜਦੋਂ ਜੰਗ ਦੇ ਮੈਦਾਨ ਚਲਿਆ ਜਾਂਦਾ, ਉਹਨੂੰ ਪਤਾ ਹੁੰਦਾ ਵੀ ਜਾਂ ਤੇ ਮਰ ਜਾਂਗੇ ਜਾਂ ਮਾਰ ਦਿਆਂਗੇ। ਮਾਤਾ ਗੁਜਰ ਕੌਰ ਨੂੰ ਪਤਾ ਸੀ ਵੀ ਪਤਾ ਨਹੀਂ ਕੋਈ ਵੀ ਮੇਰਾ ਪਤੀ ਵਾਪਸ ਆਊਗਾ ਕਿ ਨਹੀਂ ਆਊਗਾ, ਤੇ ਮਾਂ ਦਾ ਕਿੱਡਾ ਵੱਡਾ ਸਬਰ ਸੀ ਮਾਤਾ ਗੁਜਰ ਕੌਰ ਦਾ। ਫਿਰ ਇੱਥੇ ਹੀ ਸਬਰ ਖਤਮ ਨਹੀਂ ਹੋਇਆ, 32 ਸਾਲ ਸਬਰ ਮਾਤਾ ਗੁਜਰ ਕੌਰ ਨੇ ਰੱਖਿਆ, ਘਰ ਔਲਾਦ ਨਹੀਂ ਸੀ। ਸਮਾਜ ਕਿਹੜੀਆਂ ਨਿਗਾਹਾਂ ਨਾਲ ਦੇਖਦਾ ਹੋਣਾ, ਕਿਹੜੀਆਂ ਨਜ਼ਰਾਂ ਨਾਲ ਦੇਖਦਾ ਹੋਣਾ ਆ, ਇਹਦੇ 5-4 ਸਾਲ ਕਿਸੇ ਦੇ ਘਰ ਔਲਾਦ ਨਾ ਹੋਵੇ ਤੇ ਸਮਾਜ ਗੱਲਾਂ ਕਰਦਾ ਆ, ਦੁਨੀਆਂ ਗੱਲਾਂ ਕਰਦੀ ਆ। 12 ਸਾਲ ਦੀ ਉਮਰ 'ਚ ਵਿਆਹ ਹੋਇਆ ਤੇ 30-32 ਸਾਲ ਦੇ ਲਗਭਗ
माता गुजर कौर की कुख चो गोबिंद राय का जन्म होया। 40-42 साल की उम्र हो गई माता गुजर कौर की, उपर सी उम्र 45-46 साल गुरु तेग बहादुर साहब की उम्र। सबर देखो किड्डा वड्डा, जिदन कपड़े दिते उदन भी सबर किड्डा वड्डा, जिदन गद्दी नहीं मिली उदन भी सबर देखो किड्डा वड्डा आ। जिदन आप जंग दे मैदान च गए, लड़ाई हुई ते माता गुजर कौर ने उदन सबर किड्डा वड्डा रखिया। सबर दियां परखां इम्तिहान सदा माता गुजर कौर दे इम्तिहान लैंदा रहा समा सबर दे। पर मां गुजर कौर ने यह गल अपनी जिंदगी पक्की रखी, सदा सबर ही जबर तो जितदा है, इसे लई खुदा नूं याद करिए। सबर रखिए जिंदगी च सबर संतोख, सदा सबर ही जबर तो जितदा है, इसे लई खुदा नूं याद रखिए। ते माता गुजर कौर कहिंदे सी, तैनू कसम जे जुल्म तों करे तौबा, सानू कसम जे असी फरियाद करिए, तैनू कसम लगे तेरे खुदा दी जे तू जुल्म करनो हटे किते, ते सानू कसम लगे अपने रब दी जे असी तेरे अगे हथ जोड़िए जाए। ते माता गुजर कौर ने अपने पति नूं फिर 9 साल दे पुत सी, ते अपने ओ बजुर्ग पति नूं फिर ए जंग दे मैदान च तोरिया। माफ करियो औरंगजेब बादशाह ने जदों अत कर दित्ती जुल्म दी, ते माता गुजर कौर ने ते उहदे पुत ने गोबिंद राय जी ने हस हस के अपने पिता नूं ते मां गुजर कौर ने अपने पति नूं तोरिया। ते किड्डा वड्डा सबर सी भी इह, नहीं ते मां कहिंदी भी इन्ने सालां बाद पुत होया, खड़ाउण दा वेला आया, इहनूं ते गोरज बिठाउण दा वेला हुण। ते मां गुजर कौर दा सबर देखो किड्डा वड्डा आ, सदा सबर ही जबर तो जितदा है, इसे लई खुदा नूं याद करिए। तैनूं कसम जे जुल्म तों करे तौबा, सानूं कसम जे असीं फरियाद करिए। ते सच्चे पातशाह फिर तुरदे आ अपने आप नूं फलैक्सीबल करके, अपने आप नूं तकड़े करके। मैनूं इन्हां ने लीडर चुणिया, मैनूं इन्हां ने अपना आगू बनाया, जे मैं पिछे हट गया तो इन्हां दा बनूं की? देखो ना, कोई टीचर तनखाहां लई अगे जाण, भाई धरना लाइए आपां, भी मरन दी भी कोई परवाह नहीं, जान भी जावे तां भी कोई परवाह नहीं, पर इन्हां ने आके फरियाद कीती आ, इन्हां ने आके इस घर दा आसरा तकिया, हालांकि इन्हां नाल साडा कोई रिश्ता नहीं। इह 33 करोड़ देवी देवते नूं पूजदे, पर आपां ते रब नूं मन्नदे आ। ਇਹ ਇੱਕ ਮੰਦਰ ਵਿੱਚ ਮੰਨਦੇ ਆ, ਅਸੀਂ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਅਸੀਂ ਤੇ ਇਉਂ ਸਮਝਦੇ ਆ। ਪਰ ਹਾਂ, ਇਹਨਾਂ ਤੇ ਜਬਰ ਹੋ ਰਿਹਾ, ਜ਼ੁਲਮ ਹੋ ਰਿਹਾ, ਤੇ ਕਿਹੜਾ ਕੋਈ ਵੀ ਬੰਦਾ ਕਿਸੇ ਨੂੰ ਧੱਕੇ ਨਾਲ ਮੁਸਲਮਾਨ ਨਹੀਂ ਬਣਾ ਸਕਦਾ। ਤੇ ਇਹ ਗੱਲ ਧਿਆਨ 'ਚ ਰੱਖਿਓ, ਅਸੀਂ ਧੱਕੇ ਨਾਲ ਕਿਸੇ ਨੂੰ ਸਿੱਖ ਵੀ ਨਹੀਂ ਬਣਾ ਸਕਦੇ, ਅਸੀਂ ਧੱਕੇ ਨਾਲ ਕਿਸੇ ਨੂੰ ਸਿੱਖੀ 'ਚ ਵੀ ਨਹੀਂ ਲਿਆ ਸਕਦੇ। ਭਾਈ, ਅੱਜ ਬਹੁਤ ਮਾਪੇ ਜਿਹੜੇ ਐਸੇ ਹੈ, ਪਰਿਵਾਰ ਕਈ ਵਾਰੀ ਅੰਮ੍ਰਿਤਧਾਰੀ ਹੁੰਦਾ ਤੇ ਕਈ ਵਾਰੀ ਬੱਚੇ ਗਲਤ ਰਾਹ ਤੇ ਤੁਰ ਪੈਂਦੇ ਆ, ਤੇ ਮਾਪੇ ਕਈ ਵਾਰੀ ਟੁੱਟ ਜਾਂਦੇ ਆ। ਮਾਪੇ ਕਹਿੰਦੇ, ਹਾਏ ਸਾਡੇ ਨਾਲ ਬੜੀ ਮਾੜੀ ਹੋਈ, ਸਾਡੇ ਨਾਲ ਬਹੁਤ ਬੁਰੀ ਹੋਈ। ਇਸ ਕਰਕੇ ਭਾਈ, ਜਦੋਂ ਅਸੀਂ ਆਸਾਂ ਵੱਡੀਆਂ ਵੱਡੀਆਂ ਲਾ ਲੈਂਦੇ ਹਾਂ, ਆਸਾਂ ਰੱਖ ਲੈਂਦੇ ਹਾਂ, ਸਾਡੇ ਬੱਚੇ ਸਾਡੇ ਕਹਿਣੇ ਤੋਂ ਬਾਹਰ ਨਹੀਂ ਚੱਲਦੇ, ਸਾਡੇ ਬੱਚੇ ਸਾਡੇ ਮੁਤਾਬਕ ਹੀ ਚੱਲਣਗੇ ਸਾਰੀ ਜ਼ਿੰਦਗੀ, ਤੇ ਉਸ ਵੇਲੇ ਜਿੱਦਣ ਉਹ ਗਲਤ ਰਾਹ ਤੇ ਤੁਰਦੇ ਆ, ਫਿਰ ਉਦੋਂ ਸਾਨੂੰ ਪ੍ਰੋਬਲਮ ਬਹੁਤ ਹੁੰਦੀ ਹੈ। ਇਸ ਕਰਕੇ ਆਪਣੇ ਆਪ ਨੂੰ ਇੰਨੇ ਕੁ ਤਕੜੇ ਰੱਖੀਏ ਵੀ ਕੋਈ ਗੱਲ ਨਹੀਂ, ਇਹਨਾਂ ਦੀ ਆਪਣੀ ਜ਼ਿੰਦਗੀ ਹੈ, ਮੇਰੀ ਆਪਣੀ ਜ਼ਿੰਦਗੀ ਹੈ, ਮੈਂ ਇਸ ਪਰਿਵਾਰ ਦੀ ਚਿੰਤਾ ਨਾ ਕਰਾਂ, ਮੈਂ ਆਪਣੇ ਆਹ ਪਰਿਵਾਰ ਦੀ ਚਿੰਤਾ ਕਰਾਂ। ਜਿਹਨੂੰ ਕਬੀਰ ਸਾਹਿਬ ਕਹਿੰਦੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਆਹ ਸਾਡਾ ਅੱਖਾਂ ਸਾਡੀਆਂ ਪਰਿਵਾਰ ਨੇ, ਸਾਡੇ ਬੱਚਿਆਂ ਨੂੰ ਸਮਝਾਉਣਾ ਸਾਡਾ ਫਰਜ਼ ਬਣਦਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ, ਆਪਾਂ ਬਾਣੀ ਪੜ੍ਹਦੇ ਹਾਂ, ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਇਹ ਗੱਲਾਂ ਆਪਣੇ ਬੱਚਿਆਂ ਨੂੰ ਸਮਝਾਓ। ਸਾਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਸਮ ਪਿਤਾ ਤੱਕ ਦਸਾਂ ਦੀਆਂ 10 ਪਾਤਸ਼ਾਹੀਆਂ ਦਾ ਜੀਵਨ ਦੱਸੋ, ਪਰ ਇਹ ਨਹੀਂ ਵੀ ਤੁਸੀਂ ਧੱਕੇ ਨਾਲ ਕਹੋਗੇ ਵੀ ਸਾਡੇ ਮਗਰੀ ਤੁਰ। ਜਿੱਦਣ ਨਹੀਂ ਤੁਰਨਗੇ ਉਦਣ ਫਿਰ ਨਿਰਾਸ਼ਤਾ ਬਹੁਤ ਹੋਊਗੀ ਸਰ, ਉਦਣ ਬਹੁਤ ਔਖੇ ਔਖੇ ਜੇ ਅਸੀਂ ਸਾਹ ਲਵਾਂਗੇ ਜ਼ਿੰਦਗੀ 'ਚ, ਉਦੋਂ ਕਹਾਂਗੇ ਯਾਰ ਜੀਣ ਨੂੰ ਜੀ ਨਹੀਂ ਕਰਦਾ, ਐਂ ਜੀ ਕਰਦਾ ਮਰਜ਼ੀਏ।
कारण की है भी असी मानसिक तौर पर तकड़े नहीं होंगे, असी आसा ला लें लो जी साडा बच्चा शब्द बड़े सोहने पढ़ता है, कविता बड़ी सोहनी पढ़ लिंदा, आ आ आ कीर्तन बड़ा सोहना कर लिंदा है। चंगी गल है वह उन्ना चिर करते हैं जिन्ना चिर 17 साल की उम्र तक रेंदे आ, जदों बच्चा 18 साल तक 19 सालों का 20 सालों का 22 25 का होंदा फिर उदों नहीं गुरुद्वारे वड़दा वह, फिर माँ कहिंदी पहला तो बड़ा सोहना कीर्तन करता सी हुण पता नहीं की होया बे, वह ना उदों अंडर एज सी, वह तुहाडे अंडर सी, तुहाडे हथ वस सी, उहदी वागडोर तुहाडे हथ सी, पर हुण वह अपने आप सोचण लग गया, हुण वह अपने आप अपनी मर्जी करन लग पिया। इस करके शुरू तो यह अपने आप नूं गल अपनी जिंदगी च पक्की रखिए भी ठीक है, समझाउणा बहुत है, समझाइए अपने बच्चों, पर तुरदे आ ठीक है, नहीं तुरदे इत्थे भी तकड़े रहिए भी कोई गल नहीं भाई, मैं कदे लुटा, मैं अपनी गरंटी लवां, मैं अपनी अपनी जिम्मेवारी लैके चलां, मैं अपना परिवार अपनियां अखां नूं समझां भी इन्हां अखां ने मेरी मर्जी तो बिना नहीं देखना, जो मैं कहूँगा उही देखणगियां, इह मेरा परिवार है, जे कहो कि मेरा पुत मेरे मेरी मर्जी मुताबक चले वह 5 दिन चलूगा, 10 दिन 20 दिन साल 2 साल 4 साल 5 साल 10 साल एक दिन उन्हें भी कह देना बापू अपन ही चला रही, तू फिर उदन रोनो नहीं हटेगा, तू उदन ताहा मार मार के रोएगा। जे औरंगजेब बादशाह गुरु तेग बहादुर साहब कहते भी धक्का नहीं कर सकता, तो गुरु नानक देव सचे पातशाह ने अपने पुत्रां नाल भी कोई धक्का नहीं किया, धन गुरु रामदास सचे पातशाह जी ने पृथ्वी जी नाल कोई धक्का नहीं किया, बाबा महादेव नाल कोई धक्का नहीं किया, बाबा सिहारी मल जी आए आके कहिंदे आओ जी घर शादी आ आओ, तुसीं पुछिया सी पृथ्वी जी नूं चलिया जा, उह कहिंदा ना ना मैं नहीं जाणा, बाबे महादेव नूं आख्या कहिंदे तूं चलिया जा, कहिंदे मैं नहीं जाणा, जदों गुरु अर्जन देव जी नूं आख्या कहिंदे ठीक है जी सत बचन, जिहड़ा मनदा उहनूं मनाओ, जिहड़ा समझना चाहुंदा उहनूं समझाओ। कबीर साहब दे कहिंदे बिन गाहक गुण वेचिया तो गुण सहगो जाए, गुण का गाहक जे मिले तो गुण लाख बकाए, कहिंदे जे कोई गुणा दा गाहक है उहनूं दे दे बई, जिथे कोई सौदागर वधिया आ उत्थे अपना सौदा खोल के दिखा भी आ सौदा मेरे कोल, अगला सौदागर बन के ते आवे। इस करके असी बाहरले परिवार की गरंटी नहीं लै सकते, आपां अपने अंदरले परिवार की गरंटी लईए, साडियां अखां साडी मर्जी नाल देखणगियां, साडे हथ साडी मर्जी नाल करनगे काम, साडे पैर साडी मर्जी मुताबक चलणगे, ते जे बाहर असी मर्जियां चलावांगे अपनियां ते बाहर नहीं चलणियां साडियां, फिर किन्ने क दिन चलावांगे, किन्ने क साल चलावांगे, जिदन नहीं चलणी उदन फिर टुट जांगे बई, फ्लैक्सीबल करिए, धक्का नहीं किसी नाल। अज जे औरंगजेब बादशाह नूं गुरु साहब कहिंदे सानू भी बराबरी कहिंदे सिखी असी, ते आओ पढ़दे आ जिथे सतगुरु कहिंदे गुणा वाले नूं जिहड़ा गुण लैणा चाहुंदा उहनूं गुण दे, बिन गाहक गुण वेचिए तो गुण सहगो जाए। जिथे मिले ना सुदा ਕਠੜੀ ਨਾ ਖੋਲੋ ਲਾਲਾ ਦੀ ਮਿਲੇ ਨਾ ਸਦਾ ਗੁਰ ਪੂਰਾ ਕਠੜੀ ਨਾ ਖੋਲੋ ਲਾਲਾ ਦੀ ਜਿੱਥੇ ਮਿਲੇ ਨਾ ਸਦਾ ਗੁਰ ਪੂਰਾ ਕਠੜੀ ਨਾ ਖੋਲੋ ਲਾਲਾ ਦੀ ਜਿੱਥੇ ਮਿਲੇ ਨਾ ਸਦਾ ਗੁਰ ਪੂਰਾ ਕਠੜੀ ਨਾ ਖੋਲੋ ਲਾਲਾ ਖੋਲੋ ਲਾਲਾ ਦੀ ਮਿਲੇ ਨਾ
ਗੱਡੀ ਨਾ ਖੋਲੋ ਲਾਲਾਂਦੀ ਸਤਿਗੁਰ ਕਹਿੰਦੇ ਗੱਡੀ ਨਾ ਖੋਲੋ ਲਾਲਾਂਦੀ ਪਿਆਰੇ ਜੀ ਗੱਡੀ ਨਾ ਖੋਲੋ ਲਾਲਾਂਦੀ ਸਤਿਗੁਰ ਕਹਿੰਦੇ ਗੱਡੀ ਨਾ ਖੋਲੋ ਲਾਲਾਂਦੀ ਪਿਆਰੇ ਜੀ ਗੱਡੀ ਨਾ ਖੋਲੋ ਲਾਲਾਂਦੀ ਸਤਿਗੁਰ ਕਹਿੰਦੇ ਸਮਝਦਾ ਕੋਈ ਗਾਹਕ ਹੈ ਜਦੋਂ ਉਹਨੂੰ ਸਮਝਾਏਗਾ ਉਹ ਕਹੂਗਾ ਵੀ ਤੇਰੇ ਵਰਗਾ ਗਿਆਨ ਕਿਸੇ ਨੇ ਨਹੀਂ ਦਿੱਤਾ। ਜਣੇ ਖਣੇ ਅੱਗੇ ਜਦੋਂ ਅਸੀਂ ਸਮਝਾਉਣ ਬਹਿ ਜਾਂਦੇ ਅਗਲਾ ਕਹਿੰਦਾ ਲੈ ਐਵੇਂ ਹੀ ਸਮਝਾਈ ਜਾਂਦਾ ਸਾਨੂੰ ਐਵੇਂ ਕਹੀ ਜਾਂਦਾ। ਤੇ ਆਪਾਂ ਗੱਲ ਕਰਦੇ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਿਰ ਖੁਸ਼ੀ ਖੁਸ਼ੀ ਮਾਂ ਨੇ ਬੜੇ ਸਬਰ ਨਾਲ ਤੇ ਬੜੇ ਚਾਅ ਨਾਲ ਆਪਣੇ ਪਤੀ ਨੂੰ ਤੋਰਿਆ, ਬੜੇ ਖੁਸ਼ੀ ਖੁਸ਼ੀ ਆਪਣੇ ਪਤੀ ਨੂੰ ਤੋਰਿਆ। ਜੇ ਇਹਨਾਂ ਦਾ ਧਰਮ ਤੁਹਾਡੇ ਕਰਕੇ ਬਚ ਸਕਦਾ ਸੱਚੇ ਪਾਤਸ਼ਾਹ ਤੇ ਮਾਤਾ ਜੀ ਕਹਿੰਦੇ ਫਿਰ ਤੁਸੀਂ ਚਲੇ ਜਾਓ। ਹੁਣ ਦੇਖੋ ਵੀ ਇੱਥੇ ਕਿੱਡਾ ਵੱਡਾ ਸਬਰ ਆ। ਜਿੱਦਣ ਪਤੀ ਨੂੰ ਜੰਗ ਦੇ ਮੈਦਾਨ ਚ ਤੋਰਿਆ ਉਦਣ ਵੀ ਸਬਰ ਬੜਾ ਵੱਡਾ, ਜਿੱਦਣ ਔਲਾਦ ਨਹੀਂ ਘਰ ਵਿੱਚ ਹੋਈ ਉਦਣ ਵੀ ਬੜਾ ਵੱਡਾ ਸਬਰ ਰੱਖਿਆ, ਤੇ ਅੱਜ ਜਿੱਦਣ ਪਤੀ ਨੂੰ ਤੋਰਨਾ ਪਿਆ ਉਦੋਂ ਵੀ ਬੜਾ ਵੱਡਾ ਸਬਰ ਰੱਖਿਆ। ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਫਿਰ ਘੇਰੇ ਪੈ ਜਾਂਦੇ ਆ। ਘੇਰੇ ਪੈਣ ਤੋਂ ਬਾਅਦ ਫਿਰ ਜ਼ਾਲਮ ਫੌਜਾਂ ਆਲਾ ਦੁਆਲਾ ਫੌਜਾਂ ਘੇਰ ਲੈਂਦੀਆਂ, ਪਾਣੀ ਦੀ ਇੱਕ ਮਸ਼ਕ ਵੀ ਭਰ ਕੇ ਲਿਆਉਣੀ ਹੁੰਦੀ ਤਾਂ ਵੀ ਕਈ ਕਈ ਸਿੰਘਾਂ ਨੂੰ ਸ਼ਹੀਦ ਹੋਣਾ ਪੈਂਦਾ, ਕਈ ਕਈ ਸਿੰਘਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਆ। ਹਾਲਾਤ ਇੰਨੇ ਨਾਜ਼ੁਕ ਬਣੇ ਪਏ ਆ ਤੇ ਉਧਰੋਂ ਮੁਸਲਮਾਨ ਫਿਰ ਆ ਕੇ ਬੜੇ ਤਰਲੇ ਪਾਉਂਦੇ ਆ, ਬੜੀਆਂ ਮਿੰਨਤਾਂ ਕਰਦੇ ਆ। ਤੇ ਇਧਰੋਂ ਬਾਈ ਧਾਰ ਦੇ ਰਾਜੇ ਤੇ ਔਰੰਗਜ਼ੇਬ ਬਾਦਸ਼ਾਹ ਦੇ ਜਿੰਨੇ ਜਰਨੈਲ ਹੈ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਰਾਜੇ ਭੀਮ ਚੰਦ ਵਰਗੇ, ਕਿਉਂਕਿ ਰਾਜਾ ਭੀਮ ਚੰਦ ਤੇ ਬੜਾ ਚਿੜ ਖਾਂਦਾ ਸੀ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ, ਕਿਉਂਕਿ ਰਾਜਾ ਰਤਨ ਰਾਏ ਜਦੋਂ ਉਹਦੀ ਸੰਧੀ ਕਰਵਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ, ਨਹੀਂ ਤੇ ਅਸਾਮ ਦੇ ਵਿੱਚ ਇੱਕ ਬੜਾ ਵੱਡਾ ਜੰਗ ਹੋਣਾ ਸੀ, ਬੜਾ ਵੱਡਾ ਯੁੱਧ ਹੋਣਾ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨ ਗੁਰਦਾ ਗੱਦੀ ਤੇ ਬਹਿਣ ਤੋਂ ਪਹਿਲਾਂ ਪ੍ਰਚਾਰ ਕਰਨ ਜਾਂਦੇ ਆ ਢਾਕੇ ਦੀ ਧਰਤੀ ਤੇ ਅਸਾਮ ਦੇ ਏਰੀਏ ਦੇ ਵਿੱਚ। ਇੱਥੇ ਦੋ ਰਾਜੇ ਸੀ, ਇੱਕ ਰਤਨ ਰਾਏ ਤੇ ਇੱਕ ਔਰੰਗਜ਼ੇਬ ਬਾਦਸ਼ਾਹ ਦਾ ਭੇਜਿਆ ਹੋਇਆ ਰਾਜਾ। ਦੋਨਾਂ ਦੇ ਵਿੱਚ ਆਪਸ ਵਿੱਚ ਬੜਾ ਘਮਸਾਨ ਦਾ ਯੁੱਧ ਹੋਣਾ ਸੀ, ਲੜਾਈ ਹੋਣੀ ਸੀ। ਔਰੰਗਜ਼ੇਬ ਬਾਦਸ਼ਾਹ ਚਾਹੁੰਦਾ ਸੀ ਵੀ ਅਸਾਮ ਨੂੰ ਜਿੱਤ ਲੈ, ਅਸਾਮ ਨੂੰ ਸਰ ਕਰ ਲੈ। ਜੇ ਅਸਾਮ ਨੂੰ ਜਿੱਤ ਲਿਆ ਤੇ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਸੀ ਮੇਰਾ ਇਲਾਕਾ ਹੋਜੂ, ਨਾ ਜਿੱਤਿਆ ਤੇ ਫਿਰ ਰਾਜਾ ਭੁਗਤੂਗਾ ਆਪਣੀਆਂ ਸਾਰੀਆਂ। ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਇਆ ਜਾ ਕੇ ਵੀ ਕਾਹਦੇ ਲਈ ਲੜਦੇ ਹੋ। ਉਹਨਾਂ ਦੋਹਾਂ ਰਾਜਿਆਂ ਦੀ ਸੰਧੀ ਕਰਵਾਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ। ਤੇ ਦੇਖੋ ਕਮਾਲ ਦੀ ਗੱਲ ਇਹ ਦੇਖੋ ਵੀ ਕਿੰਨਾ ਕੁ ਰਸੂਕ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਦਾ, ਉਸ ਵੇਲੇ ਲੋਕਾਂ ਦੇ ਵਿੱਚ ਕਿੱਡਾ ਕੁ ਪਿਆਰ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਤੀ। ਫਿਰ ਜਦੋਂ ਪ੍ਰਚਾਰ ਕਰਨ ਜਾਂਦੇ ਦੋਵਾਂ ਰਾਜਿਆਂ ਦੀ ਸੰਧੀ ਹੁੰਦੀ ਹੈ, ਸੱਚੇ ਪਾਤਸ਼ਾਹ ਆਪਣੇ ਕਮਰ ਕੱਸੇ ਵਿੱਚੋਂ ਇੱਕ ਖੰਜਰ ਕੱਢਦੇ ਆ ਤੇ ਖੰਜਰ ਕੱਢ ਦਿੰਦੇ ਆ ਤੇ ਅੱਜ ਉੱਥੇ ਸ਼ਹਿਰ ਖੰਜਰਪੁਰ ਬਣਿਆ ਹੋਇਆ ਆ। ਉਹ ਸ਼ਹਿਰ ਦਾ ਨਾਂ ਖੰਜਰਪੁਰ ਆ।
ਤੇ ਕਿੱਡਾ ਪਿਆਰ ਕਰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ। ਤੇ ਇਧਰੋਂ ਰਾਜੇ ਭੀਮ ਚੰਦ ਵਰਗੇ, ਫਿਰ ਜਦੋਂ ਰਤਨ ਰਾਏ ਇਹਦਾ ਅੱਗੇ ਜਾ ਕੇ ਲੜਕਾ ਜਦੋਂ ਗੱਦੀ ਤੇ ਬੈਠਿਆ ਉਹਨੂੰ ਰਾਜ ਭਾਗ ਮਿਲਿਆ। ਫਿਰ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਉਹ ਪੰਜ ਚੀਜ਼ਾਂ ਲੈ ਕੇ ਆਇਆ ਸੀ ਰਤਨ ਰਾਏ, ਉਹਦਾ ਮੁੰਡਾ। ਉਹ ਪੰਜੇ ਚੀਜ਼ਾਂ ਜਦੋਂ ਕਲੰਗੀ ਲਾ ਕੇ ਕਲੰਗੀਆਂ ਵਾਲੇ ਸੱਚੇ ਪਾਤਸ਼ਾਹ ਬਹਿੰਦੇ ਆ ਚੌਂਕੀ ਤੇ, ਆਸਣ ਲਾਉਂਦੇ ਆਪਣਾ, ਜਦੋਂ ਚੰਦੋਆ ਗੁਰੂ ਸਾਹਿਬ ਦੇ ਉੱਤੇ ਚਾਣ ਤਾਣਿਆ ਜਾਂਦਾ ਤੇ ਰਾਜੇ ਭੀਮ ਚੰਦ ਵਰਗੇ ਜਦੋਂ ਉਹ 22 ਧਾਰ ਦੇ ਰਾਜੇ, ਸਭ ਤੋਂ ਵੱਧ ਧਰਾਵਾਂ ਸੀ ਰਾਜੇ ਭੀਮ ਚੰਦ ਦੇ ਕੋਲ, ਬੜਾ ਤਕੜਾ ਰਾਜਾ ਸੀ। ਤੇ ਉਹ ਮਨ ਹੀ ਮਨ ਸੋਚਦਾ ਵੀ ਇਹ ਸਾਧ ਹੋ ਕੇ ਏਡੀਆਂ ਕੀਮਤੀ ਚੀਜ਼ਾਂ ਲਈ ਬੈਠਾ ਤੇ ਮੈਂ ਸਮੇਂ ਦਾ ਰਾਜਾ, ਸਮੇਂ ਦੀ ਹਕੂਮਤ ਮੇਰੀ ਹੈ, ਸਾਡੀ ਸਰਕਾਰੇ ਦਰਬਾਰੇ ਇੰਨੀ ਚੱਲਦੀ ਆ, ਇਹਦੇ ਕੋਲ ਇੰਨੀਆਂ ਇੰਨੀਆਂ ਮਹਿੰਗੀਆਂ ਚੀਜ਼ਾਂ, ਮੇਰੇ ਕੋਲ ਇਹੋ ਜਿਹਾ ਕਿਉਂ ਨਹੀਂ। ਫਿਰ ਉਹਨੇ ਇਹ ਚੀਜ਼ਾਂ ਖੋਹਣੀਆਂ ਚਾਹੀਆਂ, ਉਹਨੇ ਗੁਰੂ ਸਾਹਿਬ ਦਾ ਅਹਿਸਾਨ ਨਹੀਂ ਮੰਨਿਆ ਵੀ ਇਹਨਾਂ ਦੇ ਦਾਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਜਿਨ੍ਹਾਂ ਨੇ ਭੀਮ ਚੰਦ ਦੇ ਪੜਦਾਦੇ ਨੂੰ ਗਵਾਲੀਅਰ ਦੇ ਕਿਲੇ ਵਿੱਚ ਰਿਹਾ ਕਰਵਾਇਆ ਸੀ, ਉਹਨੇ ਆਸਾਨ ਨਹੀਂ ਮੰਨਿਆ, ਸਗੋਂ ਗੁਰੂ ਘਰ ਦੇ ਵਿਰੋਧੀ ਹੋ ਕੇ ਖੜ ਗਏ ਤੇ ਆਲੇ ਦੁਆਲੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰੇ ਪਾ ਲਏ। ਅੰਦਰੋਂ ਕੁਛ ਬਾਹਰ ਨਹੀਂ ਆਉਂਦਾ, ਬਾਹਰੋਂ ਕੁਛ ਅੰਦਰ ਨਹੀਂ ਜਾਂਦਾ, ਪਾਣੀ ਦੀ ਇੱਕ ਮਸ਼ਕ ਵੀ ਭਰਨੀ ਹੁੰਦੀ ਹੈ ਤੇ ਸਿੰਘਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪੈਂਦੇ ਆ। ਇੰਨੇ ਹਾਲਾਤ ਨਾਜੁਕ ਕੀਤੇ ਉਹਨਾਂ ਜ਼ਾਲਮਾਂ ਨੇ, ਫਿਰ ਬੜੀਆਂ ਕਸਮਾਂ ਖਾਧੀਆਂ ਉਹਨਾਂ ਨੇ, ਕਦੇ ਮੁਸਲਮਾਨਾਂ ਨੇ ਕੁਰਾਨ ਦੀ ਸਹੁੰ ਖਾਧੀ, ਹਿੰਦੂਆਂ ਨੇ 22 ਧਾਰ ਦੇ ਰਾਜਿਆਂ ਨੇ ਗਊ ਦੀ ਕਸਮ ਖਾਧੀ। ਸੱਚੇ ਪਾਤਸ਼ਾਹ ਕਹਿੰਦੇ ਵੈਸੇ ਤੇ ਮੈਨੂੰ ਤੁਹਾਡੇ ਤੇ ਕੋਈ ਯਕੀਨ ਨਹੀਂ, ਪਰ ਤੁਸੀਂ ਆਪਣੇ ਚਿੰਨ੍ਹਾਂ ਦਾ ਸਤਿਕਾਰ ਕਰਦੇ ਹੋ, ਚਿੰਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਆਪਣਿਆਂ ਨੂੰ, ਹਾਲਾਂਕਿ ਮੈਂ ਗਾਂ ਨੂੰ ਆਪਣੀ ਮਾਂ ਨਹੀਂ ਮੰਨਦਾ। ਠੀਕ ਆ, ਤੁਸੀਂ ਮੰਨਦੇ ਹੋ ਬੰਨੀ ਜਾਓ, ਪਰ ਤੁਸੀਂ ਆਪਣੇ ਚਿੰਨ੍ਹਾਂ ਦਾ ਸਤਿਕਾਰ ਕਰਦੇ ਹੋ ਤੇ ਮੈਂ ਤੁਹਾਡੇ ਉਹਨਾਂ ਚਿੰਨ੍ਹਾਂ ਦਾ ਸਤਿਕਾਰ ਕਰਦਾ, ਮੈਂ ਆਨੰਦਪੁਰ ਸਾਹਿਬ ਛੱਡਦਾ। ਫਿਰ ਖਾਧੀਆਂ ਸਹੁੰਆਂ ਤੋਂ ਮੁੱਕਰ ਜਾਂਦੇ ਆ ਉਹ, ਖਾਧੀਆਂ ਕਸਮਾਂ ਤੋਂ ਉਹ 22 ਧਾਰ ਦੇ ਰਾਜੇ ਵਜੀਦ ਖਾਂ ਵਰਗੇ ਜਦੋਂ ਮੁੱਕਰ ਜਾਂਦੇ ਆ, ਚੱਲਦੇ ਹੋਏ ਕਾਫਲੇ ਤੇ ਜਦੋਂ ਹਮਲਾ ਕਰਦੇ ਆ ਤੇ ਉਹ ਕਾਫਲਾ ਪਹੁੰਚ ਜਾਂਦਾ ਸਰਸਾ ਨਦੀ ਦੇ ਕੰਢੇ ਤੇ, ਤੇ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਫਿਰ ਜਿਵੇਂ 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 ਪਰਿਵਾਰ ਅਲੱਗ ਅਲੱਗ ਡਿਊਟੀਆਂ ਲਾਈਆਂ ਸੀ, ਜਿਵੇਂ ਜਿਵੇਂ ਸਾਹਿਬਜ਼ਾਦਿਆਂ ਦੀ ਉਂਗਲ ਜਿਹੜੀ ਸੀ ਮਾਤਾ ਗੁਜਰ ਕੌਰ ਨੂੰ ਫੜਾਈ ਛੋਟੇ ਸਾਹਿਬਜ਼ਾਦਿਆਂ ਦੀ, ਭਾਈ ਮਨੀ ਸਿੰਘ ਨੂੰ ਆਖਿਆ ਇਹਨਾਂ ਮਹਿਲਾਂ ਨੂੰ ਤੁਸੀਂ ਲੈ ਜਿਓ ਦਿੱਲੀ ਵੱਲ ਤੇ ਮੈਂ ਇੱਧਰ ਕੋਟਲਾ ਨੇ ਹੰਗ ਖੰਮ ਇੱਧਰ ਰੋਪੜ ਦੇ ਏਰੀਏ ਚ ਹੁੰਦੇ ਹੁੰਦੇ ਸੱਚੇ ਪਾਤਸ਼ਾਹ ਕਹਿੰਦੇ ਮੈਂ ਇੱਧਰ ਨੂੰ ਚਲੇ ਜਾਣਾ ਆ। ਸਾਹਿਬਜ਼ਾਦਿਆਂ ਨੂੰ ਆਖਿਆ ਤੁਸੀਂ ਮਾਤਾ ਗੁਜਰ ਕੌਰ ਦੇ ਨਾਲ ਹੀ ਰਹੋ। ਫਿਰ ਤਿੰਨ ਹਿੱਸਿਆਂ ਦੇ ਵਿੱਚ ਸੱਚੇ ਪਾਤਸ਼ਾਹ ਦਾ ਪਰਿਵਾਰ ਵੰਡਿਆ ਜਾਂਦਾ ਤੇ ਇੱਕ ਕਾਫਲਾ ਜਿਹੜਾ ਜਦੋਂ ਚਮਕੌਰ ਦੀ ਗੜੀ ਚ ਪਹੁੰਚਦਾ 40 ਦੇ ਲਗਭਗ ਸਿੱਖਾਂ ਦਾ ਵੇਰਵਾ ਲਿਖਿਆ ਇਤਿਹਾਸ ਨੇ, 40 ਸਿੱਖ ਸੀ, 2 ਸਾਹਿਬਜ਼ਾਦੇ ਹੈ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਆ ਤੇ ਨਾਲ ਸਿੰਘ ਨੇ ਉਹਨਾਂ ਦੇ। ਚਮਕੌਰ ਦੀ ਗੜੀ ਦੇ ਵਿੱਚ ਫਿਰ ਜਦੋਂ ਇੱਕ ਮਸਾਣ ਦਾ ਯੁੱਧ ਹੁੰਦਾ, ਸੱਚੇ ਪਾਤਸ਼ਾਹ ਨੂੰ ਸਿੱਖ ਕਹਿੰਦੇ ਆ ਕੇ ਵੀ ਸੱਚੇ ਪਾਤਸ਼ਾਹ ਜਾਓ ਹੁਣ ਇੱਥੋਂ, ਆਗੂ ਨਹੀਂ ਮਰਨਾ ਚਾਹੀਦਾ ਸਾਡਾ, ਤੁਸੀਂ ਸਾਡੇ ਲਈ, ਸਾਨੂੰ ਪਤਾ ਵੀ ਸਾਡੇ ਲਈ ਜਾਨ ਮਾਰਨ ਲਈ ਤਿਆਰ ਬੈਠੇ ਹੋ, ਸਾਨੂੰ ਤੁਹਾਡੀ ਕੁਰਬਾਨੀ ਤੇ ਕੋਈ ਸ਼ੱਕ ਨਹੀਂ, ਜਿਹੜਾ ਆਪਣੇ ਪੁੱਤਰਾਂ ਨੂੰ ਦੇ ਸਕਦਾ ਆ, ਜਿਹੜਾ ਆਪਣੇ ਪੁੱਤਰਾਂ ਨੂੰ ਸਾਡੇ ਲਈ ਵਾਰ ਸਕਦਾ, ਆਪਣੀ ਜਾਨ ਕਿੱਥੇ ਬਚਾਊਗਾ ਉਹ। ਫਿਰ ਸਿੱਖਾਂ ਨੇ ਬੜੇ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਉੱਥੋਂ ਬਾਹਰ ਕੱਢਿਆ। ਜਦੋਂ ਗੁਰੂ ਸਾਹਿਬ ਨੂੰ ਬਾਹਰ ਕੱਢਦੇ ਫਿਰ ਨਾਲ ਸਿੱਖ ਉਦੋਂ ਵੀ ਸ਼ਹੀਦ ਹੁੰਦੇ ਆ, ਐਵੇਂ ਨਹੀਂ ਅਗਲੇ ਕਿਤੇ ਜਾਣ ਦੇਣਗੇ, ਅਗਲੇ ਉਦੋਂ ਵੀ ਨਾਲ ਗੁਰੂ ਸਾਹਿਬ ਨੂੰ ਕੱਢਣ ਲੱਗਿਆਂ ਵੀ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਸੱਚੇ ਪਾਤਸ਼ਾਹ ਨੇ ਫਿਰ ਸਮਝਾਇਆ ਵੀ ਇਦਾਂ ਕਰਕੇ ਮੈਂ ਇੱਧਰ ਨੂੰ ਜਾਵਾਂਗਾ, ਤੁਹਾਡੀ ਜਾਨ ਬਚ ਗਈ ਤੇ ਮੇਰੇ ਮਗਰ ਮਗਰ ਆ ਜਾਇਓ, ਸਮਾਂ ਬਣਿਆ ਤੇ ਜ਼ਰੂਰ ਇਕੱਠੇ ਹੋਵਾਂਗੇ।
ਤੇ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਨਿਕਲਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਸ਼ਹੀਦ ਹੋਣ ਦੇ ਜਗਾਰੇ ਲਾਉਂਦੇ ਤੇ ਸਿੱਖ ਆ ਕੇ ਮਹਾਰਾਜ ਨੂੰ ਕਹਿੰਦੇ ਸੀ ਵੀ ਸੱਚੇ ਪਾਤਸ਼ਾਹ ਵੀ ਜਦੋਂ ਸਾਡੇ ਨਾਲ ਦੇ ਸਾਥੀ ਸ਼ਹੀਦ ਹੁੰਦੇ ਸੀ ਵੀ ਉਦੋਂ ਤਾਂ ਤੁਸੀਂ ਕੋਈ ਜਗਾਰਾ ਨਹੀਂ ਲਾਇਆ, ਉਦੋਂ ਤੁਸੀਂ ਖੜ ਕੇ ਦੇਖਦੇ ਸੀ ਬਸ। ਜਦੋਂ ਅਜੀਤ ਸਿੰਘ ਜਦੋਂ ਜੁਝਾਰ ਸਿੰਘ ਸ਼ਹੀਦ ਹੋਏ ਬੜੇ ਜਗਾਰੇ ਲਾਏ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਆ ਕਹਿੰਦੇ ਮੈਂ ਸੋਚਦਾ ਸੀ ਵੀ ਅਜੀਤ ਸਿੰਘ ਆਇਆ ਮੁੜ ਕੇ ਜੁਝਾਰ ਸਿੰਘ ਆਇਆ, ਮੈਨੂੰ ਜਿਹੜੀ ਆਸ ਸੀ ਮੇਰੇ ਮਨ ਅੰਦਰ ਹੀ ਸੀ ਬਸ ਵੀ ਇਹਨਾਂ ਨੂੰ ਮੈਂ ਆਪ ਨਾ ਕਹਾਂ ਵੀ ਤੁਸੀਂ ਆਓ, ਮੈਂ ਜਿਵੇਂ ਪਹਿਲਾਂ ਤੁਹਾਨੂੰ ਅਰਜ਼ ਕੀਤੀ ਹੈ ਵੀ ਸਾਨੂੰ ਕਹਿਣਾ ਨਾ ਪਵੇ ਆਪਣੇ ਬੱਚਿਆਂ ਨੂੰ, ਜ਼ੋਰ ਨਾ ਪਾਉਣਾ ਪਵੇ, ਧੱਕਾ ਨਾ ਕਰਨਾ ਪਵੇ, ਜਿਵੇਂ ਔਰੰਗਜ਼ੇਬ ਬਾਦਸ਼ਾਹ ਧੱਕੇ ਨਾਲ ਮੁਸਲਮਾਨ ਬਣਾਉਂਦਾ ਸਾਨੂੰ ਇਹ ਧੱਕਾ ਨਾ ਕਰਨਾ ਪਵੇ ਆਪਣੇ ਬੱਚਿਆਂ ਨਾਲ, ਉਹ ਆਪਣੇ ਆਪ ਹੀ ਚੱਲ ਕੇ ਆਉਣ ਵੀ ਹਾਂਜੀ ਬਾਪੂ ਜੀ ਜਿਹੜਾ ਤੁਸੀਂ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਲਿਆ। ਪਰ ਹੁਣ ਅਸੀਂ ਕਿੱਥੇ ਲੈਂਦੇ ਹਾਂ ਭਾਈ, ਸਾਨੂੰ ਤਾਂ ਇਹ ਹੁੰਦਾ ਵੀ ਦਾਲ ਕਿਹੜੀ ਬਣੀ ਹੈ ਲੰਗਰ 'ਚ, ਸਬਜ਼ੀ ਕਿਹੜੀ ਬਣੀ ਹੈ ਲੰਗਰ 'ਚ, ਅੱਜ ਕੀ ਬਣਿਆ। ਮੈਂ ਕੱਲ੍ਹ ਉੱਥੇ ਅਰਜ਼ ਕਰਦਾ ਸੀ, ਅੰਬਾਲੇ ਗਏ ਤੇ ਐਂ ਪ੍ਰੋਗਰਾਮ ਚੱਲਦਾ ਸੀ, ਇੱਦਾਂ ਹੀ ਪੰਡਾਲ ਲਾਇਆ ਉਹਨਾਂ ਨੇ ਛੋਟਾ ਜਿਹਾ ਵੀਰਾਂ ਨੇ ਤੇ ਪ੍ਰੋਗਰਾਮ ਰੱਖਿਆ। ਹੋਇਆ ਕਿ ਵੀ ਆਨੰਦ ਸਾਹਿਬ ਦਾ ਪਾਠ ਪੜ੍ਹਨ ਲੱਗੇ ਤੇ ਸ਼ਹਿਰਾਂ ਦਾ ਮਾਹੌਲ ਐਂ ਜਿਹਾ ਹੁੰਦਾ ਵੀ ਸੰਗਤ ਉੱਠਣ ਲੱਗ ਜਾਂਦੀ ਹੈ। ਹੁਣ ਆਪਾਂ ਥੋੜ੍ਹਾ ਜਿਹਾ ਇੱਦਾਂ ਚੱਲਦੇ ਹਾਂ ਸਿਸਟਮ ਦੇ ਹਿਸਾਬ ਨਾਲ ਵੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਆ ਉਨਾ ਚਿਰ ਕੋਈ ਨਾ ਜਾਵੇ, ਆਪਾਂ ਮਗਰ ਮਗਰ ਚਾਲਾ ਪਾਵਾਂਗੇ। ਉਹ ਹੋਇਆ ਕਿ ਸੰਗਤ ਉੱਠਣ ਲੱਗ ਪਈ ਤੇ ਮੈਂ ਕਿਹਾ ਭਾਈ ਸੰਗਤ ਸੰਗਤ ਜੀ ਤੁਹਾਡੇ ਲਈ ਸਮੋਸੇ ਲਿਆਂਦੇ ਆ, ਸਮੋਸੇ ਖਾ ਕੇ ਜਾਇਓ। ਫਿਰ ਸਾਰੇ ਬਹਿ ਗਏ ਉੱਥੇ, ਫਿਰ ਕੋਈ ਵੀ ਨਾ ਉੱਠਿਆ ਤੇ ਮੈਂ ਅਰਜ਼ ਉੱਥੇ ਕੀਤੀ ਸੀ ਵੀ ਲੰਗਰ ਐਡੇ ਐਡੇ ਮੋਟੇ ਅੱਖਰਾਂ 'ਚ ਲਿਖਣਾ ਪੈਂਦਾ ਵੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ, ਕਿਉਂਕਿ ਲੰਗਰਾਂ ਦੇ ਪੁਜਾਰੀ ਅਸੀਂ ਜ਼ਿਆਦਾ ਆ। ਸਾਡੇ ਘਰ ਗੁਰੂ ਦਾ ਗਿਆਨ ਪਹੁੰਚੇ ਭਾਵੇਂ ਨਾ ਪਹੁੰਚੇ, ਪਰ ਲੰਗਰ ਸਾਡੇ ਘਰਾਂ ਤੱਕ ਪਹੁੰਚ ਜਾਂਦਾ ਸਾਰਿਆਂ ਦੇ। ਹੁਕਮਨਾਮਾ ਸਾਡੇ ਘਰ ਤੱਕ ਪਹੁੰਚੇ ਭਾਵੇਂ ਨਾ ਪਹੁੰਚੇ, ਮਾਂ ਕਹਿੰਦੀ ਕੜਾਹ ਪ੍ਰਸ਼ਾਦ ਦੀ ਦੇਗ ਦੇ ਦੇ ਬਾਬਾ ਮੇਰਾ ਪੁੱਤ ਬੈਠਾ ਘਰ 'ਚ, ਤੇ ਮੈਂ ਹੱਥ ਜੋੜ ਕੇ ਕਹਿੰਦਾ ਕੜਾਹ ਪ੍ਰਸ਼ਾਦ ਦੀ ਦੇਗ ਦੀ ਕਿਹੜੀ ਗੱਲ, ਤੂੰ ਘਰ ਬਣਾ ਕੇ ਖਾ ਲਈ, ਪ੍ਰਸ਼ਾਦੇ ਦੀ ਕਿਹੜੀ ਗੱਲ, ਤੁਹਾਡੇ ਘਰਾਂ 'ਚ ਭੈਣੋ ਰੋਜ਼ ਹੀ ਬਣਦਾ ਆ, ਇਹ ਤੁਸੀਂ ਰੋਜ਼ ਹੀ ਛਕਦੇ ਹੋ। ਤੇ ਮੈਂ ਕਹਿੰਦਾ ਸੀ ਸਮੋਸਿਆਂ ਦੀ ਕਿਹੜੀ ਗੱਲ, ਤੁਹਾਡੇ ਕੱਲ੍ਹ ਨੂੰ ਰੇਹੜੀ ਲੱਗ ਜਾਣੀ, ਖਾ ਲਿਓ ਉੱਥੇ। ਆ ਜਿਹੜਾ ਸ਼ਬਦ ਸੁਣਿਆ ਇਹ ਪੱਲੇ ਬੰਨ੍ਹ ਕੇ ਲੈ ਕੇ ਜਾਓ। ਮਾਂ ਪੁੱਤ ਨੂੰ ਭੇਜਦੀ ਲੈ ਪੁੱਤਰਾ ਪੜ੍ਹਨ ਜਾ ਸਕੂਲੇ, ਤੇ ਜੇ ਮਾਂ ਪੁੱਛੇ ਨਾ ਉਹਨੂੰ ਵੀ ਕੀ ਸਿੱਖ ਕੇ ਆਇਆ, ਬੱਚਾ ਕਿਤੇ ਪੜ੍ਹੇ, ਬੱਚਾ ਕਿਤੇ ਉੱਥੋਂ ਕੁਛ ਸਿੱਖ ਕੇ ਆਵੇ। ਮਾਂ ਜਦ ਹੀ ਨਰਸਰੀ 'ਚ ਹਜੇ ਪਹਿਲੇ ਦਿਨ ਹੀ ਗਿਆ ਹੁੰਦਾ, ਦਿਖਾਵਾਂਗਾ ਪੁੱਤ ਕੀ ਲਿਖਿਆ ਤੂੰ ਅੱਜ, ਤੇ ਬੱਚਾ ਨਾ ਕਾਪੀ ਖੋਲ ਕੇ ਐਂ ਦਿਖਾ ਦਿੰਦਾ, ਉੱਤੇ ਮਾਰੀ ਹੁੰਦੀ ਇਕੱਲੀ ਲਾਈਨ, ਤੇ ਮਾਂ ਨੂੰ ਚਾਅ ਚੜ੍ਹ ਜਾਂਦਾ ਵੀ ਘੱਟੋ ਘੱਟ ਲਾਈਨ ਮਾਰਨੀ ਤਾਂ ਸਿੱਖ ਗਿਆ, ਇੱਕ ਲੀਕ ਖਿੱਚਣੀ ਤਾਂ ਸਿੱਖ ਗਿਆ ਨਾ ਇੱਕ ਚੀਜ਼ ਤਾਂ। ਤੇ ਜਿੱਦਣ ਅਸੀਂ ਗੁਰੂ ਘਰ ਵਿੱਚੋਂ ਜਾਂਦੇ ਤੇ ਸਾਡੇ ਬੱਚੇ ਸਾਨੂੰ ਪੁੱਛਣ ਵੀ ਬਾਪੂ 40 ਸਾਲ ਹੋ ਗਏ ਆ ਤੈਨੂੰ ਗੁਰੂ ਘਰ ਜਾਂਦੇ ਨੂੰ, ਤੂੰ ਕੀ ਸਿੱਖਿਆ ਹੁਣ ਤੱਕ, ਤੇ ਮੇਰੇ ਵਰਗਾ ਕਹੂਗਾ ਪਿਛਲੀ ਯਾਰ ਕੜੀ ਬਣੀ ਸੀ ਐਤਕੀ ਇਹਨਾਂ ਨੇ ਪਨੀਰ ਬਣਾਇਆ ਆ, ਅਸੀਂ ਇਹ ਕੁਝ ਦੱਸਾਂਗੇ ਜਾ ਕੇ ਨਿਆਣਿਆਂ ਨੂੰ, ਅਸੀਂ ਕਹਾਂਗੇ ਹੋਰ ਤਾਂ ਕੁਛ ਨਹੀਂ ਕਹਿਣਾ, ਪਿਛਲੀ ਯਾਰ ਪ੍ਰਸ਼ਾਦੇ ਬੜੇ ਵਧੀਆ ਸੀ, ਐਤਕੀ ਕੱਚੇ ਜੇ ਪ੍ਰਸ਼ਾਦੇ ਲਾਏ ਆ ਇਹਨਾਂ ਨੇ, ਆਹੀ ਕੁਝ ਦੇਖਦੇ ਰਹਿ ਜਾਂਦੇ ਹਾਂ ਅਸੀਂ। ਸਭਾ ਤੇ ਜਾਣ ਵਾਲਿਆਂ ਦੀ ਕੋਈ ਕਮੀ ਨਹੀਂ ਪਈ, ਪਰ ਸਭਾ ਤੇ ਜਾ ਕੇ ਲੰਗਰਾਂ ਦੀਆਂ ਦਾਲਾਂ ਟੇਸਟ ਕਰਨ ਵਾਲੇ ਮੇਰੇ ਅੱਗੇ ਜ਼ਿਆਦਾ ਹੁੰਦੇ ਆ, ਉੱਥੇ ਜਾ ਕੇ ਰੰਗ ਲੜੀਆਂ ਮਨਾਉਣ ਵਾਲੇ ਜ਼ਿਆਦਾ ਹੁੰਦੇ ਆ। ਤੇ ਆਪਾਂ ਜਿਹੜੀ ਗੱਲ ਕਰਦੇ ਸੀ ਜਿੱਦਣ ਸਾਡੇ ਬੱਚੇ ਸਾਨੂੰ ਪੁੱਛਣਗੇ ਵੀ ਕੀ ਸਿੱਖਿਆ ਬਾਪੂ, ਤੇ ਸਾਨੂੰ 40 ਸਾਲਾਂ ਦੇ ਵਿੱਚ ਅਸੀਂ ਕੀ ਦੱਸਾਂਗੇ ਵੀ ਮੈਂ 40 ਸਾਲਾਂ 'ਚ ਆਹ ਸਿੱਖਿਆ, ਕੀ ਦਿਖਾਵਾਂਗੇ ਆਪਣੇ ਨਿਆਣਿਆਂ ਨੂੰ। ਉਹ ਤੇ ਸਕੂਲੇ ਪੜ੍ਹਨ ਜਾਂਦਾ ਕਾਪੀ ਖੋਲ੍ਹ ਕੇ ਦਿਖਾ ਦਿੰਦਾ, ਤੇ ਤੂੰ ਕੀ ਦਿਖਾਏਗਾ ਉਹਨਾਂ ਨੂੰ ਖੋਲ ਖੋਲ ਕੇ। ਸਾਡੇ ਬੱਚੇ ਆਪ ਜਿਵੇਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਆਪ ਆਏ ਚੱਲ ਕੇ, ਤੇ ਸਾਡੇ ਬੱਚੇ ਐਂ ਭੱਜੇ ਆਉਣ ਵੀ ਬਾਪੂ ਜਿਹੜਾ ਗਿਆਨ ਤੇਰੇ ਕੋਲ ਹੈ ਉਹ ਮੈਨੂੰ ਦੇ, ਪਰ ਸਾਨੂੰ ਦਾਲਾਂ ਸਬਜ਼ੀਆਂ ਤੋਂ ਵਿਹਲ ਮਿਲੇ ਤਾਂ ਨਾ। ਮਾਫ਼ੀ ਮੰਗ ਕੇ ਕਹਿੰਦਾ ਲੰਗਰ ਛਕਣਾ ਚਾਹੀਦਾ ਬਈ, ਪ੍ਰਸ਼ਾਦਾ ਤੁਹਾਡੇ ਲਈ ਤਿਆਰ ਕੀਤਾ ਤਾਂ ਕਿ ਸਾਨੂੰ ਘਰੇ ਜਾ ਕੇ ਕੋਈ ਖੇਚਲ ਨਾ ਕਰਨੀ ਪਵੇ, ਸਾਨੂੰ ਘਰੇ ਜਾ ਕੇ ਆਪ ਨਾ ਪਕਾਉਣਾ ਪਵੇ, ਪ੍ਰਬੰਧਕ ਤਿਆਰ ਕਰਦੇ ਤੁਸੀਂ ਛਕੋ ਇੱਥੇ ਬਹਿ ਕੇ, ਨਾਲੇ ਛਕੋ ਨਾਲੇ ਆਈ ਹੋਈ ਸੰਗਤ ਨੂੰ ਛਕਾਓ, ਰੱਜ ਰੱਜ ਕੇ ਛਕਾਓ, ਰੱਜ ਰੱਜ ਕੇ ਛੱਕ ਕੇ ਜਾਓ, ਪਰ ਜਿਹੜਾ ਮੇਨ ਮਕਸਦ ਹੈ ਆਹ ਜਿਹੜੀ ਆਪਾਂ ਕਲਾਸ ਵਿੱਚ ਬੈਠੇ ਹਾਂ ਇੱਦਾਂ ਹੀ ਕਲਾਸ ਵਾਂਗੂ ਸਮਝਿਆ ਕਰੋ। ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਟੀਚਰ ਹੈ, ਪ੍ਰਿੰਸੀਪਲ ਸਾਡਾ ਸਾਰਾ ਕੁਛ ਇਹ ਨੇ, ਮੇਰੇ ਵਰਗਾ ਤਾਂ ਸਿਰਫ ਇੱਕ ਸਪੀਕਰ ਹੈ, ਸਿਰਫ ਆਪਾਂ ਇਤਿਹਾਸ ਨੂੰ ਵਾਚ ਸਕਦੇ ਹਾਂ, ਉਹਦੇ ਤੋਂ ਸਮਝ ਸਕਦੇ ਹਾਂ,
ਉਹਦੇ ਵਿੱਚੋਂ ਸਿੱਖ ਸਕਦੇ ਹਾਂ ਆਪਾਂ ਸਿਰਫ ਬਸ ਇੰਨਾ ਮੇਰੇ ਵਰਗਾ ਕੁਛ ਨਹੀਂ ਸਭ ਕੁਝ ਸਾਡੇ ਸਤਿਗੁਰੂ ਜੀ ਹੈ ਬਸ ਕੋਈ ਬੁਲਾਰਾ ਆਵੇ ਭਾਵੇਂ ਭਾਈ ਗੁਰਦੀਪ ਸਿੰਘ ਕਥਾ ਕਰਨ ਭਾਵੇਂ ਭਾਈ ਹਰਪ੍ਰੀਤ ਸਿੰਘ ਕਥਾ ਕਰਨ ਭਾਵੇਂ ਮੇਰੇ ਵਰਗਾ ਕੋਈ ਮਾੜਾ ਮੋਟਾ ਜਿਹਾ ਆ ਕੇ ਤੁਹਾਨੂੰ ਕੁਝ ਨਾ ਕੁਝ ਸੁਣਾਵੇ ਬਸ ਸਿਰਫ ਇਹ ਇਹ ਦੇਖੋ ਵੀ ਆਪਾਂ ਸਤਿਗੁਰੂ ਜੀ ਤੋਂ ਸਿੱਖਿਆ ਕੀ ਹੈ ਹੁਣ ਤੱਕ ਆ ਆ ਪੱਲੇ ਬੰਨਿਓ ਗੱਲ ਵੀ ਅਸੀਂ ਪ੍ਰੋਗਰਾਮ ਕਰਾਉਂਦਿਆਂ ਨੂੰ 3 ਸਾਲ ਹੋ ਗਏ ਆ ਤੇ 3 ਸਾਲਾਂ ਵਿੱਚ ਤਬਦੀਲੀ ਕੀ ਆਈ ਆ ਫਰਕ ਕੀ ਪਿਆ ਆ ਕੱਲ ਵੀ ਦੱਸਦੇ ਸੀ ਭਾਈ ਸ਼੍ਰੋਮਣਦੀਪ ਸਿੰਘ ਆਏ ਉਹਨਾਂ ਨੇ ਵੀ ਇਹੀ ਤੁਹਾਨੂੰ ਅਰਜ਼ ਕੀਤੀ ਸੀ ਵੀ ਆਊਟਪੁੱਟ ਕੀ ਨਿਕਲੀ ਆ ਮਿਲਿਆ ਕੀ ਆ ਸਾਡੇ ਸਾਨੂੰ ਇਤਿਹਾਸ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਕਮਾਲ ਦਾ ਉਹਨਾਂ ਦਾ ਜੀਵਨ ਸੀ ਵੀ ਸਭ ਜਦੇ ਆਪ ਚੱਲ ਕੇ ਆ ਜਾਂਦੇ ਆ ਭਾਈ ਤੂੰ ਆਪਣਾ ਜੀਵਨ ਇੰਨਾ ਸੁੱਚਾ ਸੁੱਚਾ ਬਣਾ ਵੀ ਕੱਲ ਨੂੰ ਪੁੱਤ ਨੂੰ ਕਹਿਣਾ ਨਾ ਪਵੇ ਪੁੱਤ ਅੰਮ੍ਰਿਤਧਾਰੀ ਹੋ ਆਪਣੇ ਆਪ ਹੀ ਜੁੜ ਜਾਇਓ ਅਕਲ ਹੀ ਇੰਨੇ ਕਮਾਲ ਦੀ ਹੋਵੇ ਸਮਝ ਹੀ ਇੰਨੇ ਕਮਾਲ ਦੀ ਹੋਵੇ ਗਿਆਨ ਹੀ ਇੰਨੇ ਕਮਾਲ ਦਾ ਹੋਵੇ ਵੀ ਆਪ ਤੇ ਜਦੋਂ ਸਿੱਖਾਂ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਵੀ ਜਦੋਂ ਅਸੀਂ ਸਾਡੇ ਨਾਲ ਦੇ ਸਾਥੀ ਜੰਗ ਦੇ ਮੈਦਾਨ ਜਾਂਦੇ ਸੀ ਤੁਸੀਂ ਜਕਾਰੇ ਨਹੀਂ ਲਾਏ ਪਰ ਪੁੱਤਰਾਂ ਦੇ ਸ਼ਹੀਦ ਹੋਣ ਤੇ ਇਹ ਗੱਜ ਕੇ ਜਕਾਰੇ ਲਾਉਂਦੇ ਸੀ ਤੁਸੀਂ ਸੱਚੇ ਪਾਤਸ਼ਾਹ ਕਹਿੰਦੇ ਸੀ ਮੈਂ ਤੇ ਆਸ ਰੱਖੀ ਸੀ ਆਪਣੇ ਮਨ 'ਚ ਮੈਂ ਤੇ ਇੱਛਾ ਰੱਖੀ ਸੀ ਆਪਣੇ ਮਨ 'ਚ ਵੀ ਕਿਤੇ ਮੇਰੇ ਅਜੀਤ ਸਿੰਘ ਮੇਰਾ ਜੁਝਾਰ ਸਿੰਘ ਵੀ ਇਹ ਜੰਗ ਦੇ ਮੈਦਾਨ 'ਚ ਲੜੂਗਾ ਤੇ ਅੱਜ ਮੇਰੇ ਪੁੱਤਰਾਂ ਨੇ ਮੇਰੀ ਉਹ ਆਸ ਪੂਰੀ ਕਰਤੀ ਮੈਂ ਰੌਲਾ ਨਹੀਂ ਸੀ ਪਾਇਆ ਸਮਾਜ ਅੱਗੇ ਜਾ ਕੇ ਮੇਰੇ ਸਾਹਿਬਜ਼ਾਦੇ ਬੜੇ ਚੰਗੇ ਹੈ ਅਸੀਂ ਤੇ ਰੌਲਾ ਪਾਉਣ ਲੱਗ ਜਾਂਦੇ ਹਾਂ ਸਾਡੇ ਬੱਚੇ ਜੀ ਦਸਤਾਰਾਂ ਬੜੀਆਂ ਸੋਹਣੀਆਂ ਸਜਾਉਣ ਬਈ ਪਰ ਉਦਣ ਕਿਉਂ ਜਿੱਦਣ ਸੱਚੀ ਗੱਲ ਹੈ ਵੀ ਜਿੱਦਣ ਪੂਰੇ ਉਤਰ ਕੇ ਦਿਖਾਉਣ ਉਹ ਸਾਹਿਬਜ਼ਾਦਿਆਂ ਵਾਂਗੂ ਗੱਲ ਇਹ ਨਹੀਂ ਹੁੰਦੀ ਵੀ ਮੈਂ ਕਿਸੇ ਨੂੰ ਮਾੜਾ ਨਹੀਂ ਦੇਖਦਾ ਗੱਲ ਇਹ ਨਹੀਂ ਵੀ ਮੈਂ ਮਾੜਾ ਨਹੀਂ ਦੇਖਦਾ ਗੱਲ ਤੇ ਇੱਥੇ ਮੁੱਕਦੀ ਹੈ ਵੀ ਸਾਹਮਣੇ ਮਾੜਾ ਹੋ ਰਿਹਾ ਹੈ ਸੱਚੀ ਤੂੰ ਉਹਨੂੰ ਜਾ ਕੇ ਰੋਕਣ ਦੀ ਜ਼ੁਰਤ ਰੱਖਦਾ ਹੋਵੇ ਵੀ ਇਹ ਮਾੜਾ ਕਿਉਂ ਹੋ ਰਿਹਾ ਆ ਗੱਲ ਇੱਥੇ ਮੁੱਕਦੀ ਆ ਠੀਕ ਹੈ ਮੈਂ ਨਹੀਂ ਕਿਸੇ ਨਾਲ ਗਲਤ ਕਰਦਾ ਪਰ ਸਵਾਦ ਉਦਣ ਆਊਗਾ ਜਿੱਦਣ ਗਲਤ ਹੋਣ ਤੋਂ ਰੋਕਾਂਗੇ ਉਦਣ ਹੈ ਅਸਲ ਗੱਲ ਤਾਂ ਨਹੀਂ ਤੇ ਸਾਰੇ ਕਹਿੰਦੇ ਅਸੀਂ ਨਹੀਂ ਜੀ ਬੇਈਮਾਨੀਆਂ ਕਰਦੇ ਪਰ ਸਵਾਦ ਉਦਣ ਆਊ ਜਿੱਦਣ ਬੇਈਮਾਨੀਆਂ ਕਰਨ ਵਾਲਿਆਂ ਨੂੰ ਪੁੱਛਾਂਗੇ ਜਾ ਕੇ ਅਸੀਂ ਜਿੱਦਣ ਧੋਖਾ ਕਰਨ ਵਾਲਿਆਂ ਨੂੰ ਅਸੀਂ ਕਵਾਂਗੇ ਜਾ ਕੇ ਵੀ ਕਿਉਂ ਧੋਖਾ ਕਰਦਾ ਤੂੰ ਤੂੰ ਨਹੀਂ ਕਰਦਾ ਚੰਗੀ ਗੱਲ ਹੈ ਆਪਾਂ ਸੋਹਣੀ ਜ਼ਿੰਦਗੀ ਜਿਉਂਦੇ ਹਾਂ ਬਹੁਤ ਵਧੀਆ ਗੱਲ ਹੈ ਪਰ ਆਪਣੀ ਜ਼ਿੰਦਗੀ 'ਚ ਇਹ ਇਹ ਸਬਕ ਸਿੱਖ ਲੈਣਾ ਵੀ ਮੈਂ ਪੁੱਛਣ ਦੀ ਜ਼ਰੂਰਤ ਰੱਖਦਾ ਹੋਵਾਂ ਉਹ ਸਾਹਿਬਜ਼ਾਦਿਆਂ ਵਾਂਗੂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਾਂਗੂ ਜ਼ਰੂਰਤ ਰੱਖਦਾ ਹੋਵਾਂ ਮੈਂ ਆਪਣੀ ਜ਼ਿੰਦਗੀ 'ਚ ਤੇ ਗੱਲ ਕਮਾਲ ਦੀ ਸਾਡੀ ਕੌਮ 'ਚ ਦੇਖਿਓ ਤੁਸੀਂ ਸਾਡੀ ਕੌਮ 'ਚ ਜਦੋਂ ਹੁੰਦਾ ਆ ਅਹੁਦਾ ਸਾਡੇ ਕੋਲ ਜਦੋਂ ਨਾ ਜਥੇਦਾਰੀ ਦਾ ਅਹੁਦਾ ਆ ਉਦੋਂ ਨਹੀਂ ਕੋਈ ਬੋਲਦਾ ਜਿੱਦਣ ਜਥੇਦਾਰੀ ਤੋਂ ਲੈ ਜਾਂਦੇ ਉਦੋਂ ਸਾਰੀ ਇਹ ਸਰੀਆਂ ਕੱਢ ਕੇ ਆ ਜਾਂਦੇ ਵੀ ਐਂ ਹੁੰਦਾ ਸੀ ਸਾਡੇ ਨਾਲ ਸਵਾਦ ਤੇ ਉਦਣ ਹੈ ਜਿੱਦਣ ਤੂੰ ਉਸ ਅਹੁਦੇ ਤੇ ਬੈਠਾ ਉਦਣ ਬੋਲੇ ਸਵਾਦ ਤੇ ਉਦਣ ਹੈ ਨਾ ਨਹੀਂ ਤੇ ਬਾਅਦ ਵਿੱਚ ਤੇ ਸਾਰੀ ਇੰਟਰਵਿਊ ਮੇਰੇ ਵਰਗਾ ਹਰੇਕੀ ਦੇਣ ਲੱਗ ਪੈਂਦਾ ਪਰ ਜਿੱਦਣ ਹੋ ਰਿਹਾ ਸਾਹਮਣੇ ਜਿੱਦਣ ਸਾਹਮਣੇ ਪੈਸੇ ਮੈਂ ਨਹੀਂ ਬੇਈਮਾਨੀ ਕਰਦਾ ਜਿੱਦਣ ਅਗਲਾ ਰਿਸ਼ਵਤ ਦੇਣ ਆਵੇ ਤੂੰ ਕਹਿੰਦੇ ਮੈਂ ਨਹੀਂ ਲੈਣੀ ਰਿਸ਼ਵਤ ਲੈ ਜਾ ਚੱਕ ਕੇ ਸਵਾਦ ਉਦੋਂ ਆਊ ਅਗਲਾ ਦੇਣ ਆਵੇ ਤੂੰ ਲਵੇ ਨਾ ਇਹ ਹੈ ਅਸਲ ਜ਼ਿੰਦਗੀ ਨਹੀਂ ਤੇ ਅਸੀਂ ਬੜੇ ਮਾਣ ਨਾਲ ਕਹਿ ਸਾਡੇ ਬੱਚੇ ਬੜੀਆਂ ਸੋਹਣੀਆਂ ਦਸਤਾਰਾਂ ਸਿਉਂਦੇ ਬੜੀ ਸੋਹਣੀ ਬਾਣੀ ਪੜ੍ਹਦੇ ਐਵੇਂ ਨਾ ਖੁਸ਼ੀ ਮਨਾਈ ਕਦੇ ਜ਼ਿੰਦਗੀ 'ਚ ਕੱਲ ਦਾ ਕੋਈ ਪਤਾ ਨਹੀਂ ਕਬੀਰ ਸਾਹਿਬ ਕਹਿੰਦੇ ਆ ਅਜੇ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਸਮਝਾਓ ਜਿੰਨਾ ਸਮਝਾਇਆ ਜਾਂਦਾ ਜਿੰਨਾ ਗਿਆਨ ਆਪ ਲਿਆ ਜਾਂਦਾ ਆਪਣੇ ਬੱਚਿਆਂ ਨੂੰ ਦਿਓ ਰੱਜ ਰੱਜ ਕੇ ਪਰ ਵੱਡੀਆਂ ਵੱਡੀਆਂ ਆਸਾਂ ਨਾ ਲਾ ਕੇ ਰੱਖੇ ਕਿਤੇ ਆਸਾਂ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ ਕਦੇ ਆਪਣੀਆਂ ਆਸਾਂ ਨੂੰ ਤੋੜ ਕੇ ਨਾ ਬਹਿ ਜਾਓ ਵੀ ਕਦੇ ਐਂ ਕਹਿਣਾ ਪਵੇ ਸਾਡਾ ਜੀਣ ਨੂੰ ਜੀ ਨਹੀਂ ਕਰਦਾ ਸਾਡਾ ਦੁਨੀਆਂ 'ਚ ਰਹਿਣ ਨੂੰ ਜੀ ਨਹੀਂ ਕਰਦਾ ਇਹ ਨਾ ਕਦੀ ਜ਼ਿੰਦਗੀ 'ਚ ਕਹਿਣਾ ਪਵੇ ਇੰਨੇ ਫਲੈਕਸੀਬਲ ਰਹੋ ਤੇ ਅੱਜ ਕਲੰਗੀਆਂ ਵਾਲੇ ਦੇ ਪੁੱਤ ਜਦੋਂ ਸ਼ਹੀਦ ਹੁੰਦੇ ਆ ਮਹਾਰਾਜ ਕਹਿੰਦੇ ਆ ਮੈਂ ਆਸ ਲਾਈ ਸੀ ਸਿਰਫ ਅਜੀਤ ਸਿੰਘ ਤੋਂ ਮੈਂ ਜੁਝਾਰ ਸਿੰਘ ਤੋਂ ਆਸ ਲਾਈ ਸੀ ਤੇ ਅੱਜ ਇਹ ਮੇਰੀਆਂ ਆਸਾਂ ਤੇ ਇੰਨੇ ਖਰੇ ਉਤਰੇ ਆ ਦਇਆ ਸਿੰਘ ਅੱਜ ਮੈਨੂੰ ਚਾਹੀ ਬਣਾਇਆ ਅੱਗੇ ਲੋਕ ਮੈਨੂੰ ਕਹਿੰਦੇ ਸੀ ਸ਼ਹੀਦ ਭਰਾਵਾਂ ਦਾ ਭਰਾ ਲੋਕ ਮੈਨੂੰ ਕਹਿੰਦੇ ਸੀ ਸ਼ਹੀਦ ਪੁੱਤਾ ਪਿਤਾ ਦਾ ਪੁੱਤਰ ਹੁਣ ਲੋਕ ਮੈਨੂੰ ਕਿਹਾ ਕਰਨਗੇ ਸ਼ਹੀਦ ਪੁੱਤਰਾਂ ਦਾ ਪਿਤਾ ਮੇਰੇ ਨਿਆਣਿਆਂ ਨੇ
मेरे बच्चियां ने मेरी औलाद ने मेरे दोवां साहबजादियां ने अज मेरा नाम फकर नाल उच्चा करता तां करके दया सिंह इन्हां दे शहीद होने के जकारे लाए आ मैं पहला नहीं सी भी लोगों सामने कहिंदा भी मेरे मेरे बच्चे बड़े चंगे आ इदां ही असीं अपनी जिंदगी च रखीए इस गल नूं ਸਵਾਦ ਉਦਣ ਆਵੇ ਜਿੱਦਣ ਸੱਚੀ ਅਗਲਾ ਆ ਕੇ ਕਵੇ ਤੇਰੇ ਸੱਚਮੁੱਚੀ ਬੱਚੇ ਬੜੇ ਵਧੀਆ ਆ ਇੰਨੇ ਚੰਗੇ ਆ ਇੰਨੇ ਚੰਗੇ ਆ ਵੀ ਕਦੇ ਰਿਸ਼ਵਤ ਲੈਂਦੇ ਨਹੀਂ ਦੇਖੇ ਕਦੇ ਮਾੜਾ ਕਰਦੇ ਨਹੀਂ ਦੇਖੇ ਸਾਹਮਣੇ ਚੀਜ਼ ਪਈ ਸੀ ਕਦੇ ਚੁੱਕੀ ਨਹੀਂ ਇਹਨਾਂ ਨੇ ਸਾਹਮਣੇ ਪੈਸਾ ਪਿਆ ਸੀ ਸਾਹਮਣੇ ਸਭ ਕੁਝ ਸੀ ਕਦੇ ਇਹਨਾਂ ਨੇ ਐ ਨਹੀਂ ਕਦੇ ਲਾਲਸਾ ਨਹੀਂ ਆਈ ਮਨ ਚ ਤੇ ਸੱਚੇ ਪਾਤਸ਼ਾਹ ਇੰਨੇ ਖੁਸ਼ ਹੋਏ ਸਤਿਗੁਰੂ ਜੀ ਇੰਨੇ ਖੁਸ਼ ਹੋਏ ਆਪਣੇ ਬੱਚਿਆਂ ਦੀਆਂ ਉਹਨਾਂ ਲਾਸ਼ਾਂ ਨੂੰ ਦੇਖ ਕੇ ਸ਼ਹੀਦ ਹੁੰਦਿਆਂ ਦੇਖ ਕੇ ਸੱਚੇ ਪਾਤਸ਼ਾਹ ਨੇ ਗੱਜ ਗੱਜ ਕੇ ਜਕਾਰੇ ਲਾਏ ਫਿਰ ਆਪਣੀ ਜ਼ਿੰਦਗੀ ਚ ਬਸ ਆਹੀ ਇੱਥੇ ਖੜਾ ਕੇ ਰੱਖਿਓ ਆਪਣਾ ਮਨ ਸਾਰੇ ਆਪਾਂ ਆਪਣੇ ਮਨ ਨੂੰ ਇੰਨਾ ਤਕੜਾ ਕਰੀਏ ਆਪਾਂ ਸਾਰੇ ਰਲ ਕੇ ਜਿਹੋ ਜਿਹੇ ਮਰਜ਼ੀ ਹਾਲਾਤ ਜਿਹੋ ਜਿਹਾ ਮਰਜ਼ੀ ਸਮਾਂ ਪਰ ਇੱਕ ਸਾਰ ਇੱਕ ਸਾਰਤਾ ਜ਼ਿੰਦਗੀ ਜੋ ਦਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁੱਖ ਸਨੇਹ ਅਰ ਭੈਣੀ ਜਾ ਕੇ ਕੰਚਨ ਮਾਟੀ ਮੰਨੈ ਸੁੱਖ ਸਨੇਹ ਨਾ ਤੇ ਕੋਈ ਬਹੁਤਾ ਸੁੱਖਾਂ ਨਾਲ ਸਨੇਹ ਆ ਨਾ ਕੋਈ ਦੁੱਖਾਂ ਤੋਂ ਘਬਰਾਹਟ ਹੈ ਕੋਈ ਜਿਹੋ ਜਿਹਾ ਹੈ ਮਾਹੌਲ ਬਸ ਉਹਦੇ ਚ ਖੁਸ਼ ਹਾਂ ਬਸ ਇਸ ਕਰਕੇ ਸਤਿਗੁਰੂ ਕਹਿੰਦੇ ਡੰਡੌਤ ਬੰਧਨ ਅਨੰਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹੱਥ ਸਿਰ ਤੇ ਰੱਖਿਓ ਜੀ ਹੱਥ ਸਿਰ ਤੇ ਰੱਖਿਓ ਜੀ ਹੱਥ ਸਿਰ ਤੇ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਸਾਰੇ ਬੋਲੋ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਬਸ ਜਦੋਂ ਕਿਤੇ ਮਨ ਡੋਲੇ ਮਾੜਾ ਮੋਟਾ ਜਿਹਾ ਖਿਆਲ ਆਵੇ ਤੇ ਉਦੋਂ ਫਿਰ ਪਾਣੀ ਦਾ ਆਸਰਾ ਲਈਏ ਸਤਿਗੁਰ ਦੇ ਬਚਨ ਸਾਡੇ ਸਾਹਮਣੇ ਆਉਣ ਬਾਣੀ ਦਾ ਦੇ ਦੀਏ ਮੋੜਾ ਉਦੋਂ ਬਾਣੀ ਦਾ ਦੇ ਦੀਏ ਮੋੜਾ ਜਦੋਂ ਮਨ ਦਿਸੇ ਮਨ ਦਿਸੇ ਡੋਲਦਾ ਉਦੋਂ ਪਾਣੀ ਦਾ ਦੇਰੀ ਹੋੜਾ ਜਦੋਂ ਮਨ ਦਿਸੇ ਡੋਲਦਾ ਉਦੋਂ ਪਾਣੀ ਦਾ ਦੇਰੀ ਹੋੜਾ ਜਦੋਂ ਮਨ ਦਿਸੇ ਡੋਲਦਾ ਉਦੋਂ ਪਾਣੀ ਦਾ ਦੇਰੀ ਹੋੜਾ ਜਦੋਂ ਮਨ ਦਿਸੇ ਮਨ ਦਿਸੇ ਡੋਲਦਾ ਸੰਗਤੇ
ਜਦੋਂ ਮਨ ਦਿਸੇ ਡੋਲਦਾ ਸਾਰੇ ਜੀ ਜਦੋਂ ਮਨ ਦਿਸੇ ਡੋਲਦਾ ਬਾਣੀ ਕਹਿੰਦੀ ਜਿਗਰਾ ਵੱਡਾ ਸੀ ਬਾਜਾਂ ਵਾਲੇ ਦਾ ਬੱਚਿਆਂ ਦੇ ਆਪਰੇਸ਼ਨ ਕਈ ਵਾਰੀ ਮਾਵਾਂ ਦੇ ਸਾਹਮਣੇ ਸਾਡੇ ਸਾਹਮਣੇ ਹੁੰਦੇ ਆ ਤੇ ਮਨ ਡੋਲਦਾ ਆ ਡਾਕਟਰ ਸੂਈ ਵੀ ਲਾਉਣ ਲੱਗਦਾ ਤੇ ਮਾਂ ਕਹਿੰਦੀ ਵੀ ਦਰਦ ਉਹਦੇ ਹੁੰਦੀ ਹੈ ਸੂਈ ਉਹਦੇ ਲੱਗ ਰਹੀ ਆ ਪਰ ਦਰਦ ਮਾਂ ਨੂੰ ਹੋ ਰਿਹਾ ਸੱਚੇ ਪਾਤਸ਼ਾਹ ਕਹਿੰਦੇ ਜਕਾਰੇ ਮੈਂ ਤਾਂ ਲਾਏ ਆ ਮੇਰੇ ਬੱਚੇ ਮੇਰੀਆਂ ਆਸਾਂ ਤੇ ਖਰੇ ਉਤਰੇ ਅੱਜ ਉਦਣ ਸਭ ਨੂੰ ਕਿਹੋ ਜਾ ਕੇ ਜਿੱਦਣ ਤੁਹਾਡੇ ਨਿਆਣੇ ਸੱਚਮੁੱਚ ਤੁਹਾਡੀਆਂ ਆਸਾਂ ਤੇ ਖਰੇ ਉਤਰਨ ਉਦਣ ਕਿਹੋ ਸਭ ਨੂੰ ਜਾ ਕੇ ਵੀ ਹਾਂ ਮੇਰਾ ਪੁੱਤ ਇਕੱਲਾ ਦਸਤਾਰ ਸਜਾਉਂਦਾ ਹੀ ਨਹੀਂ ਉਹਦਾ ਕਿਰਦਾਰ ਵੀ ਬੜਾ ਵਧੀਆ ਆ ਮੇਰਾ ਬੱਚਾ ਸਿਰਫ ਇਕੱਲਾ ਗੁਰਦੁਆਰੇ ਜਾਂਦਾ ਨਹੀਂ ਘਰ ਆ ਕੇ ਵੀ ਵਾਧੂ ਸੇਵਾ ਕਰਦਾ ਹੈ ਮੇਰਾ ਬੱਚਾ ਸਿਰਫ ਕੇਵਲ ਉੱਥੇ ਜਾ ਕੇ ਨਹੀਂ ਜੋੜੇ ਝਾੜਦਾ ਜਦੋਂ ਮੈਂ ਸਵੇਰੇ ਕੰਮ ਤੇ ਜਾਣਾ ਹੁੰਦਾ ਮੈਨੂੰ ਵੀ ਅਹੀਂ ਜੋੜੇ ਫੜਾਉਂਦਾ ਉਦੋਂ ਸਭ ਨੂੰ ਕਿਹੋ ਜਾ ਕੇ ਜਦੋਂ ਤੁਹਾਡੀਆਂ ਆਸਾਂ ਤੇ ਖਰੇ ਉਤਰੇ ਅੱਜ ਆਹੀ ਸਾਡੇ ਲਈ ਜੰਗ ਹੈ ਬਈ ਅੱਜ ਕੋਈ ਜੰਗ ਦਾ ਮੈਦਾਨ ਨਹੀਂ ਅੱਜ ਕੋਈ ਜੰਗ ਨਹੀਂ ਹੋ ਰਿਹਾ ਕੋਈ ਯੁੱਧ ਨਹੀਂ ਹੋ ਰਿਹਾ ਸਾਡੀ ਲੜਾਈ ਸਭ ਦੀ ਆਪਣੇ ਆਪ ਨਾਲ ਹੋ ਰਹੀ ਹੈ ਸਾਡੀ ਸਭ ਦੀ ਲੜਾਈ ਆਪਣੇ ਆਪ ਨਾਲ ਹੋ ਰਹੀ ਹੈ ਮਨ ਜੀਤੈ ਜਗ ਜੀ ਅਸੀਂ ਆਪਣੇ ਆਪ ਨੂੰ ਜਿੱਤਣਾ ਅਸੀਂ ਆਪਣੇ ਆਪ ਨੂੰ ਫਤਿਹ ਕਰਨਾ ਆ ਬਸ ਆਹੀ ਜੰਗ ਦਾ ਮੈਦਾਨ ਹੈ ਸਾਡੇ ਲਈ ਸਭ ਹੋਈ ਛਿੰਜ ਇਕੱਠੀਆ ਦਈ ਬੈਠਾ ਦੇਖੈ ਆਪ ਜੀਓ ਇੱਥੇ ਅਖਾੜਾ ਰਚਿਆ ਹੋਇਆ ਹੈ ਇਸ ਅਖਾੜੇ ਵਿੱਚ ਪਹਿਲਵਾਨ ਲੜ ਰਹੇ ਹੈ ਅਸੀਂ ਇਕੱਲੇ ਆ ਤੇ ਸਾਡੇ ਨਾਲ ਲੜਨ ਵਾਲੇ ਪੰਜਣੇ ਮੈਂ ਸ਼ੁਰੂ 'ਚ ਤੁਹਾਨੂੰ ਕਿਹਾ ਸੀ ਸੰਤ ਰੱਬ ਨਹੀਂ ਬਣਾਉਂਦਾ ਸੰਤ ਅਸੀਂ ਆਪ ਬਣਦੇ ਹਾਂ ਸਾਡੇ ਗੁਣ ਕਾਇਮ ਰਹਿਣਗੇ ਅਸੀਂ ਆਪਣੇ ਆਪ ਹੀ ਸੰਤ ਹਾਂ ਬਈ ਗੁਣਾਂ ਦਾ ਨਾਮ ਹੀ ਸੰਤ ਹੈ ਤੂੰ ਸੰਤਾਂ ਕਾ ਸੰਤ ਤੇਰੇ ਸ਼ੁਰੂ 'ਚ ਆਪਾਂ ਗੱਲ ਕੀਤੀ ਸੀ ਆਪਾਂ ਕਹਿੰਦੇ ਸੰਤ ਰੱਬ ਦੇ ਭੇਜੇ ਹੈ ਸੰਤ ਪਰਮਾਤਮਾ ਨੇ ਭੇਜੇ ਹੈ ਜਿੱਦਣ ਹਰ ਇੱਕ ਬੰਦਾ ਜੰਮਦਾ ਉਦਣ ਸੰਤ ਹੀ ਹੁੰਦਾ ਉਹ ਹੁੰਦਾ ਸੰਤ ਹੀ ਹੈ ਕਿਉਂਕਿ ਉਹਦੇ ਅੰਦਰ ਗੁਣ ਕਾਇਮ ਹੁੰਦੇ ਹੈ ਕੋਈ ਈਰਖਾ ਨਹੀਂ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਜੇ ਸਾਡਾ ਉਹੀ ਸੁਭਾਅ ਸਦਾ ਲਈ ਕਾਇਮ ਰਵੇ ਤੇ ਸੱਚਮੁੱਚ ਅਸੀਂ ਸੰਤ ਹੀ ਹਾਂ ਸੰਤ ਕੋਈ ਕੱਪੜਿਆਂ ਦਾ ਨਾਮ ਨਹੀਂ ਸਾਧੂ ਕੋਈ ਪੱਗ ਦਾ ਨਾਮ ਨਹੀਂ ਲੰਮੇ ਚੋਲੇ ਦਾ ਨਾਮ ਸੰਤ ਨਹੀਂ ਹੁੰਦਾ ਜਿੱਦਣ ਜੰਮਦੇ ਆ ਮੈਂ ਸ਼ੁਰੂ 'ਚ ਫਿਰ ਕਹਿੰਦਾ ਰਿਪੀਟ ਕਰਦਾ ਜਿੱਦਣ ਜੰਮਦੇ ਆ ਸੰਤ ਹੀ ਸੀ ਸਾਰੇ ਸਾਧੂ ਹੀ ਸੀ ਸਾਰੇ ਪਰ ਹਰ ਬਿਸਰਤ ਤੇਰੇ ਗੁਣ ਗਲਿਆ ਹੁਣ ਗੁਣ ਗਲ ਕੇ ਕਿੱਥੇ ਸਾਧ ਰਹੇ ਆ ਅੰਦਰ ਈਰਖਾ ਭਰ ਗਈ ਆ ਅੰਦਰ ਡਰ ਹੀ ਡਰ ਬਣਿਆ ਰਹਿੰਦਾ ਆ ਅੰਦਰੋਂ ਸੱਚ ਨਿਕਲ ਗਿਆ ਝੂਠ ਦਾ ਵਾਸਾ ਹੋਇਆ ਪਿਆ ਪੈਰ ਪੈਰ ਤੇ ਝੂਠ ਬੋਲਦੇ ਆ ਪੈਰ ਪੈਰ ਤੇ ਠੱਗੀਆਂ ਮਾਰਦੇ ਆ ਤਾਂ ਕਰਕੇ ਸ਼ੈਤਾਨ ਬਣ ਗਏ ਨਹੀਂ ਤੇ ਬੱਚਾ ਕਿਹਦੇ ਨਾਲ ਸ਼ੈਤਾਨੀ ਕਰਦਾ ਕਿਹਦੇ ਨਾਲ ਈਰਖਾ ਕਰਦਾ ਕਿਹੜਾ ਉਹਦੇ ਅੰਦਰ ਵਿਕਾਰ ਹਾਵੀ ਹੁੰਦਾ ਜੇ ਕਿਤੇ ਅਸੀਂ ਅਹੀਂ ਰਹੀਏ ਵੀ ਤੂੰ ਮਾਤ ਪਿਤਾ ਹਮ ਵਾਰਕ ਤੇਰੇ ਬਸ ਬੱਚਿਆਂ ਵਾਂਗੂ ਬੇਪਰਵਾਹ ਹੋ ਕੇ ਨਿਡਰ ਹੋ ਕੇ ਨਿਰਵੈਰ ਹੋ ਕੇ ਸੱਚੇ ਬਣ ਕੇ ਜ਼ਿੰਦਗੀ 'ਚ ਰਹੀਏ ਤੇ ਫਿਰ ਸਾਧੂ ਹੀ ਆ ਸਾਰੇ ਬਸ ਫਿਰ ਕਹਾਂਗੇ ਵੀ ਤੂੰ ਸਾਡਾ ਆ ਅਸੀਂ ਤੇਰੇ ਆ ਤੂੰ ਸੰਤਾਂ ਕਾ ਸੰਤ ਤੇਰੇ ਆਓ ਗੱਜ ਕੇ ਜਾਂਦੇ ਜਾਂਦੇ ਆਪਾਂ ਪੜ੍ਹਦੇ ਹਾਂ ਤਨ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਤਨ ਜਿਗਰਾ ਬਾਜਾਂ ਵਾਲੇ ਦਾ ਤਨ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ
ਸਰਮਲੀ ਵਾਰੇ ਤਨ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਪਤਾ ਵਾਲੇ ਦਾ ਚਾਰ ਕਰਮਲੀ ਵਾਲੇ ਤਨ ਜਿਗਰਾ ਪਤਾ ਵਾਲੇ ਦਾ ਜਿਗਰਾ ਪਤਾ ਵਾਲੇ ਦਾ ਚਾਰ ਕਰਮਲੀ ਵਾਲੇ ਪਤਾ ਵਾਲੇ ਦਾ ਤਨ ਜਿਗਰਾ ਪਤਾ ਵਾਲੇ ਆਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਜੀ ਆਇਆਂ ਤੇ ਫਿਰ ਮੈਂ ਗੱਲ ਕਹਿੰਦਾ ਸੀ ਵੀ ਬਾਹਰਲੇ ਪਰਿਵਾਰ ਦੀ ਚਿੰਤਾ ਨਾ ਕਰਿਓ ਕਦੇ ਆਪਣੇ ਆਪਣੇ ਆਪ ਦੀ ਚਿੰਤਾ ਕਰਿਓ ਸਾਹਿਬਜ਼ਾਦੇ ਆਪਣੀਆਂ ਜਾਨਾਂ ਵਾਰ ਗਏ ਸਾਡੇ ਸਤਿਗੁਰੂ ਨੇ ਸਾਡੇ ਲਈ ਪੂਰਨੇ ਪਾ ਕੇ ਸਾਨੂੰ ਦੱਸਿਆ ਵੀ ਮੇਰੇ ਬੱਚੇ ਜੰਗ ਦੇ ਮੈਦਾਨ 'ਚ ਲੜਦੇ ਸੀ ਜਦੋਂ ਤੁਹਾਡੇ ਨਿਆਣੇ ਹੋਣ ਤੁਹਾਡੇ ਬੱਚੇ ਹੋਣ ਉਹਨਾਂ ਲਈ ਕੋਈ ਜੰਗ ਦਾ ਮੈਦਾਨ ਨਹੀਂ ਹੋਊਗਾ ਅੱਜ ਸਾਰੇ ਆਪਾਂ ਡੈਮੋਕ੍ਰੇਸੀ ਵਿੱਚ ਰਹਿ ਰਹੇ ਹਾਂ ਲੋਕਤੰਤਰ ਹੈ ਜਿੱਥੇ ਲੋਕਾਂ ਦਾ ਰਾਜ ਆ ਤੇ ਅੱਜ ਸਿਰਫ ਆਪਣੇ ਆਪ ਨਾਲ ਲੜ ਕੇ ਲੜੀਏ ਅਸੀਂ ਕੋਈ ਕਵੇ ਅਸੀਂ ਜੀ ਆਪਣੇ ਧੀ ਨੂੰ ਗੱਡੀ ਦੇਣੀ ਹੈ ਤੁਸੀਂ ਕਹੋ ਨਾ 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 ਅਸੀਂ ਗੱਡੀ ਆਪੇ ਹੀ ਖਰੀਦ ਲਾਂਗੇ ਅਗਲਾ ਕਵੇ ਤੁਸੀਂ ਮਨਾ ਕਰੋ ਉੱਥੇ ਅਗਲਾ ਕਵੇ ਸਾਡਾ ਆਹ ਕੰਮ ਕਰ ਦਿਓ ਅਸੀਂ ਪੈਸੇ ਦੇ ਦਿਆਂਗੇ ਤੁਹਾਨੂੰ ਤੁਸੀਂ ਕਹੋ ਵੀ ਮੈਂ ਨਹੀਂ ਲੈਣੇ ਨੀ ਤੁਹਾਡਾ ਕੰਮ ਮੈਂ ਵੈਸੇ ਹੀ ਕਰਦਾ ਲੜੋ ਆਪਣੇ ਆਪ ਨਾਲ ਤੇ ਅਰਜ ਕਰਦਾ ਭਾਈ ਇੱਕ ਦਿਨ ਸਾਡੇ ਪਰਿਵਾਰਾਂ ਨੇ ਸਾਡੇ ਬਜ਼ੁਰਗਾਂ ਨੇ ਫੈਸਲਾ ਕੀਤਾ ਸੀ ਵੀ ਅਨਪੜ੍ਹਤਾ ਦੂਰ ਹੋ ਜੇ ਤੇ ਅਨਪੜ੍ਹਤਾ ਦੂਰ ਹੋ ਗਈ ਤੇ ਹੁਣ ਸਾਡੇ ਘਰਾਂ ਚੋਂ ਸਾਡੇ ਅੰਦਰੋਂ ਜੇ ਅਨਪੜ੍ਹਤਾ ਦੂਰ ਹੋਈ ਹੈ ਸਾਡੇ ਬੱਚੇ ਪੜ੍ਹੇ ਲਿਖੇ ਪੈਦਾ ਹੋਏ ਹੈ ਤੇ ਇੱਕ ਦਿਨ ਇਹ ਵੀ ਫੈਸਲਾ ਕਰੋ ਆਪਾਂ ਸਾਰੇ ਰਲ ਕੇ ਆਪਣੀ ਜ਼ਿੰਦਗੀ 'ਚ ਫੈਸਲਾ ਕਰੀਏ ਵੀ ਅਸੀਂ ਇਮਾਨਦਾਰ ਵੀ ਪੈਦਾ ਕਰੀਏ ਆਪਣੇ ਬੱਚਿਆਂ ਨੂੰ ਇਮਾਨਦਾਰ ਬਣਾਈਏ ਉਹਨਾਂ ਦੇ ਅੰਦਰ ਇਮਾਨਦਾਰੀਆਂ ਭਰੀਏ ਉਹਨਾਂ ਦੇ ਅੰਦਰ ਸੋਹਣੀ ਜ਼ਿੰਦਗੀ ਉਹਨਾਂ ਨੂੰ ਸੋਹਣੀ ਲਾਈਫ ਦਈਏ ਆਪਾਂ ਬਥੇਰੀ ਆਪਾਂ ਕਿਹਾ ਸੀ ਨਾ ਵੀ ਪੁੱਤ ਮੈਂ ਅਨਪੜ੍ਹ ਰਹਿ ਗਿਆ ਪਰ ਤੈਨੂੰ ਅਨਪੜ੍ਹ ਨਹੀਂ ਰਹਿਣ ਦੇਣਾ ਮੈਂ ਠੱਗੀਆਂ ਮਾਰਦਾ ਸੀ ਮੈਂ ਦੁੱਧ 'ਚ ਪਾਣੀ ਪਾ ਪਾ ਕੇ ਵੇਚਦਾ ਸੀ ਪਰ ਤੈਨੂੰ ਵੀ ਕੰਮ ਨਹੀਂ ਕਰਨ ਦੇਣਾ ਮੈਂ ਇਹ ਭਰੋ ਆਪਣੇ ਬੱਚਿਆਂ ਅੰਦਰ ਮੈਂ ਗਲਤ ਕਰਦਾ ਸੀ ਪਰ ਤੈਨੂੰ ਨਹੀਂ ਮੈਂ ਕਰਨ ਦੇਣਾ ਕੁਛ ਵੀ ਇੱਦਾਂ ਮੈਂ ਤਾਂ ਇਹੋ ਜਿਹਾ ਰਿਹਾ ਪਰ ਤੈਨੂੰ ਨਹੀਂ ਕਿਸੇ ਦੀ ਜਾਨ ਨਾਲ ਮੈਂ ਖਿਲਵਾੜ ਕਰਨ ਦੇਣਾ ਕਈ ਵਾਰੀ ਮਨ ਮੇਰਾ ਮਨ ਕਹਿੰਦਾ ਵਾ ਵੀ ਦੇਖੋ ਕਦੇ ਸੋਚ ਕੇ ਦੇਖੋ ਵੀ ਦੁੱਧ ਤੇ ਸਾਰੀ ਦੁਨੀਆ ਪੀਂਦੀ ਆ ਆਪਾਂ ਕਹਿੰਦੇ ਸ਼ਰਾਬ ਵੇਚਣ ਵਾਲਾ ਬੰਦਾ ਬੜਾ ਗਲਤ ਹੈ ਬੜਾ ਗਲਤ ਹੈ ਤੇ ਸ਼ਰਾਬ ਕਿੰਨੇ ਕੁ ਬੰਦੇ ਪੀਂਦੇ ਹੋਣਗੇ ਪਿੰਡ ਚੋਂ 20% 50% ਪੀਂਦੇ ਹੋਣਗੇ ਪਰ 100% ਬੰਦੇ ਦੁੱਧ ਪੀਂਦੇ ਆ ਜਦੋਂ ਅਸੀਂ ਗਲਤ ਚੀਜ਼ਾਂ ਪਾ ਪਾ ਕੇ ਦੁੱਧ ਵਿੱਚ ਅਗਲੇ ਨੂੰ ਦੇਵਾਂਗੇ ਆਪਾਂ ਸ਼ਰਾਬ ਵੇਚਣ ਵਾਲੇ ਨੂੰ ਵੀ ਵੱਧ ਖਤਰਨਾਕ ਹੋ ਗਏ ਆਪਾਂ ਤੇ ਉਹਦੇ ਨਾਲ ਵੀ ਮਾੜੇ ਹਾਂ ਬਈ ਤੇ ਆਪਾਂ ਜੇ ਫੈਸਲਾ ਕੀਤਾ ਸੀ ਵੀ ਅਨਪੜ੍ਹਤਾ ਦੂਰ ਹੋਵੇ ਪੜ੍ਹੇ ਲਿਖੇ ਹੋਣ ਤੇ ਇੱਕ ਦਿਨ ਆਪਾਂ ਨੂੰ ਸਭ ਨੂੰ ਸੋਚਣਾ ਪੈਣਾ ਆ ਵੀ ਇੱਕ ਦਿਨ ਬੇਈਮਾਨੀ ਵੀ ਦੂਰ ਹੋਵੇ ਬਾਹਰਲੇ ਦੇਸ਼ਾਂ ਦੇ ਵਿੱਚ ਦੁਕਾਨਾਂ ਬਣੀਆਂ ਆ ਪਰ ਲਾਈਟਾਂ ਜਗਦੀਆਂ ਛੱਡ ਜਾਂਦੇ ਅਗਲੇ ਸ਼ੀਸ਼ੇ ਲੱਗੇ ਹੋਏ ਇਹ ਨਹੀਂ ਵੀ ਸਾਡੇ ਵਾਂਗੂ ਸ਼ਟਰ ਲੱਗੇ ਐਡੇ ਐਡੇ ਤੇ ਸਭ ਤੋਂ ਵੱਧ ਦੀਵਾਨ ਪੰਜਾਬ 'ਚ ਲੱਗਦੇ ਇੰਡੀਆ 'ਚ ਲੱਗਦੇ ਆ ਪ੍ਰੋਗਰਾਮ ਜਾਗਰਣ ਹਿੰਦੂਆਂ ਦੇ ਦੇਖ ਲਿਓ ਕਿਤੇ ਸਭ ਤੋਂ ਵੱਧ ਇੱਥੇ ਧਰਮ ਦੀ ਗੱਲ ਹੁੰਦੀ ਇੰਡੀਆ ਦੇ ਵਿੱਚ ਉੱਧਰ ਨਹੀਂ ਇੰਨੇ ਪ੍ਰੋਗਰਾਮ ਹੁੰਦੇ ਜਿੰਨੇ ਆਪਾਂ ਇੱਥੇ ਆ ਕੇ ਦੀਵਾਨ ਸੁਣਦੇ ਹਾਂ ਤੇ ਫਿਰ ਵੀ ਸਾਨੂੰ ਐਡੇ ਐਡੇ ਤਾਲੇ ਲਾਉਣੇ ਪੈਂਦੇ ਆਪਣੇ ਘਰਾਂ ਦੇ ਤੇ ਦੀਵਾਨ ਸੁਣਨ ਵਾਲੇ ਸਭ ਤੋਂ ਵੱਧ ਇੱਥੇ ਆ ਪ੍ਰੋਗਰਾਮ ਕਰਾਉਣ ਵਾਲੇ ਸਭ ਤੋਂ ਵੱਧ ਇੱਥੇ ਆ ਸਭ ਤੋਂ ਵੱਧ ਕਥਾ ਕਰਨ ਵਾਲੇ ਕਥਾ ਸੁਣਨ ਵਾਲੇ ਮੇਰੇ ਵਰਗੇ ਕਿੱਡੇ ਕਿੰਨੇ ਲੋਕ ਢੋਲਗੀਆਂ ਚਿਮਟੇ ਚੱਕੀ ਫਿਰਦੇ ਆ ਬਈ ਉੱਥੇ ਕੋਈ ਦੀਵਾਨ ਨਹੀਂ ਲਾਉਂਦਾ ਪਰ ਕੋਈ ਕਿਸੇ ਨਾਲ ਧੋਖਾ ਨਹੀਂ ਕਰਦਾ ਕੋਈ ਨਹੀਂ ਕਿਸੇ ਦੁਕਾਨ ਭੰਨ ਕੇ ਲੁੱਟ ਕੇ ਲੈ ਜਾਂਦਾ ਕੋਈ ਨਹੀਂ ਕਰਦਾ ਤੇ ਆਓ ਫੈਸਲਾ ਕਰੀਏ ਆਪਣੀ ਜ਼ਿੰਦਗੀ 'ਚ ਜੋ ਮਰਜ਼ੀ ਸਾਹਮਣੇ ਪਿਆ ਰਵੇ ਤੂੰ ਕਦੇ ਡੋਲੀ ਨਾ ਅਗਲਾ ਰਿਸ਼ਵਤ ਦੇਣ ਆਵੇ ਤੂੰ ਕਹੇ ਮੈਂ ਨਹੀਂ ਲੈਣਾ ਤੇਰਾ ਵੈਸੇ ਹੀ ਕੰਮ ਕਰ ਦੂੰ ਮੈਂ ਤੇ ਅਗਲਾ ਕਹੂਗਾ ਵੀ ਸਿੱਖ ਇੰਨੇ ਚੰਗੇ ਹੁੰਦੇ ਆ ਤੇ ਮਾਫ਼ੀ ਅਗਲੀ ਬੇਨਤੀ ਮੈਂ ਕਰਦਾ ਆਓ 5 ਮਿੰਟ ਮੈਨੂੰ ਦੇ ਦਿਓ ਫਿਰ ਆਪਾਂ ਆਨੰਦ ਸਾਹਿਬ ਪੂਰੇ ਪੜ੍ਹ ਦਿਆਂਗੇ 5 ਮਿੰਟਾਂ 'ਚ ਯਹੂਦੀਆਂ ਨਾਲ ਸਭ ਤੋਂ ਵੱਧ ਕਤਲੇਆਮ ਹੋਇਆ ਯਹੂਦੀਆਂ ਦਾ ਸਭ ਤੋਂ ਵੱਧ ਇੰਨਾ ਜ਼ਿਆਦਾ ਕਤਲੇਆਮ ਹੋਇਆ ਸੀ ਵੀ ਐਂ ਸੀ ਵੀ ਖਤਮ ਹੋ ਗਏ ਈਸਾਈਆਂ ਨੇ ਉਹਨਾਂ ਦਾ ਬਾਈਕਾਟ ਕਰਤਾ ਵੀ ਇਹਨਾਂ ਨੂੰ ਨਾ ਤੇ ਆਪਾਂ ਇਹਨਾਂ ਨਾਲ ਕੋਈ ਸਾਂਝ ਰੱਖਣੀ ਹੈ ਨਾ ਇਹ ਆਪਾਂ ਇਹਨਾਂ ਨੂੰ ਕੁਛ ਦੇਣਾ ਆ ਯਹੂਦੀਆਂ ਨੂੰ ਕਹਿਤਾ ਪਰ ਜੇ ਹਾਂ ਉਹ ਅਮਰੀਕਾ ਵਾਲੇ ਈਸਾਈ ਲੋਕ ਜਿਹੜੇ ਸੀ ਉਹ ਕਹਿੰਦੇ ਚਲੋ ਜੇ ਆਪਣੇ ਤੋਂ ਇਹ ਨਹੀਂ ਲੈ ਸਕਦੇ ਇਹ ਆਪਣੇ ਤੋਂ ਨਹੀਂ ਲੈ ਸਕਦੇ ਕੁਛ ਵੀ ਪਰ ਜੇ ਆਪਾਂ ਨੂੰ ਲੋੜ ਪਈ ਇਹਨਾਂ ਦੀ ਆਪਾਂ ਇਹਨਾਂ ਤੋਂ ਲੈ ਲਿਆ ਕਰਾਂਗੇ ਇਹ ਨੀਤੀ ਬਣਾ ਲਈ ਉਹਨਾਂ ਨੇ ਹੋਇਆ ਕਿ ਵੀ ਉਹਨਾਂ ਨੇ ਇਸ ਗੱਲ ਦਾ ਬਹੁਤ ਫਾਇਦਾ ਚੱਕਿਆ ਯਹੂਦੀਆਂ ਨੇ
ਉਹ ਆ ਜਾਂਦੇ ਸੀ ਲੈਣ, ਇਹ ਦੇ ਦਿੰਦੇ ਸੀ ਉਹਨਾਂ ਨੂੰ, ਇਹ ਜਾਂਦੇ ਨਹੀਂ ਸੀ, ਅਗਲੇ ਦੇ ਹੱਥ ਨਹੀਂ ਸੀ ਅੜਦੇ ਅੱਗੇ ਜਾ ਕੇ, ਲਿਲਕਣੀਆਂ ਨਹੀਂ ਸੀ ਲੈਂਦੇ ਅਗਲੇ ਦੇ ਘਰ ਜਾ ਕੇ ਵੀ ਸਾਨੂੰ ਆਹ ਦੇ ਦਿਓ ਸਾਨੂੰ ਆਹ ਦੇ ਦਿਓ, ਕੀ ਕਰਦੇ ਸੀ ਵੀ ਆਪਣਿਆਂ 'ਚ ਹੀ ਸਭ ਕੁਛ ਵਰਤੋਂ ਵਿਹਾਰ ਆਪਣਿਆਂ 'ਚ ਹੀ ਕਰਨ ਲੱਗ ਪਏ ਉਹ। ਉਹਨਾਂ ਨੇ ਬਾਈਕਾਟ ਕਰਤਾ, ਇਹਨਾਂ ਨੇ ਆਪਣੇ ਆਪਸ 'ਚ ਹੀ ਵਰਤੋਂ ਵਿਹਾਰ ਕਰਨ ਲੱਗ ਪਏ, ਜੋ ਵੀ ਵਿਆਹ ਕਰਨੇ ਇਹਨਾਂ ਨੇ ਆਪਣਿਆਂ 'ਚ, ਕਿਉਂਕਿ ਰਿਸ਼ਤਾ ਕਿਸੇ ਨਾਲ ਜੋੜ ਹੀ ਨਹੀਂ ਸੀ ਸਕਦੇ, ਵਿਆਹ ਹੁੰਦੇ ਸੀ ਆਪਣਿਆਂ 'ਚ, ਲੈਣ ਦੇਣ ਹੁੰਦਾ ਸੀ ਉਹ ਵੀ ਆਪਣਿਆਂ 'ਚ। ਤੇ ਅੱਜ ਯਾਦ ਰੱਖਿਓ, ਸਭ ਤੋਂ ਉੱਪਰ ਅਮੈਰੀਕਾ ਦੇ ਇਕੋਨਮੀ, ਸਭ ਤੋਂ ਵੱਧ ਇਕੋਨਮੀ ਜਿਹੜੀ ਹੈ ਉਹ ਯਹੂਦੀਆਂ ਦੇ ਕੋਲ ਹੈ, ਸਭ ਤੋਂ ਵੱਧ ਪੈਸਾ ਅੱਜ ਅਮਰੀਕਾ ਦੇ ਸਿਰ ਤੇ ਬੈਠੇ ਹੋਏ ਆ ਯਹੂਦੀ, ਤੇ ਸਾਡੇ ਵਰਗੇ ਬਸ ਲਿਲਕੜੀਆਂ ਹੀ ਲੈਂਦੇ ਮਰ ਜਾਂਦੇ, ਸਾਨੂੰ ਆਹ ਦੇ ਦਿਓ, ਸਾਨੂੰ ਇਨਸਾਫ ਨਹੀਂ ਮਿਲਦਾ। ਭਾਈ ਕਿਸੇ ਕੋਲੋਂ ਕਿਉਂ ਅਸੀਂ ਮੰਗੀਏ ਜਾ ਕੇ? ਸਾਡੇ ਬੱਚੇ ਜੱਜ ਬਣਨ, ਸਾਡੇ ਬੱਚੇ ਡਾਕਟਰ ਬਣਨ, ਸਾਡੇ ਬੱਚੇ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ ਤੇ ਬਹਿਣ, ਸਾਡੇ ਆਪਣੇ ਹੋਣ ਸਾਰੇ, ਸਾਨੂੰ ਕਿਸੇ ਅੱਗੇ ਹੱਥ ਕਿਉਂ ਉੱਡਣਾ ਪਵੇ? ਉਹ ਨਿੱਕੀ ਜੀ ਕੌਮ ਹੈ ਪਰ ਅਮਰੀਕਾ ਦੇ ਸਿਰ ਤੇ ਬੈਠੀ ਆ ਉਹ। ਅਗਲੇ ਪੜ੍ਹੇ ਹੈ, ਪੜ੍ਹ ਲਿਖ ਕੇ ਅੱਜ ਦੇਖੋ ਕਿੱਥੋਂ ਤੱਕ ਪਹੁੰਚ ਗਏ ਆ। ਤੇ ਸਾਡੇ ਵਰਗੇ ਬਸ ਸਾਰੀ ਜ਼ਿੰਦਗੀ ਇੱਥੇ ਧਰਨਾ ਲਾ ਲਓ, ਇੱਥੇ ਮੋਰਚਾ ਲਾ ਲਓ, ਇੱਥੇ ਆਹ ਕਰ ਲਓ, ਬਸ ਇਹੀ ਸਾਡੀ ਜ਼ਿੰਦਗੀ ਸਾਰਿਆਂ ਦੀ ਲੰਘ ਜਾਂਦੀ ਹੈ। ਤੇ ਜਦੋਂ ਅਗਲੇ ਧੋਖਾ ਕਰਕੇ ਚਲੇ ਜਾਂਦੇ ਹੈ ਤੇ ਫਿਰ ਸਾਡੇ ਵਰਗੇ ਰੋਂਦੇ ਆ ਬਈ ਵੀ ਹਾਏ ਸਾਡੇ ਨਾਲ ਧੋਖਾ ਹੋ ਗਿਆ, ਹਾਏ ਸਾਡੇ ਨਾਲ ਐਂ ਬਣ ਗਈ, ਕਰੀਏ ਕਿਉਂ? ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ, ਸਾਡੇ ਸਤਿਗੁਰੂ ਨੇ ਤੇ ਸਾਨੂੰ ਇੰਨਾ ਅਵੇਅਰ ਕੀਤਾ ਸੀ, ਇੰਨਾ ਸਿਆਣੇ ਬਣਾਇਆ ਸੀ ਵੀ ਗਰੰਟੀ ਲੈਣੀ ਤੇ ਆਪਣੇ ਆਪ ਦੀ ਲੈ, ਜ਼ਿੰਮੇਵਾਰੀ ਲੈਣੀ ਤਾਂ ਆਪਣੇ ਆਪ ਦੀ ਲੈ, ਆਪਣੇ ਬੱਚਿਆਂ ਦੀ ਵੀ ਗਰੰਟੀ ਨਹੀਂ ਕੋਈ ਲੈ ਸਕਦਾ ਭਾਈ, ਆਪਣੇ ਬੱਚਿਆਂ ਦੀ। ਤੇ ਆਓ ਸਿਆਣੇ ਬਣੀਏ, ਕੋਈ ਵੀ ਸਾਨੂੰ ਆਪਣੇ ਜਾਲ ਵਿੱਚ ਫਸਾ ਨਾ ਸਕੇ। ਬਾਣੀ ਦੇ ਲੜ ਲੱਗੋ, ਬਸ ਬਾਣੀ ਨੂੰ ਪੜ੍ਹੋ, ਇਹਦਾ ਗਿਆਨ ਲਓ, ਸਮਝ ਲਓ, ਅਕਲ ਲਓ, ਤੇ ਅਕਲਮੰਦ ਹੋ ਕੇ, ਜਾਗਰੂਕ ਹੋ ਕੇ, ਅਵੇਅਰਨੈਸ ਸਾਡੀ ਜ਼ਿੰਦਗੀ 'ਚ ਆਵੇ, ਜਾਗਰੂਕਤਾ ਸਾਡੀ ਜ਼ਿੰਦਗੀ 'ਚ ਆਵੇ, ਜਾਗ ਕੇ ਜ਼ਿੰਦਗੀ ਲੰਘਾਈਏ, ਜਾਗ ਕੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਹ ਮਿੱਠੇ ਸਾਧ, ਮਨ ਸੋਇਆ ਮਾਇਆ ਬਸਮਾਰ। ਤੇ ਕਬੀਰ ਸਾਹਿਬ ਕਹਿੰਦੇ ਕਿਸੋ ਕਿਸੋ ਕੂਕੀਏ, ਨਾ ਸੋਈਏ ਅਸਾਰ, ਕਹਿੰਦੇ ਕਦੀ ਸੌ ਨਾ ਜ਼ਿੰਦਗੀ 'ਚ, ਜਾਗਦਾ ਰਹਿ ਦਿਨ ਰਾਤ, ਰਹਿ ਜਾਗਦਾ। ਸਰੀਰ ਦਾ ਸੌਣਾ ਨਹੀਂ, ਸਰੀਰ ਸੌਂਦਾ ਆ ਪਰ ਮਨ ਸਾਡਾ ਜਾਗਦਾ ਰਹੇ, ਕੋਈ ਲੁੱਟ ਨਾ ਸਕੇ ਸਾਨੂੰ। ਸਿਆਣੇ ਬਣੀਏ ਬਈ, ਬਾਣੀ ਦੇ ਲੜ ਲੱਗੀਏ, ਅੰਮ੍ਰਿਤਧਾਰੀ ਹੋਈਏ, ਤੇ ਆਓ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਕਰਾਂਗੇ। ਤੇ ਇਸੇ ਤਰ੍ਹਾਂ ਹੀ ਕੱਲ ਦਾ ਇੱਕ ਦੀਵਾਨ ਆਪਣੇ ਕੋਲ ਬਾਕੀ ਹੈ, ਤੇ ਕੱਲ ਨੂੰ ਜਿਹੜੇ ਵੀਰ ਅੱਜ ਆਪ ਆਏ ਹੋ, ਕੱਲ ਨੂੰ ਹੋਰ ਵੀ ਪ੍ਰੇਰ ਕੇ ਲੈ ਕੇ ਆਇਓ। ਤੇ ਜੇ ਕਿਤੇ ਸਮਾਂ ਬਣਿਆ ਤੇ ਰਾਤ ਦਾ ਪ੍ਰੋਗਰਾਮ ਹੋਵੇ ਤੇ ਵਧੀਆ ਗੱਲ ਹੈ, ਵਧੀਆ ਸੋਹਣਾ ਲੱਗਦਾ, ਕਿਉਂਕਿ ਹੁਣ ਤੇ ਧੁੱਪ ਦੇਖੋ ਸਿੱਧੀ ਪੈ ਰਹੀ ਹੈ, ਪਹਿਲਾਂ ਤੁਹਾਡੇ ਤੇ ਸੀ, ਹੁਣ ਮੈਨੂੰ ਮੇਰੇ ਤੇ ਪੈਣ ਲੱਗੇ। ਭਾਈ ਮੈਂ ਤੇ ਲੱਗਿਆ ਸਮਾਪਤੀ ਕਰਨ, ਤੁਸੀਂ ਤਾਂ ਬੈਠੇ ਰਹੇ ਪਰ ਮੈਂ ਨਹੀਂ ਬਹਿ ਸਕਦਾ। ਠੀਕ ਹੈ, ਆਓ ਆਪਾਂ ਗੱਜ ਕੇ ਆਨੰਦ ਸਾਹਿਬ 'ਚ ਬੋਲਦੇ ਹਾਂ, ਤੇ ਫਿਰ ਕਿਤੇ ਸਮਾਂ ਬਣਿਆ ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰਾਂਗੇ। ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਫਿਰ ਅਰਦਾਸ ਬੇਨਤੀ ਜੁੜਾਂਗੇ, ਹੁਕਮਨਾਮਾ ਸੁਣ ਕੇ ਗੁਰੂ ਸਾਹਿਬ ਜੀ ਨੂੰ ਵਿਦਾ ਕਰਕੇ ਫਿਰ ਆਪਾਂ ਚਾਲੇ ਪਾਵਾਂਗੇ। ਹੋਈਆਂ ਤਮਾਮ ਭੁੱਲਾਂ ਦੀ ਖਿਮਾ ਬਈ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋਈਆਂ, ਸੰਗਤ ਤੇ ਗੁਰੂ ਸਾਹਿਬ ਬਖਸ਼ਣ ਜੋ ਬਖਸ਼ ਲੈਣਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਪਾਵਣ ਆਈਆਂ, ਸੁਖ ਮਨ ਆ ਵਸਿਆ ਜਿਨ ਵਿੱਚ
ਵਾਹਿਗੁਰੂ ਜੀ ਕੀ। ਤੂੰ ਠਾਕੁਰ ਤੁਮ ਪੈਰ ਦਾਸ ਜੀਓ, ਸਭ ਤੇਰੀ ਰਾਹ, ਤੂੰ ਮਾਤ ਪਿਤਾ ਹਮ ਵਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉੱਚੇ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਵਾਹਿਗੁਰੂ 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 ਸਦਾ ਸਹਾਇ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਏ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ, ਜਿਸ ਡਿੱਠਿਆਂ ਸਭ ਦੁੱਖ ਜਾਏ, ਤੇਕ ਬਹਾਦਰ ਸਿਮਰਿਆ ਘਰ ਨਾਉ ਨਿਦਿਆਵੈ ਧਾਏ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸੋ ਪਾਤਸ਼ਾਹੀਆਂ ਦੀ ਜੋਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ, ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਕ ਵਹਾਈ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਵੰਦ ਵੰਦ ਕੁਟਵਾਏ ਖੋਪਰੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਤਨ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਬੋਲਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਛਿਆ ਰਿਆਤ, ਦੇਗ ਤੇਗ ਫਤਿਹ ਵਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਜੀ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ, ਸ੍ਰੀ ਨਨਕਾਣਾ ਸਾਹਿਬ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ,
ने ताने आंदे तान ने उट्टियां दी ओट ने आसरे आंदे आसरे धन धन साहिब श्री गुरु ग्रंथ साहिब महाराज जी पावन पवित्र हजूरी विच अरदास बेनती जोड़ रही है जी। आप जी ने बड़ी ही महान बख्शिश रहमत कृपा की पातशाह जी पिंड साधनवास दियां समूह सिख संगतां ने हर साल उद्यम करके पातशाह जी समागम रखे जाते हैं। इस वक्त आप जी ने अपार कृपा मेहर रहमत सदका समागमां दे दूसरे दिन पातशाह जीओ आप जी दे बख्शे हुए गुरमत विचारा गुर इतिहास दियां विचारा पातशाह जी जथिया पासों सिख संगतां ने सरवण कीतियां हन। पातशाह जी गुरमत विचारा करदे आं गुर इतिहास कीर्तन करदे आं होईयां बेअंत भुल्लां दी खिमा बख्शिश करनी जी। अगे तो आप जी ने समत बख्शना गुरमत विचारा करन दा कथा कीर्तन करन दा बल ते उद्यम बख्शिश करना सतगुरु पातशाह जीओ समूह सिख संगतां दी हाजरी प्रवान करियो कदम कदम लेखे दे विच लाउणा सिख संगतां दे वल्लों दसां नौहां दी किरत विचों पंचम तिहावल कड़ा प्रसाद दी देग सज के हाजर है। कृपा करो जी दर प्रवान करो प्रवान्या प्रसाद संगत विच वरताउण दी आग्या बख्शो जिस मुख पवे सो वाहिगुरु 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 दा वाजा वे जो जी शके आप जी दा नाम जपे। पातशाह जी अगे तो आप जी ने कृपा करनी संगतां नूं आप जी दे सतगुरु पातशाह जीओ साहिबजादे माता गुजर कौर जी की शहादत नूं मुख रखदिआं होइआ जो समागम रचे जांदे ने अगे वास्ते आप जी ने समत बख्शिश करनी जी। आप जी दे साहिबजादियां दी शहादत नूं मनाउण दा संगतां नूं बल ते उद्यम बख्शिश करन आप जी कृपा करो जी। रहिंदे होए गुरमत समागम संगतां नूं कराउण दे बल ते उद्यम बख्शणे इस वक्त आप जी दया मेहर रहमत करो जी पावन ते पवित्र हुक्म दी बख्शिश करो संगतां नूं निहाल निहाल करो सुख होवे नाम चित आवे नानक नाम तेरे भाणे। वाहिगुरु जी का खालसा वाहिगुरु जी की फतेह। बोले सो निहाल वाहिगुरु जी का खालसा वाहिगुरु जी की फतेह। हर जाप ना छाड़ो एक करे मथुरा जन को प्रभु दीन दयाल है संगत सृष्ट निहाल करे रामदास गुरु जग तारण का गुरजोत अर्जुन माहे तरे तेरे कवन कवन गुण कह कह गावा तू साहेब गुणे निदाना तुमरे मेहमा वर्ण न साकू तू ठाकुर ऊच भगवाना सो कहो टल गुर सेविया निस सहज दर्शन परसे गुरु कै
जन्म मरण दुख जाए दर्शन परसे गुरु के जन्म मरण दुख जाए सतनाम वाहिगुरु साहेब जी सोरठ महला पंजवा प्रभ की शरण सगल पहला थे दुख बिन से सुख पाया दयाल हुआ पार ब्रह्म स्वामी पूरा सतगुर त्याया प्रभ के शरण सगल पहला थे दुख बिन से सुख पाया दयाल हुआ पार ब्रह्म स्वामी पूरा सतगुर त्याया प्रभु जियो तू मेरो साहिब दाता कर कृपा प्रभु देन दयाला गुण गावो रंग राता रहाओ सतगुर नाम निदान दृढ़ाया चिंता सगल बिनासे कर कृपा अपनो कर लीना मन वसया अविनासे ताको बिघन ना को लागे जो सतगुर अपने राखे चरण कमल बसेर दे अंतर अमृत हर रस चाखे कर सेवा सेवक प्रभ अपने जिन मन की इच्छा पुजाए नानक दास ताके बलिहार जिन पूरन पैज रखाए कर सेवा सेवक प्रभ अपने जिन मन की इच्छा पुजाए नानक दास ताके बलिहार जिन पूरन पैज रखाए वाहे गुरु जी का खालसा वाहे गुरु जी की फतेह।